ਇਸ ਵਿਭਾਗ ਦੇ ਵਿੱਚ ਮੈਂ 24 ਸਾਲ ਰਿਹਾ। 1972 ਦੇ ਵਿੱਚ ਆਇਆ ਸੀ, 1995 ਦੇ ਵਿੱਚ ਮੈਂ ਜਰਨਲਿਜ਼ਮ ਵਿਭਾਗ ਦੇ ਵਿੱਚ ਪ੍ਰੋਫੈਸਰ ਅਤੇ ਮੁਖੀ ਬਣ ਕੇ ਚਲਾ ਗਿਆ। 10 ਸਾਲ ਮੈਂ ਉੱਥੇ ਰਿਹਾ। ਇੱਥੇ ਆਉਣ ਤੋਂ ਪਹਿਲਾਂ ਮੈਂ 5 ਸਾਲ ਅੰਗਰੇਜ਼ੀ ਦਾ ਲੈਕਚਰਰ ਸੀ ਗੌਰਮੈਂਟ ਸਰਵਿਸ ਦੇ ਵਿੱਚ, ਪਬਲਿਕ ਸਰਵਿਸ ਕਮਿਸ਼ਨ ਦੇ ਥਰੂ। ਐਵੇਂ ਪੰਜਾਬੀ ਕਰਨ ਦਾ ਸਬੱਬ ਕਿਵੇਂ ਬਣਿਆ, ਮੈਂ ਸੰਗਰੂਰ ਲੱਗਿਆ ਹੋਇਆ ਸੀ, ਉੱਥੇ ਲੈਕਚਰਰ ਮੈਂ ਅੰਗਰੇਜ਼ੀ ਦਾ ਸੀ। ਉਹ ਥੋੜ੍ਹਾ ਜਿਹਾ ਪਛੜਿਆ ਹੋਇਆ ਇਲਾਕਾ ਸੀ, ਉੱਥੇ ਮੈਂ ਸਭ ਤੋਂ ਛੋਟੀ ਉਮਰ ਦਾ ਪ੍ਰੋਫੈਸਰ ਸੀ ਕਾਲਜ ਦੇ ਵਿੱਚ। ਅਤੇ ਜਿਹੜੀ ਭੱਠਲ ਸਾਹਿਬਾ ਹਨ, ਜਿਹੜੀ ਪੰਜਾਬ ਦੇ ਮੁੱਖ ਮੰਤਰੀ ਬਣੇ, ਇਹਨਾਂ ਦੀਆਂ ਭੈਣਾਂ ਅਤੇ ਇਹ ਵੀ ਉੱਥੇ ਉਸ ਵੇਲੇ ਪੜ੍ਹਦੇ ਸੀ। ਇਹਨਾਂ ਨੇ ਮੇਰਾ ਨਾਮ ਬੇਬੀ ਪ੍ਰੋਫੈਸਰ ਪਾਇਆ ਹੋਇਆ ਸੀ ਕਿਉਂਕਿ ਮੈਂ ਸਭ ਤੋਂ ਛੋਟਾ ਸੀ। ਅਤੇ ਉੱਥੇ 7 ਹੋਰ ਟੀਚਰ ਵੀ ਸੀ ਜਿਹੜੇ ਪਟਿਆਲੇ ਤੋਂ ਰੋਜ਼ ਆਉਂਦੇ ਸੀ, ਉਹ ਵਿਆਹੇ ਹੋਏ ਸੀ, ਮੈਂ ਵਿਆਹਿਆ ਹੋਇਆ ਨਹੀਂ ਸੀ। ਮੈਨੂੰ ਇਹ ਬੜਾ ਅਜੀਬ ਜਿਹਾ ਲੱਗਿਆ ਵੀ ਰੋਜ਼ ਜਾਣਾ ਅਤੇ ਫਿਰ ਆਉਣਾ। ਮੈਂ ਉੱਥੇ ਰਹਿ ਕੇ ਰਹਿਣਾ ਸ਼ੁਰੂ ਕੀਤਾ। ਉੱਥੇ ਰਹਿੰਦਿਆਂ ਮੈਂ ਜਿੰਨੀਆਂ ਵੀ ਕਾਲਜਾਂ ਦੀਆਂ ਲਾਇਬ੍ਰੇਰੀਆਂ ਵੇਖੀਆਂ, ਉਹਨਾਂ ਵਿੱਚੋਂ ਸੰਗਰੂਰ ਦੇ ਕਾਲਜ ਦੀ ਲਾਇਬ੍ਰੇਰੀ ਬਹੁਤ ਚੰਗੀ ਸੀ। ਲਾਇਬ੍ਰੇਰੀ ਦੇ ਚੰਗੀ ਹੋਣ ਦਾ ਪੈਮਾਨਾ ਇਹ ਹੁੰਦਾ ਕਿ ਲਾਇਬ੍ਰੇਰੀਅਨ ਚੰਗਾ ਹੋਵੇ। ਲਾਇਬ੍ਰੇਰੀਆਂ ਤਾਂ ਸਾਰੀ ਦੁਨੀਆ ਵਿੱਚ ਹਨ, ਪਰੰਤੂ ਲਾਇਬ੍ਰੇਰੀਅਨ ਜਿਹੜੇ ਹਨ ਉਹ ਬਹੁਤ ਰੁੱਖੇ। ਸਭ ਤੋਂ ਘੱਟ ਪੜ੍ਹਨ ਦਾ ਕੰਮ ਦੁਨੀਆ ਦੇ ਵਿੱਚ ਲਾਇਬ੍ਰੇਰੀ ਸਟਾਫ ਕਰਦਾ, ਲਾਇਬ੍ਰੇਰੀ ਸਟਾਫ ਪੜ੍ਹਦਾ ਹੀ ਨਹੀਂ। ਮਤਲਬ ਕਿ ਇਹ ਉਹਨਾਂ ਦੇ ਪੁਸਤਕ ਪ੍ਰਤੀ ਇੱਕ ਨਫ਼ਰਤ ਤਾਂ ਨਹੀਂ ਕਹਾਂਗਾ, ਉਦਾਸੀਨਤਾ ਜਿਹੜੀ ਹੈਗੀ ਹੈ ਉਹ ਗੱਲ ਹੈਗੀ ਹੈ। ਮੈਂ ਜਦੋਂ ਛੋਟਾ ਹੁੰਦਾ ਸੀ ਉਦੋਂ ਸੋਚਿਆ ਕਰਦਾ ਸੀ ਕਿ ਮੈਂ ਰੇਲਵੇ ਦਾ ਇੰਜਨ ਡਰਾਈਵਰ ਬਣਨਾ। ਅਤੇ ਉਸ ਵੇਲੇ ਭੁਲੇਖਾ ਸੀ ਕਿ ਗੱਡੀ ਜਦੋਂ ਚੱਲਦੀ ਹੈ ਨਾ, ਸਾਰੀ ਦੁਨੀਆ ਦਾ ਚੱਕਰ ਲਾ ਕੇ ਵਾਪਸ ਮੁੜਦੀ ਹੈ। ਇੱਕ ਵਾਰੀ ਮੈਨੂੰ ਮੌਕਾ ਮਿਲਿਆ ਵੀ, ਮੇਰੇ ਛੋਟੇ ਬੱਚੇ ਸੀ, ਮੈਂ ਸੋਚਿਆ ਵੀ ਇਹਨਾਂ ਨੂੰ ਗੱਡੀ ਦੀ ਸੈਰ ਕਰਾਵਾਂ। ਮੈਂ ਸਟੇਸ਼ਨ 'ਤੇ ਲੈ ਗਿਆ ਉਹਨਾਂ ਨੂੰ, ਉਸ ਵੇਲੇ ਬੜੇ ਭਲੇ ਜ਼ਮਾਨੇ ਸੀ। ਮੈਂ ਡਰਾਈਵਰ ਨੂੰ ਕਿਹਾ, ਮੈਂ ਕਿਹਾ ਜਿਹੜਾ ਬੱਚਿਆਂ ਨੂੰ ਮੈਂ ਗੱਡੀ ਦੇ ਵਿੱਚ ਕਰਾਉਣਾ ਚਾਹੁੰਦਾ, ਇੱਥੋਂ ਬਿਠਾ ਲਵਾਂ ਇੰਜਨ ਦੇ ਵਿੱਚ। ਉਹ ਮੈਂ ਬਿਠਾ ਲਏ ਅਤੇ ਉਹ ਗੱਡੀ ਮੈਨੂੰ ਬਾਅਦ ਪਤਾ ਲੱਗਿਆ ਵੀ ਇਹ ਅੰਬਾਲੇ ਅਤੇ ਬਠਿੰਡੇ ਦੇ ਵਿਚਕਾਰ ਹੀ ਚੱਲਦੀ ਹੈ। ਸੋ ਇਹ ਬੜੇ ਭੁਲੇਖੇ ਹੁੰਦੇ ਹੈਗੇ ਆ। ਬਚਪਨ 'ਚ ਮੈਂ ਸੋਚਿਆ ਕਰਦਾ ਸੀ ਕਿ ਜਵਾਹਰ ਲਾਲ ਨਹਿਰੂ ਜਿਹੜੇ ਗੋਲ ਗੱਪੇ ਖਾਂਦਾ ਹੋਏਗਾ, ਉਹਨਾਂ ਵਿੱਚ ਤਾਂ ਨਹੀਂ ਮੋਰੀ ਹੁੰਦੀ ਹੋਣੀ, ਉਹਨਾਂ ਵਿੱਚ ਤਾਂ ਪਾਣੀ ਨਹੀਂ ਚੋ ਜਾਂਦਾ ਹੋਣਾ ਵੀ ਉਹ ਸਬੂਤੇ ਗੋਲ ਗੱਪੇ ਖਾਂਦਾ ਹੋਏਗਾ। ਸੋ ਇੱਥੇ ਮੈਂ 24 ਸਾਲ ਰਿਹਾ ਅਤੇ 24 ਸਾਲ ਇੱਥੇ ਪਹੁੰਚਣ ਤੋਂ ਪਹਿਲਾਂ ਮੇਰੀ MA ਕਰਨ ਦੀ ਜਿਹੜੀ ਸਬੱਬ ਬਣਿਆ ਉਹ ਸੰਗਰੂਰ ਰਹਿੰਦਿਆਂ ਮੈਂ ਸਾਹਿਤ ਅਕਾਦਮੀ ਲੁਧਿਆਣਾ ਦੀ ਪ੍ਰੋਫੈਸਰ ਕਿਸ਼ਨ ਸਿੰਘ ਦੇ ਲੈਕਚਰ ਦੀ, ਉਹਨਾਂ ਦੇ ਲੇਖ ਦੀ, ਯਥਾਰਥਵਾਦ ਦਾ ਲੇਖ ਸੀ ਇੱਕ ਤਕਰੀਬਨ 150 ਪੇਜ ਦਾ, ਉੱਥੇ ਰਹਿੰਦਿਆਂ ਮੈਨੂੰ ਉਹ ਪੜ੍ਹਨ ਦਾ ਮੌਕਾ ਮਿਲਿਆ। ਉਸ ਤੋਂ ਪਹਿਲਾਂ ਮੈਂ ਗਿਆਨੀ ਕੀਤੀ ਸੀ, ਮੈਂ ਕਿਸੇ ਇਮਤਿਹਾਨ 'ਚੋਂ ਫੇਲ ਨਹੀਂ ਹੋਇਆ,
ਕੇਵਲ ਗਿਆਨੀ 'ਚ ਫੇਲ ਹੋਇਆ ਸੀ। ਉਹ ਫੇਲ ਹੋਣ ਦੇ ਬਾਵਜੂਦ ਮੇਰੇ ਨੰਬਰ ਜਿਹੜੇ ਸੀ ਫਸਟ ਆਉਣ ਵਾਲੇ ਵਿਦਿਆਰਥੀ ਨਾਲੋਂ ਜ਼ਿਆਦਾ ਸੀ, ਪਰੰਤੂ ਇੱਕ ਐਸੇ ਦਾ ਪਰਚਾ ਹੁੰਦਾ ਸੀ ਉਹਦੇ 'ਚ ਮੈਂ ਫੇਲ ਸੀ। ਉਹ ਜਦੋਂ ਮੈਂ ਲੇਖ ਪੜ੍ਹਿਆ ਤਾਂ ਮੈਂ ਉਸ ਲੇਖ ਤੋਂ ਬਹੁਤ ਪ੍ਰਭਾਵਿਤ ਹੋਇਆ, ਕਿਉਂਕਿ ਉਸ ਤੋਂ ਪਹਿਲਾਂ ਮੈਂ ਐੱਮ ਏ ਅੰਗਰੇਜ਼ੀ ਅਤੇ ਐੱਮ ਏ ਫਿਲੋਸਫੀ ਜਿਹੜੀਆਂ ਸੀ ਕਰ ਚੁੱਕਿਆ ਸੀ। ਮੇਰੀ ਓਰਿਜਨਲ ਜਿਹੜੀ ਇੱਛਾ ਸੀ ਉਹ ਐੱਮ ਏ ਫਿਲੋਸਫੀ ਕਰਨ ਦੀ ਸੀ। ਇੱਕ ਪ੍ਰੋਫੈਸਰ ਸੀ ਇੱਥੇ ਖਾਲਸਾ ਕਾਲਜ ਦੇ ਵਿੱਚ, ਉਹ ਮੈਨੂੰ ਮਿਲੇ, ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਐੱਮ ਏ ਫਿਲੋਸਫੀ ਕਰਨੀ ਚਾਹੁੰਦਾ, ਅਜੇ ਮੈਂ ਐੱਮ ਏ ਅੰਗਰੇਜ਼ੀ ਨਹੀਂ ਸੀ ਕੀਤੀ, ਦਾਖਲ ਹੋਣ ਤੋਂ ਪਹਿਲਾਂ ਦੀ ਗੱਲ ਹੈ। ਉਹ ਕਹਿੰਦੇ ਕਿਉਂ? ਮੈਂ ਕਿਹਾ ਮੈਂ ਕਾਲਜ ਦੇ ਵਿੱਚ ਪੜ੍ਹਾਉਣਾ ਚਾਹੁੰਦਾ। ਕਹਿੰਦੇ ਐੱਮ ਏ ਫਿਲੋਸਫੀ ਨਾਲ ਨੌਕਰੀ ਨਹੀਂ ਮਿਲੇਗੀ। ਉਹਨਾਂ ਨੇ ਮੈਨੂੰ ਦੱਸਿਆ ਕਿ ਪਹਿਲੀ ਗੱਲ ਤਾਂ ਇਹ ਕਿ ਫਿਲੋਸਫੀ ਦਾ ਵਿਸ਼ਾ ਬਹੁਤੇ ਕਾਲਜਾਂ 'ਚ ਹੁੰਦਾ ਹੀ ਨਹੀਂ। ਉਸ ਵੇਲੇ ਪੰਜਾਬ ਦੇ ਵਿੱਚ ਲਗਭਗ 50 ਕਾਲਜ ਸਨ, ਉਹਨਾਂ ਦੇ ਵਿੱਚੋਂ ਕੇਵਲ 7 ਕਾਲਜਾਂ ਦੇ ਵਿੱਚ ਫਿਲੋਸਫੀ ਦਾ ਵਿਸ਼ਾ ਸੀ ਅਤੇ ਬਾਕੀਆਂ 'ਚ ਹੈ ਨਹੀਂ ਸੀ। ਮੈਂ ਕਿਹਾ ਮੈਂ ਕਾਲਜ ਵਿੱਚ ਪੜ੍ਹਾਉਣਾ ਚਾਹੁੰਦਾ, ਮੈਂ ਕੀ ਕਰਾਂ? ਕਹਿੰਦੇ ਐੱਮ ਏ ਅੰਗਰੇਜ਼ੀ ਕਰ। ਮੈਂ ਐੱਮ ਏ ਅੰਗਰੇਜ਼ੀ ਕੀਤੀ। ਉਸੇ ਸਾਲ 2 ਮਹੀਨੇ ਦੇ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਥਰੂ ਮੈਂ ਸਿਲੈਕਟ ਹੋ ਗਿਆ। ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿਹੋ ਜਿਹੇ ਜ਼ਮਾਨੇ ਸੀ। ਉਸ ਵੇਲੇ ਬਿਨਾਂ ਇੰਟਰਵਿਊ ਦੇ ਅਪੁਆਇੰਟਮੈਂਟ ਲੈਟਰ ਆ ਜਾਂਦੇ ਸੀ। ਉਸ ਵੇਲੇ ਮੇਰੇ ਕੋਲ 32 ਅਪੁਆਇੰਟਮੈਂਟ ਲੈਟਰ ਸੀ ਵੱਖ ਵੱਖ ਕਾਲਜਾਂ ਤੋਂ, ਕਿਉਂਕਿ ਐੱਮ ਏ ਅੰਗਰੇਜ਼ੀ ਬਹੁਤੇ ਕਰਦੇ ਨਹੀਂ ਸੀ ਅਤੇ ਉਹਨਾਂ ਦੀ ਸੈਕਿੰਡ ਡਿਵੀਜ਼ਨ ਨਹੀਂ ਸੀ ਆਉਂਦੀ। ਉਸ ਸਾਲ ਕੇਵਲ 7 ਵਿਦਿਆਰਥੀਆਂ ਦੀ ਸੈਕਿੰਡ ਡਿਵੀਜ਼ਨ ਆਈ ਸੀ ਅਤੇ ਬਹੁਤ ਸਾਰੇ ਕਾਲਜਾਂ ਨੇ ਉਹ ਸਾਰਿਆਂ ਨੂੰ ਜਿਹੜੇ ਸੀ ਅਪੁਆਇੰਟਮੈਂਟ ਲੈਟਰ ਭੇਜ ਦਿੰਦੇ ਸੀ ਵੀ ਸਾਡੇ ਕਾਲਜ ਦੇ ਵਿੱਚ ਆਓ। ਮੈਨੂੰ ਉਹ ਲੇਖ ਬਹੁਤ ਚੰਗਾ ਲੱਗਿਆ। ਮੈਨੂੰ ਯਾਦ ਆ 19 ਮਾਰਚ ਦਾ ਦਿਨ ਸੀ ਅਤੇ 21 ਮਾਰਚ ਤੱਕ ਫੀਸਾਂ ਜਾਣੀਆਂ ਸੀ। ਮੈਨੂੰ ਇਹ ਮਨ 'ਚ ਇੱਛਾ ਪੈਦਾ ਹੋਈ ਵੀ ਇਹ ਲੇਖ ਜਿਹੜਾ ਹੈ ਉਹ ਇਹਦੇ ਬੇਸਿਸ 'ਤੇ ਮੈਂ ਐਵੇਂ ਪੰਜਾਬੀ ਕਰਨੀ ਚਾਹੁੰਦਾ ਹੈ। ਕੰਮ ਮੇਰੇ ਕੋਲ ਵਕਤ ਹੁੰਦਾ ਸੀ ਸੰਗਰੂਰ ਰਹਿੰਦੇ ਹੋਏ। ਮੈਂ ਪਟਿਆਲੇ ਆਇਆ, ਲੇਟ ਫੀਸ ਨਾਲ ਫੀਸ ਭਰੀ, ਪੇਪਰ ਦਿੱਤੇ। ਨਾਵਲ ਵਗੈਰਾ ਨਾਟਕ ਵਗੈਰਾ ਤਾਂ ਮੈਂ ਪੜ੍ਹ ਲਏ, ਪਰੰਤੂ ਮੈਨੂੰ ਉਹਨਾਂ ਦੇ ਵਿੱਚ ਬਹੁਤੇ ਨਾਵਾਂ ਥਾਵਾਂ ਦਾ ਨਹੀਂ ਸੀ ਪਤਾ, ਕਿਉਂਕਿ ਮੈਂ ਬੜੀ ਜਲਦੀ ਜਲਦੀ ਕੀਤਾ ਸੀ। ਜੇ ਕੋਈ ਮੇਰੇ 4 ਪਰਚੇ ਕੱਢ ਕੇ ਵੇਖ ਲੈਂਦਾ ਤਾਂ ਉਹਨਾਂ ਦੇ ਵਿੱਚ ਕਿਸ਼ਨ ਸਿੰਘ ਦਾ ਲੇਖ ਹੀ ਲਿਖਿਆ ਹੋਇਆ ਸੀ 4 ਦੇ ਵਿੱਚ। ਤੁਸੀਂ ਇਮੈਜਿਨ ਕਰੋ ਕਿ ਮੈਂ ਫਸਟ ਆਇਆ ਯੂਨੀਵਰਸਿਟੀ ਦੇ ਵਿੱਚ। ਅਤੇ ਇੰਜੋਏ ਮੈਂ ਕੀਤਾ ਜਿਹੜਾ ਸੀ, ਪਹਿਲਾਂ ਐਵੇਂ ਅੰਗਰੇਜ਼ੀ ਕੀਤੀ, ਜਦੋਂ ਰੁਜ਼ਗਾਰ ਲੱਗ ਗਿਆ ਫਿਰ ਮੈਂ ਸ਼ੌਕ ਪੂਰਾ ਕੀਤਾ ਐੱਮ ਏ ਫਿਲੋਸਫੀ ਕਰਨ ਦਾ। ਇਸ ਗੱਲ ਨੂੰ ਮੈਂ ਜ਼ਿੰਦਗੀ ਦੇ ਵਿੱਚ ਲਗਭਗ 50 ਬੰਦਿਆਂ 'ਤੇ ਲਾਗੂ ਕੀਤਾ ਹੋਣਾ, ਉਹਨਾਂ ਨੂੰ ਇਹ ਕਹਿ ਕੇ ਕਿ ਪਹਿਲਾਂ ਰੁਜ਼ਗਾਰ ਦਾ ਪ੍ਰਬੰਧ ਕਰੋ ਫਿਰ ਸ਼ੌਕ ਪੈਦਾ, ਸ਼ੌਕ ਜਿਹੜੇ ਹਨ ਪੂਰੇ ਕਰੋ। ਕਈਆਂ ਨੂੰ ਕਾਲਜ ਪੜ੍ਹਦਿਆਂ ਗਾਉਣ ਦਾ ਸ਼ੌਕ ਹੋ ਜਾਂਦਾ, ਐਕਟਿੰਗ ਕਰਨ ਦਾ ਸ਼ੌਕ ਹੋ ਜਾਂਦਾ, ਡਰਾਮੇ ਕਰਨ ਦਾ ਸ਼ੌਕ ਹੋ ਜਾਂਦਾ। ਸੋ ਇਹ ਗੱਲ ਜਿਹੜੀ ਹੈ ਤੁਹਾਡੇ ਵੀ ਸਾਰਿਆਂ ਦੇ ਧਿਆਨ 'ਚ ਲਿਆਉਣੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਰੁਜ਼ਗਾਰ ਦਾ ਪ੍ਰਬੰਧ ਕਰੋ ਫਿਰ ਸ਼ੌਕ ਪੂਰੇ ਕਰੋ। ਸੋ ਮੈਂ ਆਪਣਾ ਸ਼ੌਕ ਜਿਹੜਾ ਸੀ ਉਹ ਰੁਜ਼ਗਾਰ ਜਦੋਂ ਲੱਗ ਗਿਆ ਉਸ ਤੋਂ ਬਾਅਦ ਪੂਰਾ ਕੀਤਾ, ਅਤੇ ਉਸ ਤੋਂ ਬਾਅਦ ਮੌਜ ਕਰੋ ਜਿਹੜੀ ਐੱਮ ਏ ਪੰਜਾਬੀ ਮੈਂ ਕੀਤੀ ਇਹ ਮੌਜ ਕਰਨ ਵਾਸਤੇ ਕੀਤੀ ਸੀ। ਅਤੇ ਉਸ ਦੇ ਬੇਸਿਸ 'ਤੇ ਇੱਥੇ ਆਨਰ ਸਕੂਲ ਖੁੱਲ੍ਹ ਗਿਆ। ਆਨਰ ਸਕੂਲ ਦੇ ਵਿੱਚ ਪੋਸਟਾਂ ਨਿਕਲੀਆਂ ਜਿਹਦੇ ਵਿੱਚ ਇਸ਼ਤਿਹਾਰ ਦੇ ਵਿੱਚ ਛਪਿਆ ਹੋਇਆ ਸੀ ਲੈਕਚਰਰ ਇਨ ਇੰਗਲਿਸ਼ ਐਂਡ ਪੰਜਾਬੀ ਚਾਹੀਦਾ, ਅਤੇ ਜਿਹਨੇ ਐੱਮ ਏ ਫਿਲੋਸਫੀ ਕੀਤੀ ਹੋਵੇ ਉਸਨੂੰ ਪ੍ਰੈਫਰੈਂਸ ਦਿੱਤੀ ਜਾਏਗੀ।
ਉਸ ਵੇਲੇ ਪੰਜਾਬ ਦੇ ਵਿੱਚ ਕੇਵਲ ਮੇਰੇ ਕੋਲ ਇਹ 3 MA ਸੀ। ਮੈਂ ਇੱਥੇ ਆਇਆ, ਮੇਰੀ ਇੱਥੇ ਸਿਲੈਕਸ਼ਨ ਹੋ ਗਈ। ਜਦੋਂ ਸਿਲੈਕਸ਼ਨ ਹੋ ਗਈ, ਕਿਉਂਕਿ ਮੈਂ ਅੰਗਰੇਜ਼ੀ ਪੜ੍ਹਾਉਂਦਾ ਆਇਆ ਸੀ, ਕਿੰਨਾ ਹੀ ਚਿਰ ਤਾਂ ਮੈਨੂੰ ਸਮਝ ਨਾ ਆਇਆ ਮੈਂ ਆ ਕਿੱਥੇ ਗਿਆ। ਸੋ ਮਤਲਬ ਸਬਜੈਕਟ ਬਦਲਣ ਦੇ ਨਾਲ ਥੋੜ੍ਹੀ ਜਿਹੀ ਇਸ ਕਿਸਮ ਦੀ ਡਿਸਰਪਸ਼ਨ ਜਿਹੜੀ ਹੈ ਨਾ, ਉਹ ਹੁੰਦੀ ਹੁੰਦੀ ਹੈ। ਹੌਲੀ 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 ਮੇਰਾ ਇੱਥੇ ਦਿਲ ਲੱਗਣ ਲੱਗ ਪਿਆ। ਅਤੇ ਜਿਹੜੀ ਘਟਨਾ ਵਾਪਰੀ ਉਹ ਇਹ ਸੀ ਕਿ MA ਪਾਰਟ 2 ਦੇ ਵਿੱਚ ਵਾਰਤਕ ਦਾ ਪੇਪਰ ਸੀ, ਉਸ ਨੂੰ ਪੜ੍ਹਾਉਣ ਵਾਸਤੇ ਨਾ ਕੋਈ ਟੀਚਰ ਤਿਆਰ ਸੀ ਅਤੇ ਨਾ ਵਿਦਿਆਰਥੀ ਦਿਲਚਸਪੀ ਨਾਲ ਉਸ ਨੂੰ ਪੜ੍ਹਦੇ ਸਨ। ਅਤੇ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਕਿ ਔਖਾ ਕੰਮ ਕਰੋ, ਸੌਖੇ ਸਾਰੇ ਕਰ ਲੈਣਗੇ, ਔਖਾ ਕੰਮ ਕਰੋ। ਮੈਂ ਡਿਪਾਰਟਮੈਂਟ ਨੂੰ ਕਿਹਾ ਕਿ ਤੁਸੀਂ ਮੈਨੂੰ ਦਿਓ ਇਹ ਪਰਚਾ ਅਤੇ ਮੈਂ ਇਹ ਪੜ੍ਹਾਊਂਗਾ। 3-4 ਗੱਲਾਂ ਮੈਂ ਕਹਿਣੀਆਂ ਚਾਹੂੰਗਾ। ਮੈਂ ਸਾਰੀ ਜ਼ਿੰਦਗੀ ਪਹਿਲਾ ਪੀਰੀਅਡ ਲਿਆ, ਕਿਉਂਕਿ ਪਹਿਲਾ ਪੀਰੀਅਡ ਬਹੁਤੇ ਲੋਕ ਲੈਣ ਤੋਂ ਕਤਰਾਉਂਦੇ ਹਨ। ਉਹ ਕਤਰਾਉਂਦੇ ਇਸ ਕਰਕੇ ਹਨ ਕਿ 11-12 ਵਜੇ ਪੀਰੀਅਡ ਲੱਗੇਗਾ, ਹੜਤਾਲ ਹੋ ਜਾਏਗੀ, ਕੋਈ ਹੋਰ ਹੋ ਜਾਏਗਾ, ਮਤਲਬ ਕਿ ਉਹ ਕਲਾਸ ਰੂਮ ਵਿੱਚ ਜਾਣ ਤੋਂ ਡਰਦੇ ਹਨ। ਸੋ ਪਹਿਲਾ ਪੀਰੀਅਡ ਜਿਹੜਾ ਸੀ ਸਾਰੀ ਜ਼ਿੰਦਗੀ। ਦੂਜੀ ਗੱਲ, ਮੈਂ 40 ਸਾਲਾਂ ਦੇ ਵਿੱਚ ਕਦੀ ਕੋਈ ਛੁੱਟੀ ਨਹੀਂ ਲਈ। ਉਹਦਾ ਕਾਰਨ ਸੀ, ਕਾਰਨ ਇਹ ਸੀ ਕਿ ਮੈਂ ਸਕੂਲ ਦੇ ਵਿੱਚ 8ਵੀਂ 9ਵੀਂ ਅਤੇ 10ਵੀਂ ਇਹਨਾਂ 3 ਸਾਲਾਂ ਦੇ ਵਿੱਚ ਸਕੂਲ ਦੇ ਵਿੱਚ ਸਵੇਰੇ ਮੈਂ ਖਬਰਾਂ ਲਿਖਦਾ ਹੁੰਦਾ ਸੀ। ਮੈਂ ਇੱਕ ਅਖਬਾਰ ਦੇ ਵਿੱਚ ਕੰਮ ਕਰਦਾ ਸੀ, ਇਸ ਪਾਸੇ ਵਾਲੇ ਮੈਂ ਬਾਅਦ 'ਚ ਆਵਾਂਗਾ, ਅਤੇ ਖਬਰਾਂ ਲਿਖਦਾ ਹੁੰਦਾ ਸੀ। ਮੇਰੇ ਖਬਰਾਂ ਲਿਖਣ ਵਾਸਤੇ ਹੈੱਡ ਮਾਸਟਰ ਸਾਹਿਬ ਦੇ ਕਮਰੇ ਦੇ ਬਾਹਰਲੀ ਜਿਹੜੀ ਕੰਧ ਸੀ ਉਹ ਦੁਬਾਰਾ ਬਣਵਾਈ ਗਈ, ਉੱਥੇ ਪੇਂਟ ਕੀਤਾ ਗਿਆ। ਉਸ 'ਤੇ ਮੈਂ ਰੋਜ਼ ਖਬਰਾਂ ਲਿਖਦਾ ਸੀ, ਰੋਜ਼ ਖਬਰਾਂ ਲਿਖਣੀਆਂ ਹੁੰਦੀਆਂ ਸੀ। ਇਸ ਕਰਕੇ ਮੈਂ ਸਵੇਰੇ ਸਕੂਲ 1/2 ਘੰਟਾ ਪਹਿਲਾਂ ਪਹੁੰਚਦਾ ਸੀ, ਅਤੇ ਉਸ 3 ਸਾਲਾਂ ਦੇ ਵਿੱਚ ਮੈਨੂੰ ਆਦਤ ਹੀ ਪੈ ਗਈ ਰੋਜ਼ ਸਕੂਲ ਜਾਣ ਦੀ। ਅਤੇ ਉਸ ਤੋਂ ਬਾਅਦ ਲੋੜ ਹੀ ਨਹੀਂ ਪਈ ਛੁੱਟੀ ਲੈਣ ਦੀ, ਕਿਉਂਕਿ ਪਹਿਲਾ ਪੀਰੀਅਡ ਲਾਉਂਦਾ ਸੀ, ਪਹਿਲਾ ਪੀਰੀਅਡ 9 ਤੋਂ 10 ਅਤੇ ਦੂਜਾ ਪੀਰੀਅਡ 10 ਤੋਂ 11। ਮਤਲਬ ਲੋਕਾਂ ਦੇ ਅਜੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮੇਰਾ ਕੰਮ ਮੁੱਕ ਚੁੱਕਾ ਹੁੰਦਾ ਸੀ। ਸੋ ਇਸ ਕਰਕੇ ਕਦੀ ਕੋਈ ਛੁੱਟੀ ਲੈਣ ਦੀ ਲੋੜ ਹੀ ਨਹੀਂ ਪਈ। ਆਪਣਾ ਵਿਆਹ ਵੀ ਜਿਹੜਾ ਸੀ ਉਹ ਵੀ ਮੈਂ ਬਿਨਾਂ ਛੁੱਟੀ ਦੇ ਹੀ ਲਿਆ ਕੀਤਾ। ਐਤਵਾਰ ਨੂੰ ਮੇਰਾ ਵਿਆਹ ਸੀ 16 ਮਈ ਨੂੰ, ਅਤੇ 15 ਤਰੀਕ ਦੀ ਸ਼ਾਮ ਤੱਕ ਮੈਂ ਇਮਤਿਹਾਨ ਦੀ ਡਿਊਟੀ ਦਿੱਤੀ। ਸੋ ਕਹਿਣ ਤੋਂ ਭਾਵ ਹੈ ਕਿ ਇਹ ਮੈਂ ਜਦੋਂ PhD ਕਰ ਰਿਹਾ ਸੀ, ਉਦੋਂ ਬਾਅਦ ਵਿੱਚ ਮੈਨੂੰ ਪਤਾ ਲੱਗਾ ਹਿੰਦੂ ਅਖਬਾਰ ਹੈ ਨਾ ਜਿਹੜਾ, ਉਸ ਦੇ ਵਿੱਚ ਲਗਭਗ 40-50 ਅਜਿਹੇ ਕਾਮੇ ਹਨ ਜਿਨ੍ਹਾਂ ਨੇ ਕਦੇ ਛੁੱਟੀ ਨਹੀਂ ਲਈ। ਮੈਂ ਮਹਿਸੂਸ ਕੀਤਾ ਵੀ ਇਸ ਇਟ ਪੋਸੀਬਲ, ਫਿਰ ਮੈਂ ਕਿਹਾ ਮੈਂ ਇਹ ਕਰੂੰਗਾ। ਉਸ ਤੋਂ ਬਾਅਦ ਮੈਂ ਆਪਣਾ ਨਿਯਮ ਬਣਾ ਲਿਆ ਛੁੱਟੀ ਨਹੀਂ ਲਈ। ਮੇਰੀ ਵਾਈਫ ਵੀ ਇੱਥੇ ਪ੍ਰੋਫੈਸਰ ਸੀ, ਉਹ ਅੰਗਰੇਜ਼ੀ ਡਿਪਾਰਟਮੈਂਟ ਵਿੱਚ ਸੀ। ਇੱਕ ਇੰਟਰਸਟਿੰਗ ਗੱਲ ਤੁਹਾਨੂੰ ਦੱਸਦਾ, ਜਦੋਂ ਮੇਰਾ ਵਿਆਹ ਹੋਇਆ ਉਦੋਂ ਮੈਂ ਮਹਿੰਦਰਾ ਕਾਲਜ ਦੇ ਵਿੱਚ ਅੰਗਰੇਜ਼ੀ ਦਾ ਲੈਕਚਰਰ ਸੀ, ਅਤੇ ਮੇਰੀ ਸੱਸ ਦੀ ਇੱਕੋ ਹੀ ਸ਼ਰਤ ਸੀ ਆਪਣੀ ਧੀ ਦੇ ਵਿਆਹ ਵਾਸਤੇ ਕਿ ਲੜਕਾ ਜਿਹੜਾ ਹੈ ਨਾ ਉਹ MA ਪੰਜਾਬੀ ਨਾ ਹੋਵੇ। ਉਹ MA ਪੰਜਾਬੀ ਨਾ ਹੋਵੇ, ਮਤਲਬ ਕਿ ਉਹ ਪੰਜਾਬੀ ਪ੍ਰਤੀ, ਉਹ ਡਾਕਟਰ ਸੀ ਕਿਸੇ ਵੇਲੇ ਦੀ 1940-45 ਸਾਲ ਦੇ ਵਿੱਚ ਡਾਕਟਰ ਸੀ, ਉਹ ਕੁਆਲੀਫਾਈਡ MBBS। ਅਤੇ ਜਦੋਂ ਮੇਰੀ ਇੱਥੇ ਸਿਲੈਕਸ਼ਨ ਹੋ ਗਈ, ਅਤੇ ਮੇਰੀ ਵਾਈਫ ਨੇ ਮੈਨੂੰ ਬਾਅਦ 'ਚ ਦੱਸਿਆ ਇਹ ਗੱਲ, ਦੱਸੀ
ਅਤੇ ਮੈਨੂੰ ਉਸ ਵੇਲੇ ਮਹਿਸੂਸ ਹੋਇਆ ਜਦੋਂ ਉਹ ਤੋਂ ਬਾਅਦ ਮੈਂ ਜਾਂਦਾ ਹੁੰਦਾ ਸੀ ਨਾ ਆਪਣੇ ਸਹੁਰੇ ਘਰ, ਤਾਂ ਉਦੋਂ ਮੈਂ ਆਪਣੀ ਸੱਸ ਨੂੰ ਬੜੇ ਧਿਆਨ ਨਾਲ ਵੇਖਦਾ ਸੀ ਵੀ ਇਹਦੇ ਚਿਹਰੇ 'ਤੇ ਇਸ ਗੱਲ ਦਾ ਕਿਤਨਾ ਕੁ ਦਰਦ ਹੈ ਕਿ ਮੈਂ ਹੁਣ ਪੰਜਾਬੀ ਡਿਪਾਰਟਮੈਂਟ ਵਿੱਚ ਹੈ, ਅਤੇ ਮੈਂ ਉਸ ਪ੍ਰਤੀ ਜ਼ਿਆਦਾ ਸੁਹਿਰਦ ਅਤੇ ਚੰਗਾ ਬਣਨ ਦਾ ਯਤਨ ਕਰਦਾ ਸੀ ਵੀ ਉਹਦੇ ਮਨ ਦੇ ਵਿੱਚੋਂ ਉਹ ਕੁੜਿੱਤਣ ਜਿਹੜੀ ਹੈਗੀ ਹੈ ਉਹ ਨਿਕਲੇ। ਜਦੋਂ ਮੈਂ ਵਾਰਤਕ ਦਾ ਪੇਪਰ ਪੜ੍ਹਾਉਣਾ ਸ਼ੁਰੂ ਕੀਤਾ, ਮੈਨੂੰ ਉਸ ਵੇਲੇ ਲੱਗਿਆ ਵੀ ਵਾਰਤਕ ਦੇ ਵਿੱਚ ਜਿਹੜੀ ਪੜ੍ਹਾਇਆ ਜਾ ਰਿਹਾ ਬਹੁਤਾ ਧਰਮ ਦੇ ਪ੍ਰਭਾਵ ਅਧੀਨ ਹੈ। ਧਰਮ ਦੇ ਪ੍ਰਭਾਵ ਅਧੀਨ ਪੰਜਾਬੀ ਦਾ ਸਾਹਿਤ ਜਿਹੜਾ ਹੋਣ ਕਰਕੇ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਹੈਗੀ ਹੈ, ਉਸ ਕਰਕੇ ਵਿਦਿਆਰਥੀਆਂ ਦੀ ਬਹੁਤੀ ਰੁਚੀ ਨਹੀਂ ਸੀ। ਇਹ ਅਜੇ ਵੀ ਜਿਹੜਾ ਹੈ ਇਹ ਗੱਲ ਉਵੇਂ ਹੀ ਚੱਲਦੀ ਹੈ, ਐਵੇਂ ਪੰਜਾਬੀ ਨੂੰ ਲੋਕ ਬਹੁਤੇ ਇਉਂ ਹੀ ਸਮਝਦੇ ਹਨ ਕਿ ਇਹ ਤਾਂ ਗੁਰਦੁਆਰੇ ਭਾਈ ਸਾਹਿਬ ਲੱਗਣ ਦੇ ਯੋਗ ਹੈਗੇ ਹੈ, ਮਤਲਬ ਕਿ ਇਹਨਾਂ ਦਾ ਪੜ੍ਹਨ ਪੜ੍ਹਾਉਣ ਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੈ। ਇਸ ਗੱਲ ਨੂੰ ਤੋੜਨ ਦੀ ਲੋੜ ਹੈਗੀ ਹੈ, ਤੋੜਨ ਦੀ ਲੋੜ ਹੈ। ਜਦ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਮੈਨੂੰ ਆਪ ਵੀ ਬੜੀ ਧਰਮ ਪ੍ਰਤੀ ਮੇਰਾ ਕੋਈ ਮੋਹ ਨਹੀਂ ਹੈ, ਬਲਕਿ ਕਈ ਵਾਰੀ ਮੈਂ ਵਿਰੋਧਤਾ ਜਿਹੜੀ ਹੈ ਨਾ ਉਸਨੂੰ ਲੁਕਾਉਣ ਦਾ ਯਤਨ ਕਰਦਾ ਹੁੰਦਾ। ਧਰਮ ਦੇ ਖਿਲਾਫ ਮੈਂ ਕੋਈ ਗੱਲ ਕਰਦਾ ਤਾਂ ਸਿੱਖ ਮੇਰੇ ਮਗਰ ਪੈ ਜਾਂਦੇ, 3-4 ਵਾਰੀ ਇਵੇਂ ਹੋਇਆ, ਅਤੇ ਫਿਰ ਮੈਂ ਧਾਰਮਿਕ ਸਥਾਨ ਵਰਤਦਾ, ਗੁਰਦੁਆਰਾ ਸ਼ਬਦ ਨਹੀਂ ਵਰਤਦਾ, ਧਾਰਮਿਕ ਸਥਾਨਾਂ ਦੇ ਵਿੱਚ। ਇਸ ਤਰ੍ਹਾਂ ਸਾਡੇ ਸਕੂਲ ਦੇ ਵਿੱਚ ਇੱਕ ਟੀਚਰ ਹੁੰਦੇ ਸੀ, ਉਹ ਧਾਰਮਿਕ ਦਾ ਪੀਰੀਅਡ ਲਾਉਂਦੇ ਸੀ ਅਤੇ ਸਾਨੂੰ ਪਾਠ ਯਾਦ ਕਰਕੇ ਲਿਆਉਣ ਵਾਸਤੇ ਕਹਿੰਦੇ ਹੁੰਦੇ ਸੀ। ਬੱਚੇ ਦੇ ਨਾਲ ਸਭ ਤੋਂ ਵੱਡਾ ਅਨਿਆਏ ਇਹ ਹੈ ਕਿ ਉਸਨੂੰ ਅਰਥ ਦੱਸੇ ਬਿਨਾਂ ਕੋਈ ਚੀਜ਼ ਯਾਦ ਰੱਖਣ ਵਾਸਤੇ ਕਿਹਾ ਜਾਵੇ। ਸਾਨੂੰ ਅਰਥ ਦਾ ਪਤਾ ਨਹੀਂ ਸੀ ਬਾਣੀ ਦੇ ਕੀ ਹਨ, ਅਤੇ ਉਹ ਕੀ ਕਰਦੇ ਸੀ ਜਿਹੜੇ ਨਹੀਂ ਸੀ ਕਰਦੇ ਕੰਮ, ਪੜ੍ਹ ਕੇ ਨਹੀਂ ਸੀ ਆਉਂਦੇ ਜਾਂ ਯਾਦ ਕਰਕੇ ਨਹੀਂ ਸੀ ਆਉਂਦੇ, ਕਲਾਸ ਦੇ ਵਿੱਚ ਇੱਕ ਬੈਂਚ ਹੁੰਦਾ ਸੀ ਅਖੀਰ 'ਤੇ, 7ਵੀਂ 8ਵੀਂ ਦੀ ਗੱਲ ਹੈ ਮੇਰਾ ਖਿਆਲ, ਉੱਥੇ ਖੜ੍ਹੇ ਕਰ ਦਿੰਦੇ ਸੀ। ਉੱਥੇ ਜਦੋਂ 3 ਵਿਦਿਆਰਥੀ ਹੋ ਜਾਂਦੇ ਸੀ ਤਾਂ ਉਹ ਜਮੀਅਤ ਸਿੰਘ ਉਹਨਾਂ ਦਾ ਨਾਂ ਸੀ ਜਿਹੜੇ ਸਾਨੂੰ ਧਾਰਮਿਕ ਦਾ ਪੀਰੀਅਡ ਪੜ੍ਹਾਉਂਦੇ ਸੀ, ਜਿਹੜੀ ਮੱਛਰਦਾਨੀ ਵਾਲੀ ਲੰਬੀ ਸੋਟੀ ਹੁੰਦੀ ਹੈ ਨਾ, ਉਸ ਲੰਬੀ ਸੋਟੀ ਦੇ ਨਾਲ ਉਹ ਇੱਕੋ ਵਾਰ ਦੇ ਵਿੱਚ 6 ਗੋਡੇ ਜਿਹੜੇ ਸੀ, ਬਾਲ ਗੋਡੇ ਬੱਚਿਆਂ ਦੇ ਗੋਡੇ, ਉਹਨਾਂ ਨੂੰ ਫੁੰਡ ਦਿੰਦੇ ਸੀ। ਅਤੇ ਉਸ ਨਾਲ ਸਾਡੇ ਮਨ ਦੇ ਵਿੱਚ, ਮੇਰੇ ਮਨ ਵਿੱਚ ਤਾਂ ਇਹ ਹੈ ਹਮੇਸ਼ਾ ਹਮੇਸ਼ਾ ਵਾਸਤੇ ਧਰਮ ਪ੍ਰਤੀ ਜਿਹੜੀ ਸੀ ਉਹ ਇੱਕ ਤਰੀਕੇ ਦੀ ਵਿਰੋਧ ਜਿਹਾ ਜਿਹੜਾ ਸੀ ਨਾ ਉਹ ਪੈਦਾ ਹੋ ਗਿਆ ਵੀ ਜੇਕਰ ਇਹ ਧਰਮ ਹੈ ਤਾਂ ਮੈਂ ਤਾਂ ਨਹੀਂ ਪੜ੍ਹਦਾ ਇਹ। ਤਾਂ ਉਸ ਟੀਚਰ ਦੇ ਨਾਲ ਮੇਰਾ 2-3 ਸਾਲ ਝਗੜਾ ਹੀ ਚੱਲਦਾ ਰਿਹਾ, ਜਿਸ ਨੂੰ ਕਹਿੰਦੇ ਨੇ ਮੈਨੂੰ ਡੰਡੇ ਖਾਣੇ ਪ੍ਰਵਾਨ ਸੀ, ਉਹ ਬੈਂਤਾਂ ਖਾਣੀਆਂ ਪ੍ਰਵਾਨ ਸੀ, ਪਰੰਤੂ ਉਸ ਅਧਿਆਪਕ ਦਾ ਕਿਹਾ ਮੰਨਣਾ ਮੈਨੂੰ ਪ੍ਰਵਾਨ ਨਹੀਂ ਸੀ। ਸੋ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਵਾਪਰੀਆਂ। ਅਸੀਂ ਜਦੋਂ ਪਾਕਿਸਤਾਨ ਤੋਂ ਆਏ ਤਾਂ ਉਸ ਵੇਲੇ ਸਾਰੇ ਲੋਕ ਜਿਹੜੇ ਸੀ ਉਜੜੇ ਪੁਜੜੇ ਸੀ, ਕਿਸੇ ਕੋਲ ਕੁਛ ਨਹੀਂ ਸੀ। ਉਸ ਵੇਲੇ ਜਿਹੜੀ ਸਰਵਾਈਵਲ ਦੀ ਸਟਰਗਲ ਸੀ ਉਸ ਵਿੱਚੋਂ ਗੁਜ਼ਰਨ ਦਾ ਮੈਨੂੰ ਮੌਕਾ ਮਿਲਿਆ। ਮੈਂ 9 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਲਗਭਗ 23-24 ਕੰਮ ਕੀਤੇ, ਜੋ ਕੰਮ ਮਿਲਿਆ ਕੀਤਾ, ਤੁਸੀਂ ਇਮੈਜਿਨ ਨਹੀਂ ਕਰ ਸਕਦੇ ਕਿਹੜੇ ਕਿਹੜੇ ਕੰਮ ਕੀਤੇ ਮੈਂ। ਆਹ ਕੈਪੀਟਲ ਸਿਨੇਮਾ ਹੈ ਪਟਿਆਲੇ ਦਾ, ਇਸ ਦੀ ਮੈਂ ਰੋੜੀ ਕੁੱਟੀ ਹੋਈ ਹੈ, ਸਿਨੇਮੇ ਵਿੱਚ ਮੈਂ ਪਾਪੜ ਵੇਚੇ ਹੋਏ ਹਨ, ਇੱਕ ਡਾਕਟਰ ਦੇ ਕੋਲ ਮੈਂ ਕੰਪਾਊਂਡਰੀ ਕੀਤੀ ਹੋਈ ਹੈ, ਬੈਂਕ ਦੀ ਨੌਕਰੀ ਕੀਤੀ ਹੋਈ ਹੈ, ਟਿਊਸ਼ਨਾਂ ਪੜ੍ਹਾਈਆਂ ਹੋਈਆਂ,
ਦੋ ਭੈਣਾਂ ਸੀ ਉਹ ਪਾਸ ਨਹੀਂ ਸੀ ਹੁੰਦੀਆਂ ਅਤੇ ਮੈਂ 9ਵੀਂ 'ਚ ਪੜ੍ਹਦਾ ਸੀ ਉਹ 10ਵੀਂ 'ਚ ਦੋ ਵਾਰੀ ਫੇਲ ਹੋ ਚੁੱਕੀਆਂ ਸੀ। ਉਹਦਾ ਜਿਹੜਾ ਫਾਦਰ ਸੀ ਉਹ ਮੇਰੇ ਨਾਲ ਉਹਦਾ ਮੇਲ ਮਿਲਾਪ ਸੀ। ਮੈਂ ਉਹਨੂੰ ਕਿਹਾ ਮੈਂ ਇਹਨਾਂ ਨੂੰ ਪਾਸ ਕਰਵਾ ਸਕਦਾ ਹੈਗਾ, ਤੁਸੀਂ ਮੈਨੂੰ ਮੌਕਾ ਦਿਓ। ਮੈਂ ਆਪ 9ਵੀਂ 'ਚ ਪੜ੍ਹਦਾ ਸੀ, ਉਹ 10ਵੀਂ ਦੀਆਂ ਵਿਦਿਆਰਥਣਾਂ ਸਨ ਅਤੇ ਉਸਨੇ ਮੈਨੂੰ ਉਸ ਵੇਲੇ ਕਿਹਾ ਵੀ ਹਾਂ ਤੂੰ ਪੜ੍ਹਾਇਆ ਕਰ ਇਹਨਾਂ ਨੂੰ। ਅਤੇ ਮੈਂ ਆਪ 10ਵੀਂ ਦੀ ਟਿਊਸ਼ਨ ਰੱਖੀ, ਸਵੇਰੇ ਮੈਂ 10ਵੀਂ ਦੀ ਟਿਊਸ਼ਨ ਪੜ੍ਹਨ ਜਾਂਦਾ ਸੀ। ਟਿਊਸ਼ਨ ਪੜ੍ਹ ਕੇ ਜੋ ਮੈਂ ਆਉਂਦਾ ਸੀ ਉਹ ਸ਼ਾਮ ਨੂੰ ਉਹਨਾਂ ਲੜਕੀਆਂ ਨੂੰ ਪੜ੍ਹਾਉਂਦਾ ਸੀ ਅਤੇ ਉਹ ਪਾਸ ਹੋਈਆਂ। ਪਾਸ ਹੋਣ ਵਾਸਤੇ ਇੱਕ ਮੈਂ ਢੰਗ ਵਰਤਿਆ, ਮੈਂ ਉਹਨਾਂ ਨੂੰ ਕਿਹਾ ਵੀ ਜਿਵੇਂ ਮੈਂ ਤੁਹਾਨੂੰ ਕਹਾਂ ਉਵੇਂ ਕਰੀ ਜਾਓ। ਉਸ ਦੇ ਨਾਲ ਕੀ ਹੋਇਆ, ਉਹਨਾਂ ਨੂੰ ਮੈਂ ਕਹਾਂ ਕਿ ਇਹ ਸਾਰਾ ਕੁਝ ਨਾ ਲਿਖ ਕੇ ਰੱਖਣਾ। ਅੱਜ ਕੱਲ੍ਹ ਦੇ ਵਿਦਿਆਰਥੀਆਂ ਦੀ ਮੁੱਖ ਕਮਜ਼ੋਰੀ ਜਿਹੜੀ ਹੈ ਨਾ, ਲਿਖਣ ਦਾ ਅਭਿਆਸ ਨਾ ਹੋਣਾ ਹੈ। ਇਮਤਿਹਾਨ ਤੁਹਾਡੇ ਲਿਖਣ ਦੀ ਪ੍ਰੀਖਿਆ ਹੈ, ਪਰੰਤੂ ਤੁਸੀਂ ਪੜ੍ਹੀ ਜਾਂਦੇ ਹੋ। ਜੇਕਰ ਤੁਸੀਂ ਪੜ੍ਹੋਗੇ ਅਤੇ ਲਿਖੋਗੇ ਨਹੀਂ, ਨੋਟਸ ਨਹੀਂ ਲਾਓਗੇ, ਤਾਂ ਉਹ 18 ਘੰਟੇ ਤੁਹਾਨੂੰ ਯਾਦ ਰਹੇਗਾ, ਉਸ ਤੋਂ ਬਾਅਦ ਭੁੱਲ ਜਾਏਗਾ। ਜੇ ਤੁਸੀਂ ਨੋਟਸ ਲਏ ਹੋਣਗੇ ਤਾਂ ਉਹਨਾਂ ਨੂੰ ਜਦੋਂ ਇੱਕ ਵਾਰੀ ਤੁਸੀਂ ਦੇਖੋਗੇ ਉਹ ਸ਼ਬਦ ਜਿਹੜੇ ਹਨ ਉਹ ਹਿੰਟ ਬਣ ਜਾਣਗੇ, ਉਹ ਹਿੰਟ ਦੇ ਪਿੱਛੇ ਪੂਰਾ ਜਿਹੜੀ ਸਬਕ ਹੈ ਨਾ ਉਹ ਜਿਹੜਾ ਹੈ ਤੁਹਾਡੇ ਸਾਹਮਣੇ ਖੁੱਲ੍ਹ ਜਾਏਗਾ। ਸੋ ਮੈਂ ਸਾਰੀ ਜ਼ਿੰਦਗੀ ਜਿਹੜਾ ਹੈ ਉਹ ਨੋਟਸ ਲਏ, ਜਦੋਂ ਮੈਂ ਕੋਈ ਕਿਤਾਬ ਪੜ੍ਹਨਾ ਤਾਂ ਉਸ ਦੇ ਨੋਟਸ ਲੈਂਦਾ ਹੈਗਾ। ਇਸ ਢੰਗ ਦੇ ਨਾਲ ਮੇਰੇ ਕੋਲ 60-70 ਰਜਿਸਟਰ ਹੋ ਗਏ ਸੀਗੇ। ਮਾਲਾ ਮਣਕੇ ਜਿਹੜੀ ਸੀ ਉਹ ਮੈਂ ਕਿਵੇਂ ਲਿਖਣੇ ਸ਼ੁਰੂ ਕੀਤੇ, ਕਿਵੇਂ ਪੈਦਾ ਹੋਏ? ਮੇਰੇ ਇੱਕ ਵਿਦਿਆਰਥਣ ਸੀ ਇਸ ਡਿਪਾਰਟਮੈਂਟ ਦੇ ਵਿੱਚੋਂ ਪੜ੍ਹ ਕੇ ਗਈ ਸੀ, ਉਹ 90 ਟੀਚਰ ਲੱਗੀ ਹੋਈ ਸੀ। ਉੱਥੇ ਟੀਚਰਸ ਦਾ, ਸਕੂਲ ਟੀਚਰਸ ਦਾ ਇੱਕ ਓਰੀਐਂਟੇਸ਼ਨ ਦਾ ਪ੍ਰੋਗਰਾਮ ਸੀ ਜਿਹੜਾ ਕਈ ਦਿਨ ਚੱਲਣਾ ਸੀ। ਉਸਨੇ ਮੈਨੂੰ ਬੁਲਾਇਆ ਉੱਥੇ ਵੀ ਉਹਨਾਂ ਨੂੰ ਐਡਰੈਸ ਕਰਾਂ। ਮੈਂ ਬੈਠਾ ਸੀ, ਅਜੇ ਤੱਕ ਉਸਨੇ ਮੈਨੂੰ ਇੰਟਰੋਡਿਊਸ ਨਹੀਂ ਸੀ ਕੀਤਾ। ਉਸਨੇ ਉੱਥੇ ਜੁੜੇ ਹੋਏ ਅਧਿਆਪਕਾਂ ਨੂੰ ਕਿਹਾ ਕਿ ਤੁਸੀਂ ਅੱਜ ਦਾ ਵਿਚਾਰ ਪੇਸ਼ ਕਰੋ। ਉਹਨਾਂ ਨੇ ਵਾਰੀ ਵਾਰੀ ਆਏ, ਉਹਨਾਂ ਨੇ ਇੱਕ ਇੱਕ ਵਿਚਾਰ ਜਿਹੜਾ ਸੀ ਉਹ ਪੇਸ਼ ਕੀਤਾ। ਮੈਨੂੰ ਵੇਖ ਕੇ ਸੁਣ ਕੇ ਬੜੀ ਹੈਰਾਨੀ ਹੋਈ ਵੀ ਇਹ ਤਾਂ ਮੇਰੀਆਂ ਕਿਤਾਬਾਂ ਵਿੱਚੋਂ ਬੋਲ ਰਹੇ ਹਨ, ਇਹ ਮੇਰੀਆਂ ਕਿਤਾਬਾਂ ਵਿੱਚੋਂ ਵਾਕ ਜਿਹੜੇ ਹਨ ਉਹ ਬੋਲ ਰਹੇ ਹਨ। ਉਸ ਤੋਂ ਮੈਨੂੰ ਆਈਡੀਆ ਮਿਲਿਆ ਵੀ ਜੇਕਰ ਇਹ ਵਾਕ ਇਵੇਂ ਇਹਨਾਂ ਨੂੰ ਅਪੀਲ ਕਰਦੇ ਹੈਗੇ ਆ ਤਾਂ ਵਾਈ ਨਾਟ ਰਾਈਟ ਏ ਬੁੱਕ ਲਾਈਕ ਦੈਟ। ਅਤੇ ਉਸ ਵੇਲੇ ਜਿਹੜੇ 60-70 ਰਜਿਸਟਰ ਸੀ ਜਿਨ੍ਹਾਂ ਦੇ ਵਿੱਚ ਮੈਂ ਕਿਸੇ ਵੇਲੇ ਜੋ ਕੁਝ ਵੀ ਪੜ੍ਹਦਾ ਸੀ ਉਹ ਜੋ ਫਰੇਜ਼ ਮੈਨੂੰ ਚੰਗਾ ਲੱਗਦਾ ਸੀ ਮੈਂ ਲਿਖਦਾ ਵਾਰਤਕ ਹਾਂ ਤਾਂ ਪੜ੍ਹਦਾ ਜਾ ਰਿਹਾ। ਮੈਂ ਪੋਇਟਰੀ ਹੈ, ਪੋਇਟਰੀ ਦੇ ਵਿੱਚ ਨਾ ਫਰੇਜ਼ ਮਿਲ ਜਾਂਦੇ ਹੈਗੇ ਆ। ਫਰੇਜ਼ ਮੀਨਸ ਬੜੇ ਭਾਵਪੂਰਤ ਵਾਕ ਸ਼ਬਦ ਵਗੈਰਾ ਵਗੈਰਾ ਜਿਹੜੇ ਮਿਲ ਜਾਂਦੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਦੁਨੀਆ ਦੀਆਂ ਸਾਰੀਆਂ ਕੋਟੇਸ਼ਨਸ ਦੀਆਂ ਕਿਤਾਬਾਂ ਜਿਹੜੀਆਂ ਨਾ ਉਹ ਲਗਭਗ ਪੜ੍ਹੀਆਂ ਹੋਈਆਂ ਅਤੇ ਪੜ੍ਹੀਆਂ ਹੋਈਆਂ ਅਤੇ ਹੁਣ ਮੈਨੂੰ ਕੋਈ ਨਵੀਂ ਕੋਟੇਸ਼ਨ ਹੈਰਾਨ ਨਹੀਂ ਕਰਦੀ ਹੈ ਕਿਉਂਕਿ ਉਹ ਮੈਂ ਕਿਸੇ ਨਾ ਕਿਸੇ ਢੰਗ ਨਾਲ ਪੜ੍ਹੀ ਹੋਈ ਹੈ। ਅਤੇ ਉਸ ਦੇ ਨਾਲ ਕੀ ਹੁੰਦਾ ਕਿ ਮੈਨੂੰ ਹੁਣ ਆਪ ਕੋਟੇਸ਼ਨਾਂ ਬਣਾਉਣੀਆਂ ਆ ਗਈਆਂ। ਜੇ ਤੁਸੀਂ 6 ਮਹੀਨੇ ਕੇਵਲ ਕਵਿਤਾ ਪੜ੍ਹੋ ਨਾ, 6 ਮਹੀਨੇ ਬਾਅਦ ਤੁਸੀਂ ਕਵਿਤਾ ਆਪ ਬੋਲਣ ਲੱਗ ਜਾਓਗੇ, ਆਪ ਲਿਖਣ ਲੱਗ ਜਾਓਗੇ। 6 ਮਹੀਨੇ ਕੇਵਲ ਕਵਿਤਾ ਪੜ੍ਹੋ, ਕੇਵਲ ਕਵਿਤਾ ਬੋਲੋ ਜੋ ਲਿਖੀ ਹੋਈ ਹੈ, ਛਪੀ ਹੋਈ ਹੈ। 6 ਮਹੀਨੇ ਦੇ ਵਿੱਚ ਤੁਸੀਂ ਆਪ ਜਿਹੜਾ ਹੈ ਉਸ ਕਿਸਮ ਦਾ ਕਰਨ ਲੱਗ ਜਾਓਗੇ। ਸੋ ਮਿਸਾਲ ਦੇ ਤੌਰ 'ਤੇ ਕਈ ਗੱਲਾਂ ਬੜੀਆਂ ਮਸ਼ਹੂਰ ਹੋਈਆਂ। ਸੈਰ ਕਰਨ ਨਾਲ ਕੋਈ ਤੰਦਰੁਸਤ ਨਹੀਂ ਹੁੰਦਾ, ਸੈਰ ਕਰਦੇ ਹੀ ਤੰਦਰੁਸਤ ਹਨ।
ਰਾਜਨੀਤਿਕ ਨੇਤਾ ਭ੍ਰਿਸ਼ਟਾਚਾਰ ਦਾ ਸ਼ਿਕਾਰ ਨਹੀਂ ਹੋ ਗਏ ਜਾਂ ਭ੍ਰਿਸ਼ਟਾਚਾਰ ਨਹੀਂ ਕਰਦੇ। ਜਿਹੜੇ ਭ੍ਰਿਸ਼ਟਾਚਾਰ ਕਰਦੇ ਸਨ ਉਹ ਰਾਜਨੀਤੀ ਵਿੱਚ ਆ ਗਏ। ਗੁਰੂ ਗੋਬਿੰਦ ਸਿੰਘ ਦੇ ਸਮੇਂ ਵਿੱਚ ਸਿੱਖ ਅੰਮ੍ਰਿਤ ਛੱਕ ਕੇ ਬਹਾਦਰ ਨਹੀਂ ਸੀ ਹੁੰਦੇ, ਉਦੋਂ ਅੰਮ੍ਰਿਤ ਛੱਕਦੇ ਹੀ ਬਹਾਦਰ ਸੀ। ਡਾਕਟਰ ਲਾਲਚੀ ਨਹੀਂ ਹੋ ਗਏ, ਲਾਲਚੀ ਬੰਦੇ ਡਾਕਟਰ ਬਣ ਗਏ ਹਨ। ਅਧਿਆਪਕ ਜਮਾਤਾਂ ਨਹੀਂ ਲਾਉਂਦੇ, ਆਮ ਤੌਰ 'ਤੇ ਲੋਕਾਂ ਦੀ ਸ਼ਿਕਾਇਤ ਹੈ, ਇਵੇਂ ਨਹੀਂ ਹੈ, ਜਿਨ੍ਹਾਂ ਨੂੰ ਜਮਾਤਾਂ ਲਾਉਣੀਆਂ ਨਹੀਂ ਆਉਂਦੀਆਂ ਉਹ ਅਧਿਆਪਕ ਬਣ ਗਏ ਹਨ। ਸੋ ਇਸ ਤਰ੍ਹਾਂ ਜਦੋਂ ਕੋਈ ਬੇਸਿਕ ਵਾਕ ਮੈਨੂੰ ਮਿਲ ਜਾਂਦਾ, ਮੈਂ ਉਸਦੇ ਕਈ ਹੋਰ ਵਾਕ ਜਿਹੜੇ ਹਨ ਉਹ ਬਣਾ ਸਕਦਾ ਹੈਗਾ। ਇਹ ਮਾਲਾ ਮਣਕੇ ਦੇ ਵਿੱਚ ਜਿਹੜੀ ਸੀ ਇਹ ਜੁਗਤ ਮੈਂ ਜਿਹੜੀ ਸੀ ਉਹ ਵਰਤੀ ਸੀ। ਮਾਪਿਆਂ ਦੇ ਅਕਾਲ ਚਲਾਣੇ ਨਾਲ ਪੁੱਤਰਾਂ ਨੂੰ ਕਰ ਖੁੱਲ੍ਹਾ ਖੁੱਲ੍ਹਾ ਅਤੇ ਧੀਆਂ ਨੂੰ ਕਰ ਖਾਲੀ ਖਾਲੀ ਲੱਗਦਾ। ਪਿਤਾ ਤੱਕ ਰਹਿਣਾ ਧੀਆਂ ਜਾਂ ਕੁੜੀਆਂ ਜਿਹੜੀਆਂ ਆਉਂਦੀਆਂ ਹਨ ਮਾਪਿਆਂ ਦੇ ਚਲਾਣੇ ਬਾਅਦ, ਜਦੋਂ ਮਾਂ ਬਾਪ ਦੋਨੋਂ ਮਰ ਜਾਂਦੇ ਹਨ ਉਸ ਤੋਂ ਬਾਅਦ ਉਹਨਾਂ ਦਾ ਪਿਤਾ ਦੇ ਘਰ ਦੇ ਨਾਲ ਸੰਬੰਧ ਜਿਹੜਾ ਹੈ ਉਹ ਟੁੱਟ ਜਾਂਦਾ। ਮਤਲਬ ਇਸ ਕਿਸਮ ਦੇ ਜਿਹੜੇ ਅਪੀਲ ਕਰਨ ਵਾਲੇ ਵਾਕ ਹਨ ਉਹ ਮੈਨੂੰ ਜਿਹੜਾ ਵਾਕ ਅਪੀਲ ਕਰਦਾ ਹੈ, ਮੈਂ ਇੱਕ ਆਪਣੇ ਆਪ ਨੂੰ ਸਧਾਰਨ ਬੰਦਾ ਸਮਝ ਕੇ ਉਸ ਨੂੰ ਲਿਖਦਾ ਅਤੇ ਉਹ ਹੋਰਾਂ ਨੂੰ ਵੀ ਅਪੀਲ ਕਰਦਾ ਹੈ। ਸੋ ਇਸ ਢੰਗ ਨਾਲ ਜਦੋਂ ਮੈਂ ਇੱਥੇ ਯੂਨੀਵਰਸਿਟੀ ਵਿੱਚ ਆ ਗਿਆ, ਮੇਰੀ ਵਾਈਫ ਪਹਿਲਾਂ ਹੀ ਯੂਨੀਵਰਸਿਟੀ ਦੇ ਵਿੱਚ ਸੀ, ਯੂਨੀਵਰਸਿਟੀ ਵਿੱਚ ਆਉਣ ਦਾ ਚਾਅ ਸੀ। ਜਿਹੜੇ ਯੂਨੀਵਰਸਿਟੀ 'ਚ ਪੜ੍ਹਾਉਂਦੇ ਹੋ ਇਹ ਬਹੁਤ ਵੱਡਾ ਵਰਦਾਨ ਹੈ ਤੁਹਾਨੂੰ ਮੈਂ ਕਹਾਂਗਾ। ਮਤਲਬ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਇਸ ਨਾਲੋਂ ਵੱਡਾ ਮੌਕਾ ਜ਼ਿੰਦਗੀ ਵਿੱਚ ਨਹੀਂ ਮਿਲੇਗਾ। ਅਤੇ ਜਿਹੜੇ ਇੱਥੇ ਪੜ੍ਹਨ ਆਏ ਹੋ ਇਸ ਤੋਂ ਵੱਡਾ ਮੌਕਾ ਵੀ ਤੁਹਾਨੂੰ ਵੀ ਨਹੀਂ ਮਿਲੇਗਾ। ਇਹ ਜਿਹੜੇ 2 ਸਾਲ ਤੁਸੀਂ ਇੱਥੇ ਗੁਜ਼ਾਰੋਂਗੇ ਇਹਨਾਂ ਦੀਆਂ ਗੱਲਾਂ ਤੁਸੀਂ ਸਾਰੀ ਜ਼ਿੰਦਗੀ ਕਰੋਗੇ, ਅਤੇ ਤੁਸੀਂ ਉਹਨਾਂ ਪਿਆਰਾਂ ਦੀਆਂ ਗੱਲਾਂ ਕਰੋਗੇ ਜਿਹੜੇ ਤੁਸੀਂ ਕੀਤਾ ਹੀ ਨਹੀਂ, ਪਰੰਤੂ ਕਿਉਂਕਿ ਯੂਨੀਵਰਸਿਟੀ ਦਾ ਕੰਟੈਕਸਟ ਹੈ ਤੁਹਾਡੇ ਕੋਲ ਇਸ ਕਰਕੇ ਤੁਹਾਡੀਆਂ ਝੂਠੀਆਂ ਗੱਲਾਂ ਵੀ ਸੱਚੀਆਂ ਲੱਗਣ ਲੱਗੀਆਂ, ਝੂਠੀਆਂ ਵੀ ਸੱਚੀਆਂ ਲੱਗਣਗੀਆਂ, ਕਿਉਂਕਿ ਤੁਹਾਡੇ ਕੋਲ ਕੰਟੈਕਸਟ ਹੈ, ਉਹ ਸੰਦਰਭ ਹੈ। ਉਸ ਸੰਦਰਭ ਦੇ ਵਿੱਚ ਤੁਸੀਂ ਆਪਣੇ ਅਨੁਭਵ ਜਿਹੜੇ ਹਨ ਨਾ ਉਹ ਜਦੋਂ ਪੇਸ਼ ਕਰੋਗੇ ਉਹਨਾਂ ਦਾ ਪ੍ਰਭਾਵ ਪਏਗਾ। ਹੁਣ ਮੈਂ ਹੋਰ ਦੱਸਾਂ ਤੁਹਾਨੂੰ, ਕਿਸੇ ਜੋੜੇ ਨੂੰ ਤੁਸੀਂ ਜਦੋਂ ਮਿਲੋ ਉਹਨਾਂ ਨੂੰ ਪੁੱਛਣਾ ਤੁਹਾਡਾ ਵਿਆਹ ਕਿਵੇਂ ਹੋਇਆ, ਉਹ ਜਵਾਨ ਹੋ ਜਾਣਗੇ, ਮਤਲਬ ਉਹਨਾਂ ਦੀ ਉਮਰ ਜਿਹੜੀ ਹੈ ਨਾ 10 ਸਾਲ ਘੱਟ ਜਾਏਗੀ, ਉਹਨਾਂ ਦੇ ਚਿਹਰੇ 'ਤੇ ਰੌਣਕ ਆ ਜਾਏਗੀ, ਅੱਖਾਂ 'ਚ ਚਮਕ ਆ ਜਾਏਗੀ, ਉਹ ਬੜੇ ਰੋਮਾਂਟਿਕ ਢੰਗ ਦੇ ਨਾਲ ਦੱਸਣਗੇ, ਗੁੱਝੀਆਂ ਗੱਲਾਂ ਦੱਸਣਗੇ, ਅਸੀਂ ਕਿਵੇਂ ਮਿਲਦੇ ਹੁੰਦੇ ਸੀ, ਅਸੀਂ ਕਿਵੇਂ ਕਿਵੇਂ ਸਾਡੇ ਵਿਆਹ ਦੀ ਗੱਲ ਚੱਲੀ। ਜੇਕਰ ਤੁਸੀਂ ਸਿਆਣਪ ਨਾਲ ਚੱਲੋਗੇ ਤਾਂ ਉਹ ਜਿਹੜੇ ਦੱਸ ਰਹੇ ਹਨ ਨਾ ਉਹ ਆਪਣੀ ਬੈਕਗਰਾਊਂਡ ਹੀ ਨਹੀਂ ਦੱਸ ਰਹੇ, ਆਪਣੇ ਵਿਆਹ ਦਾ ਮੁਲਾਂਕਣ ਵੀ ਕਰ ਰਹੇ ਹਨ। ਤੁਹਾਨੂੰ ਉਹਨਾਂ ਦੀ ਗੱਲਬਾਤ ਤੋਂ ਇਹ ਵੀ ਪਤਾ ਲੱਗ ਜਾਏਗਾ ਕਿ ਇਹਨਾਂ ਦਾ ਆਪਣੇ ਵਿਆਹ ਪ੍ਰਤੀ ਜਾਂ ਆਪਣੇ ਪਤੀ ਪ੍ਰਤੀ ਆਪਣੀ ਪਤਨੀ ਪ੍ਰਤੀ ਦ੍ਰਿਸ਼ਟੀਕੋਣ ਕੀ ਹੈ, ਕਿ ਇਹ ਉਸ ਨੂੰ ਸਿਆਣੀ ਸਮਝਦੇ ਹਨ, ਕਿ ਇਹ ਉਸ ਨੂੰ ਮਾਣ ਦਿੰਦੇ ਹਨ। ਹੁਣ ਸਿਆਣੀ ਗੱਲ ਜਿਹੜੀ ਹੈ ਮੈਂ ਲਿਖਿਆ ਹੈਗਾ, ਪਤਨੀ ਉਤਨੀ ਸਿਆਣੀ ਹੁੰਦੀ ਹੈ ਜਿਤਨੀ ਸਿਆਣੀ ਉਸਦਾ ਪਤੀ ਉਸਨੂੰ ਸਮਝਦਾ ਹੈ।
ਪਤੀ ਉਤਨਾ ਬਹਾਦਰ ਹੁੰਦਾ ਹੈ ਜਿਤਨਾ ਬਹਾਦਰ ਪਤਨੀ ਆਪਣੇ ਪਤੀ ਨੂੰ ਸਮਝਦੀ ਹੈ। ਸੋ ਇਹ ਮੁਲਾਂਕਣ ਦੀਆਂ ਵਿਧੀਆਂ ਹਨ, ਗੱਲਾਂ ਬਹੁਤ ਹਨ। ਇਹ ਗੱਲ ਕਰ ਰਹੇ ਸੀ ਡਿਪਾਰਟਮੈਂਟ ਦੇ ਵਿੱਚ ਬੈਠੇ, ਕਿੰਨਾ ਹੀ ਚਿਰ ਸਿਨੇਮਾ ਦੇਖਣ ਜਾਂਦੇ ਸੀ, ਪੈਸੇ ਤਾਂ ਹੁੰਦੇ ਨਹੀਂ ਸੀ। ਪੈਸੇ ਦੀ ਅਣਹੋਂਦ ਨੂੰ ਜਿਤਨਾ ਮੈਂ ਮਹਿਸੂਸ ਕੀਤਾ ਹੈ, ਮੇਰੇ ਖਿਆਲ ਕਿਸੇ ਹੋਰ ਨੇ ਨਹੀਂ ਕੀਤਾ। ਮੈਂ 9 ਸਾਲ ਦੀ ਉਮਰ ਤੋਂ ਬਾਅਦ ਕਦੇ ਵੀ ਆਪਣੇ ਮਾਪਿਆਂ ਤੋਂ ਪੈਸੇ ਨਹੀਂ ਲਏ, ਦਿੱਤੇ ਹੀ ਹਨ। 9 ਸਾਲ ਦੀ ਉਮਰ ਤੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ, BA ਤੱਕ ਮੈਂ ਕੰਮ ਕਰਦਾ ਰਿਹਾ। BA ਦੇ ਵਿੱਚ ਪਹੁੰਚ ਕੇ 2-3 ਮਹੀਨੇ ਜਿਹੜੇ ਵਿਹਲੇ ਸੀ, ਉਸ ਤੋਂ ਪਹਿਲਾਂ ਮੈਂ ਬਿਜਲੀ ਬੋਰਡ ਵਿੱਚ ਸੀ, 4 ਸਾਲ ਮੈਂ ਬਿਜਲੀ ਬੋਰਡ ਦੇ ਵਿੱਚ ਕੰਮ ਕੀਤਾ, ਪ੍ਰੈਸ ਦੇ ਵਿੱਚ 12 ਸਾਲ ਮੈਂ ਕੰਮ ਕੀਤਾ, ਅਖਬਾਰਾਂ ਵੇਚੀਆਂ 4 ਸਾਲ, ਮਤਲਬ ਕਈ ਕੰਮ ਕੀਤੇ। ਅਤੇ ਪ੍ਰੈਸ ਦਾ ਕੰਮ ਜਿਹੜਾ ਸੀ ਇੱਕ ਅਜਿਹਾ ਕੰਮ ਸੀ ਜਿਹਦੇ ਵਿੱਚ ਲੇਬਰ ਦਾ ਮੁੱਲ ਪੈਂਦਾ ਸੀ, ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਸੀ। ਜਦੋਂ ਵੀ ਕਦੇ ਮਾੜੇ ਮੋਟੇ ਪੈਸੇ ਲੋੜ ਹੁੰਦੇ ਸੀ, ਇੱਕ ਪ੍ਰੈਸ ਵਾਲਾ ਸੀ ਉਹਦੇ ਕੋਲ ਚਲੇ ਜਾਂਦੇ ਸੀ, ਉਹਦੀ ਪ੍ਰੈਸ ਦੇ ਵਿੱਚ 3 ਘੰਟੇ, 4 ਘੰਟੇ, 5 ਘੰਟੇ, 2 ਦਿਨ, 3 ਦਿਨ, ਜਿੰਨਾ ਚਿਰ ਸੰਭਵ ਸੀ ਉਹ ਕੰਮ ਕਰਕੇ ਉਹ ਪੈਸੇ ਜਿਹੜੇ ਸੀ ਮਿਲ ਜਾਂਦੇ ਸੀਗੇ। ਅਤੇ ਸਿਨੇਮੇ ਜਾਂਦੇ ਸੀ ਤਾਂ ਪੈਸੇ ਤਾਂ ਹੁੰਦੇ ਨਹੀਂ ਸੀ, ਪਹਿਲਾਂ ਪਾਪੜ ਵੇਚਦੇ ਹੁੰਦੇ ਸੀ, ਉਹ ਉਜਰਤ ਮਿਲਦੀ ਹੁੰਦੀ ਸੀ, ਫਿਲਮ ਫੁਲਮ ਦੇਖਣ ਨਹੀਂ ਸੀ ਜਾਂਦੇ। ਕਈ ਵਾਰੀ ਪਾਪੜ ਵੇਚਦੇ ਵੇਚਦੇ ਫਿਲਮ ਬੜੀ ਪਾਪੜ ਨਹੀਂ ਸੀ ਵਿਕਦੇ, ਅਤੇ ਮੈਨੂੰ ਬੜਾ ਅਜੀਬ ਲੱਗਦਾ ਸੀ ਵੀ ਇਹ ਲੋਕ ਕਿਹੋ ਜਿਹੀ ਫਿਲਮ ਵੇਖ ਰਹੇ ਹਨ, ਇਹਦੇ ਨਾਲ ਤਾਂ ਪਾਪੜ ਖਾਣ ਜ਼ਿਆਦਾ ਇੰਜੋਏ ਕਰਨਗੇ। ਜਦੋਂ ਕੋਈ ਮੁੰਡਾ ਕੁੜੀ ਬੈਠੇ ਹੁੰਦੇ ਸੀ, ਮੈਂ ਕਹਿੰਦਾ ਕਿੰਨਾ ਮੂਰਖ ਹੈ ਇਹ ਮੁੰਡਾ, ਆਪਣੇ ਪ੍ਰੇਮਿਕਾ ਨੂੰ ਪਾਪੜ ਕਿਉਂ ਨਹੀਂ ਖਵਾਉਂਦਾ, ਮਤਲਬ ਬੱਚਾ ਜਿਹੜਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਪਾਪੜ ਜਿਹੜਾ ਸੀ ਉਸ ਵੇਲੇ ਉਹ ਸੈਂਟਰਲ ਚੀਜ਼ ਸੀ, ਕੇਂਦਰੀ ਜਿਹੜਾ ਸੀ ਨਾ ਧੁਰਾ ਸੀ। ਸੋ ਇਸ ਢੰਗ ਦੇ ਨਾਲ ਜਦੋਂ ਸਿਨੇਮੇ ਜਾਂਦੇ ਸੀ, ਉਸ ਪਾਪੜ ਵਾਲੇ ਤੋਂ ਪੈਸੇ ਲੈ ਕੇ ਟਿਕਟ ਖਰੀਦ ਕੇ ਸਿਨੇਮੇ ਦੇ ਅੰਦਰ ਬੈਠਦੇ ਸੀ, ਹਾਫ ਟਾਈਮ ਵੇਲੇ ਬਾਹਰ ਆ ਕੇ ਉਸ ਪਾਪੜ ਵਾਲੇ ਤੋਂ ਪਾਪੜਾਂ ਦੀ ਟੋਕਰੀ ਲੈ ਕੇ ਅੰਦਰ ਪਾਪੜ ਵੇਚ ਕੇ ਉਹਦੇ ਪੈਸੇ ਜਿਹੜੇ ਲਏ ਹੁੰਦੇ ਸੀ ਵਾਪਸ ਕਰ ਦਿੰਦੇ ਸੀ। ਮਤਲਬ ਇਹ ਢੰਗ ਮੈਂ 2-3 ਸਾਲ ਵਰਤਦਾ ਰਿਹਾ, ਸਮਝਿਆ ਵੀ ਸਿਨੇਮਾ ਦੇਖਣ ਦਾ ਢੰਗ ਕੀ ਸੀ, ਉਹਤੋਂ ਪੈਸੇ ਲੈਣੇ, ਟਿਕਟ ਲੈਣੀ, ਟਿਕਟ ਲੈ ਕੇ ਅੰਦਰ ਸਿਨੇਮੇ ਦੇ ਬੈਠਣਾ, ਹਾਫ ਟਾਈਮ ਦੇ ਵਿੱਚ ਬਾਹਰ ਆਉਣਾ, ਉਸ ਪਾਪੜਾਂ ਵਾਲੇ ਤੋਂ ਪਾਪੜਾਂ ਦੀ ਟੋਕਰੀ ਲੈ ਕੇ ਅੰਦਰ ਜਾ ਕੇ ਪਾਪੜ ਵੇਚਣੇ, ਪੈਸੇ ਵੱਟਣੇ, ਪੈਸੇ ਵੱਟੇ ਹੋਏ ਜਿਹੜੇ ਸੀ, ਜਿਹੜੀ ਮਿਨੀ ਕਮਿਸ਼ਨ ਬਣਦੀ ਸੀ ਉਸ ਦੇ ਨਾਲ, ਉਸ ਨੂੰ ਟਿਕਟ ਦੇ ਲਏ ਹੋਏ ਪੈਸੇ ਵਾਪਸ ਕਰਨਾ, ਇਹ ਮੇਰੀ ਵਪਾਰਕ ਬਿਰਤੀ ਸੀ, ਇਹ ਮੇਰਾ ਵਪਾਰ ਕਰਨ ਦਾ ਢੰਗ ਸੀ। ਸੋ ਇਹ ਕੁਝ ਗੱਲਾਂ ਸਨ ਜਿਹੜੀਆਂ ਮੈਂ ਕਰਨੀ ਚਾਹੁੰਦਾ ਸਾਂ। ਮੈਂ ਇਹ ਥੋੜ੍ਹੀ ਜਿਹੀ ਪਿੱਠ ਭੂਮੀ ਜਿਹੜੀ ਹੈ ਬਣੀ ਹੈ ਪੰਜਾਬੀ ਦੀ, ਕੋਈ ਵੀ ਅਖਬਾਰ ਤੁਸੀਂ ਸੰਡੇ ਦੀ ਵੇਖਿਆ ਕਰੋ, ਕਿਸੇ ਵਿੱਚ ਗੁਰੂ ਨਾਨਕ ਦੇਵ ਦੇ 550ਵੇਂ ਗੁਰਪੁਰਬ ਦੀਆਂ ਗੱਲਾਂ ਹੋ ਰਹੀਆਂ। ਪੰਜਾਬੀ ਯੂਨੀਵਰਸਿਟੀ ਦੇ ਵਿੱਚ 1 ਸਾਲ ਦੇ ਵਿੱਚ 60 ਪ੍ਰੋਗਰਾਮ ਜਿਹੜੇ ਹਨ ਗੁਰੂ ਨਾਨਕ ਦੇਵ ਦੇ 550ਵੇਂ ਜਨਮਦਿਨ ਦੇ ਨਾਲ ਸੰਬੰਧਿਤ ਰਹੇ ਹਨ। ਮੈਨੂੰ ਅਜੇ ਤੱਕ ਜਵਾਬ ਨਹੀਂ ਮਿਲਿਆ ਵੀ 550ਵੇਂ ਜਨਮਦਿਨ ਦੇ ਵਿੱਚ ਵਾਟ ਇਜ਼ ਸਪੈਸ਼ਲ ਅਬਾਊਟ ਇਟ, ਜਿਹੜਾ 549ਵੇਂ ਵਿੱਚ ਨਹੀਂ ਸੀ ਜਾਂ 551ਵੇਂ ਵਿੱਚ ਨਹੀਂ ਹੋਏਗਾ, ਇਹ 'ਚ ਸਪੈਸ਼ਲ ਗੱਲ ਕੀ ਸੀ। ਧਰਮ ਦੇ ਸੰਬੰਧ ਵਿੱਚ ਨਾ ਕਿੰਤੂ ਪਰੰਤੂ ਨਹੀਂ ਕੀਤਾ ਜਾਂਦਾ, ਹਰ ਵੇਲੇ 2 ਧਾਰਾਵਾਂ ਚੱਲਦੀਆਂ ਹੁੰਦੀਆਂ, ਇੱਕ ਭਵਿੱਖ ਮੁਖੀ ਹੁੰਦੀ ਹੈ, ਇੱਕ ਪਿੱਛੇ ਖਿੱਚਣ ਵਾਲੀ ਹੁੰਦੀ ਹੈ।
ਸਾਡੇ ਦੇਸ਼ ਦੇ ਵਿੱਚ ਧਰਮ ਜਿਹੜਾ ਹੈ ਨਾ ਉਹ ਪਿੱਛੇ ਖਿੱਚਣ ਵਾਲੀ ਤਾਰਾ ਹੈ। ਅਤੇ ਡਿਜੀਟਲ ਇੰਡੀਆ ਜਿਹੜਾ ਹੈ, ਡਿਜੀਟਲ ਇੰਡੀਆ ਉਹ ਭਵਿੱਖਮੁਖੀ ਨਵੀਂ ਪੀੜ੍ਹੀ ਜਿਹੜੀ ਹੈਗੀ ਹੈ ਉਹ ਉੱਧਰ ਜਾਏਗੀ। ਮੇਰਾ ਆਪਣਾ ਬੇਟਾ ਜਿਹੜਾ ਹੈ IIT ਤੋਂ ਕੰਪਿਊਟਰ ਇੰਜੀਨੀਅਰ ਹੈ, ਦੂਜਾ ਜਿਹੜਾ ਹੈ ਉਹ ਨਿਫਟ ਤੋਂ ਫੈਸ਼ਨ ਡਿਜ਼ਾਈਨਰ ਹੈ, ਬੇਟੀ ਮੇਰੀ IAS ਹੈ। ਸੋ ਪਿੱਛੇ ਖਿੱਚਣ ਵਾਲੀਆਂ, ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਆਪਣੇ ਕਿਸੇ ਬੱਚੇ ਨੂੰ ਧਰਮ ਬਾਰੇ ਕਦੇ ਵੀ ਕੋਈ ਗੱਲ ਨਹੀਂ ਕਹੀ। ਮੈਨੂੰ ਨਹੀਂ ਖਿਆਲ ਕਿ ਮੇਰੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਸਾਰਿਆਂ ਦੇ ਨਾਂ ਵੀ ਆਉਂਦੇ ਹੋਣਗੇ। ਮੈਂ ਕਦੇ ਉਹਨਾਂ ਨਾਲ ਧਰਮ ਦੀ ਗੱਲ ਜਿਹੜੀ ਹੈ ਉਹ ਨਹੀਂ ਕੀਤੀ। ਮੇਰਾ ਆਪਣਾ ਲੜਕਾ ਜਿਹੜਾ ਹੈ ਉਹ 4 ਸਾਲ ਸੰਨਿਆਸੀ ਬਣਿਆ ਰਿਹਾ ਅਤੇ ਉਹ ਸਾਰਾ ਹਿੰਦੁਸਤਾਨ ਘੁੰਮਿਆ, ਵੱਖਰੇ ਵੱਖਰੇ ਮੱਠਾਂ ਵਿੱਚ ਗਿਆ ਵਗੈਰਾ। ਕੰਪਿਊਟਰ ਇੰਜੀਨੀਅਰ ਹੈ ਉਹ। ਸੋ ਜੋ ਧਰਮ ਦੇ ਲੜ ਲੱਗੇਗਾ ਉਹ ਗਰੀਬ ਬਣੇਗਾ, ਉਹ ਗਰੀਬ ਰਹੇਗਾ। ਜੋ ਸਾਇੰਸ ਦੇ ਲੜ ਲੱਗੇਗਾ ਉਹ ਅਮੀਰ ਹੋਏਗਾ। ਇਸ ਵੇਲੇ 3 ਚੀਜ਼ਾਂ ਦੇ ਨਾਲ ਜੇ ਤੁਹਾਡਾ ਵਾਹ ਨਹੀਂ ਹੈ ਤਾਂ ਤੁਹਾਡੇ ਅਮੀਰ ਹੋਣ ਦੀ, ਅਮੀਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਐਸ਼ ਇਸ਼ਰਤ ਕਰੋਗੇ, ਮਤਲਬ ਕਿ ਜ਼ਿੰਦਗੀ ਨੂੰ ਜਿਉਣ ਵਾਸਤੇ ਜਿਹੜੇ ਮੁੱਢਲੇ ਸਰੋਤ ਹਨ ਉਹ ਵੀ ਤੁਹਾਡੀ ਪਹੁੰਚ ਵਿੱਚ ਨਹੀਂ ਹੋਣਗੇ। ਇਸ ਗੱਲੋਂ ਮੈਂ ਕਈ ਵਾਰੀ ਮਹਿਸੂਸ ਕਰਦਾ ਕਿ ਸਾਡੀ ਯੂਨੀਵਰਸਿਟੀ ਵਿੱਚ ਜਿਹੜਾ ਗੁਰਮਤ ਸੰਗੀਤ ਹੈ, ਗੁਰਮਤ ਸਾਹਿਤ ਹੈ, ਚੰਗੀ ਗੱਲ ਹੈ, ਉਹਦੇ ਬਾਰੇ ਪੜ੍ਹਨਾ ਚਾਹੀਦਾ, ਪਰੰਤੂ ਇਹ ਸ਼ੌਕ ਹੋਣਾ ਚਾਹੀਦਾ, ਪਹਿਲਾਂ ਰੁਜ਼ਗਾਰ ਹੋਣਾ ਚਾਹੀਦਾ। ਰੁਜ਼ਗਾਰ ਜਿਹੜਾ ਹੈ ਉਹ ਵਿਗਿਆਨ ਦੇ ਵਿੱਚ ਹੈ, ਰੁਜ਼ਗਾਰ ਵਿਗਿਆਨ ਦੇ ਨਾਲ ਜੁੜਿਆ ਹੋਇਆ। ਜੇਕਰ ਤੁਹਾਡਾ ਸੰਬੰਧ ਬੈਂਕ ਨਾਲ ਨਹੀਂ ਹੈ, ਜੇ ਤੁਹਾਡਾ ਸੰਬੰਧ ਅੰਗਰੇਜ਼ੀ ਨਾਲ ਨਹੀਂ ਹੈ, ਜੇ ਤੁਹਾਡਾ ਸੰਬੰਧ ਕੰਪਿਊਟਰ ਨਾਲ ਨਹੀਂ ਹੈ, ਤਾਂ ਤੁਸੀਂ ਗਰੀਬ ਰਹੋਗੇ। ਅੰਗਰੇਜ਼ੀ ਜਿਹੜੀ ਆ ਉਹ ਭਾਸ਼ਾ ਨਹੀਂ ਹੈ, ਅੰਗਰੇਜ਼ੀ ਸਕਿੱਲ ਹੈ। ਤੁਸੀਂ ਮੈਨੂੰ ਦੱਸੋ ਹਿੰਦੁਸਤਾਨ ਦਾ ਕੋਈ ਬੰਦਾ ਜਿਸ ਦੀ ਅੰਗਰੇਜ਼ੀ ਚੰਗੀ ਹੋਵੇ ਅਤੇ ਗਰੀਬ ਹੋਵੇ। ਅੰਗਰੇਜ਼ੀ ਅਮੀਰਾਂ ਦੀ ਭਾਸ਼ਾ ਹੈ, ਇਹ ਵਿਅਕਤੀ ਨੂੰ ਅਮੀਰ ਬਣਾਉਂਦੀ ਹੈ, ਇਹ ਇਹਦੇ ਵਿੱਚ ਅਮੀਰੀ ਹੈ। ਸੋ ਇਸੇ ਢੰਗ ਦੇ ਨਾਲ ਦੁਨੀਆ ਦੇ ਵਿੱਚ ਅਸੀਂ ਗੱਲਾਂ ਕਰਦੇ ਹਾਂ ਕਿ ਅਗਲੇ 50 ਸਾਲਾਂ ਦੇ ਵਿੱਚ ਯੂਨੈਸਕੋ ਨੇ ਕਿਹਾ ਕਿ ਭਾਸ਼ਾਵਾਂ ਜਿਹੜੀਆਂ ਇਹ ਮਰ ਜਾਣਗੀਆਂ। ਮਰ ਜਾਣਗੀਆਂ ਨਹੀਂ, ਮਰ ਰਹੀਆਂ। ਜੇਕਰ ਤੁਸੀਂ ਧਿਆਨ ਨਾਲ ਵੇਖੋ ਤਾਂ ਇਹਨਾਂ ਭਾਸ਼ਾਵਾਂ ਦਾ ਪ੍ਰਭਾਵ ਘੱਟ ਰਿਹਾ। ਕੋਈ ਸਮਾਂ ਸੀ ਜਦੋਂ MA ਪੰਜਾਬੀ ਕਰਨ ਦੇ ਨਾਲ 1-2 ਸਾਲਾਂ ਦੇ ਵਿੱਚ ਕਈ ਵਾਰੀ ਉਸੇ ਸਾਲ ਦੇ ਵਿੱਚ ਨੌਕਰੀ ਮਿਲ ਜਾਂਦੀ ਸੀ। ਹੁਣ 250-300 PhD ਪੰਜਾਬੀ ਦਾ ਜਿਹੜਾ ਹੈ ਉਹ ਵਿਹਲਾ ਹੈ, ਕਿਉਂਕਿ ਉਸ ਦਾ ਜਿਹੜਾ ਸਮਕਾਲੀ ਗਿਆਨ ਹੈ, ਜਿਹੜਾ ਨਵਾਂ ਉੱਭਰ ਰਿਹਾ ਗਿਆਨ ਹੈ, ਉਸ ਦੇ ਨਾਲ ਉਸਦਾ ਵਾਸਤਾ ਨਹੀਂ ਹੈ। ਯੂਰਪ ਦੀ ਤਰੱਕੀ ਦੇ 2 ਮੁੱਖ ਕਾਰਨ ਰਹੇ ਹਨ। ਇੱਕ ਤਾਂ ਉਹਨਾਂ ਨੇ ਧਰਮ ਨੂੰ ਸੈਕਸ ਨਾਲੋਂ ਵੱਖਰਾ ਕਰ ਲਿਆ। ਜਿਹੜੇ ਸਾਡੇ ਦੇਸ਼ ਦੇ ਵਿੱਚ 4 ਧਰਮ ਪੈਦਾ ਹੋਏ ਹਨ, ਦੁਨੀਆ ਦੇ ਵਿੱਚ ਇਸ ਵੇਲੇ 11 ਧਰਮ ਹਨ, ਜਿਨ੍ਹਾਂ ਵਿੱਚੋਂ 4 ਹਿੰਦੁਸਤਾਨ ਦੇ ਵਿੱਚ ਪੈਦਾ ਹੋਏ, 3 ਜਿਹੜੇ ਸੀ ਉਹ ਯਰੂਸ਼ਲਮ ਦੇ ਵਿੱਚ ਪੈਦਾ ਹੋਏ, ਯਹੂਦੀ ਧਰਮ, ਇਸਲਾਮ ਅਤੇ ਕ੍ਰਿਸਚੈਨਿਟੀ। 2 ਚੀਨ ਦੇ ਵਿੱਚ ਪੈਦਾ ਹੋਏ, 2 ਜਪਾਨ ਦੇ ਵਿੱਚ ਪੈਦਾ ਹੋਏ। ਸੋ ਇਹਨਾਂ 11 ਧਰਮਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ 7 ਧਰਮ ਹਨ, 4 ਨਹੀਂ 7 ਧਰਮ ਹਨ। ਇੱਥੇ ਧਰਮਾਂ ਦਾ ਇਤਨਾ ਬੋਲਬਾਲਾ ਹੈਗਾ ਕਿ ਇਹਨਾਂ ਤੋਂ ਮੁਕਤ ਹੋਣਾ ਜਿਹੜਾ ਹੈ ਉਹ ਬਹੁਤ ਮੁਸ਼ਕਲ ਹੈ, ਮੈਂ ਤਾਂ ਇਹਨੂੰ ਅਸੰਭਵ ਹੀ ਸਮਝਾਂਗਾ। ਤੁਸੀਂ
ਧਰਮ ਦੇ ਬਾਰੇ ਕੋਈ ਗੱਲ ਕਹੋ ਤਾਂ ਤੁਹਾਡੇ ਮਗਰ ਪੈ ਜਾਂਦੇ ਹਨ, ਲਿੰਚਿੰਗ ਹੋ ਜਾਂਦੀਆਂ ਹਨ। ਇਸ ਢੰਗ ਨਾਲ ਉਹਨਾਂ ਨੇ ਇੱਕ ਤਾਂ ਸੈਕਸ ਅਤੇ ਧਰਮ ਨੂੰ ਨਖੇੜਿਆ, ਦੂਜਾ ਰਾਜਨੀਤੀ ਅਤੇ ਧਰਮ ਨੂੰ ਨਖੇੜਿਆ। ਰਾਜਨੀਤੀ ਅਤੇ ਧਰਮ, ਯੂਰਪ ਦੀ ਤਰੱਕੀ ਦਾ ਕਾਰਨ ਪ੍ਰੋਟੈਸਟੈਂਟ ਧਰਮ ਹੈ, ਪ੍ਰੋਟੈਸਟੈਂਟ ਧਰਮ। ਪ੍ਰੋਟੈਸਟੈਂਟ ਧਰਮ ਦਾ ਪ੍ਰਭਾਵ ਇਹ ਦੇਖੋ ਤੁਸੀਂ, ਕਿਸੇ ਗਿਰਜੇ ਦੇ ਵਿੱਚ ਪੈਸੇ ਨੂੰ, ਮਾਇਆ ਨੂੰ, ਅਮੀਰੀ ਨੂੰ ਪੰਡਿਆ ਨਹੀਂ ਜਾਂਦਾ। ਸਾਡੇ ਸਾਰੇ ਧਾਰਮਿਕ ਸਥਾਨਾਂ 'ਤੇ ਅਮੀਰੀ ਨੂੰ ਪੰਡਿਆ ਜਾਂਦਾ। ਜਿਹੜੇ ਉਦਯੋਗਪਤੀ ਹਨ, ਜਿਹੜੇ ਅਮੀਰ ਲੋਕ ਹਨ, ਉਹਨਾਂ ਨੂੰ ਯੋਗਾਂ ਸਿੱਧ ਕੀਤਾ ਜਾਂਦਾ, ਉਹਨਾਂ ਨੂੰ ਬੇਈਮਾਨ, ਭ੍ਰਿਸ਼ਟਾਚਾਰ, ਮਾਇਆ ਜਿਹੜੀ ਹੈਗੀ ਆ ਉਹ ਧਰਮ ਦੇ ਵਿੱਚ ਲੋਭ ਦੇ ਨਾਲ ਜੋੜ ਕੇ ਉਸ ਦੀ ਨਿੰਦਾ ਕੀਤੀ ਜਾਂਦੀ ਹੈ। ਨਿੰਦਾ ਕਰਨ ਦੇ ਨਾਲ ਅਸੀਂ, ਇਸੇ ਕਰਕੇ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਹੈ। ਪੈਸੇ ਨੂੰ ਨਿੰਦ ਕੇ ਅਸੀਂ ਪੈਸੇ ਪ੍ਰਤੀ ਲੋਕਾਂ ਦਾ ਲਾਲਚ ਇੰਨਾ ਵਧਾ ਦਿੱਤਾ ਹੈ ਕਿ ਉਹ ਪੈਸੇ ਨੂੰ ਹੀ ਸਭ ਕੁਝ ਸਮਝਣ ਲੱਗ ਪਏ ਹਨ। ਡਿਜੀਟਲ ਇੰਡੀਆ ਦਾ ਮਤਲਬ ਸਾਇੰਸ ਤੋਂ ਹੈ। ਸਾਇੰਸ ਦੇ ਲੜ ਲੱਗਣ ਤੋਂ ਬਿਨਾਂ ਜਿਹੜਾ ਸਾਊਥ ਇੰਡੀਆ ਨਾ, ਉਹ ਇਸ ਵੇਲੇ ਤਰੱਕੀ ਕਰ ਰਿਹਾ ਹੈ। ਪੰਜਾਬ ਦੀ ਬਦਕਿਸਮਤੀ ਹੈ, ਪੰਜਾਬ ਦੇ ਨਾਲ ਇੱਕ ਤਾਂ ਸਮੁੰਦਰ ਨਹੀਂ ਲੱਗਦਾ ਹੈ। ਪੰਜਾਬ ਦੇ ਕੋਲ ਕੀ ਹੈ? ਪੰਜਾਬ ਦੇ ਕੋਲ ਕਣਕ ਅਤੇ ਚਾਵਲ ਹੈ। ਮੋਬਾਈਲ ਖਰੀਦਦੇ ਹੋ ਤੁਸੀਂ 7-8 ਹਜ਼ਾਰ ਦਾ ਮਿਨੀਮਮ ਜਿਹੜਾ ਹੈ, 40-50 ਹਜ਼ਾਰ ਦਾ ਇੱਕ ਸੂਟ ਕੇਸ ਦੇ ਵਿੱਚ 2-2.5-3 ਲੱਖ ਰੁਪਏ ਦੇ ਮੋਬਾਈਲ ਆ ਜਾਂਦੇ ਹਨ। ਜਦੋਂ ਕਿ ਸਾਡੇ ਕੋਲ ਐਕਸਪੋਰਟ ਕਰਨ ਵਾਸਤੇ ਕੀ ਹੈ? ਕਣਕ। ਸਾਡੀ ਕਣਕ ਐਕਸਪੋਰਟ ਹੋ ਹੀ ਨਹੀਂ ਸਕਦੀ। ਉਹ ਬੰਦਰਗਾਹ ਤੱਕ ਲਿਜਾਣ ਵਿੱਚ ਹੀ ਇੰਨਾ ਖਰਚ ਹੋ ਜਾਏਗਾ ਉਸਦਾ ਕਿ ਉਹ ਲਾਭਕਾਰੀ ਸਿੱਧ ਨਹੀਂ ਹੋਏਗੀ, ਲਾਭਕਾਰੀ ਨਹੀਂ ਬਣੇਗੀ। ਸਾਡੇ ਦੇਸ਼ ਦੇ ਵਿੱਚ ਇਹ ਧਰਮ ਦੇ ਪ੍ਰਭਾਵ ਕਰਕੇ ਹੈ। ਧਰਮ ਚੇਂਜ ਵਿਰੋਧੀ ਹੈ, ਇਹ ਪਰਿਵਰਤਨ ਵਿਰੋਧੀ ਹੈ। ਇਹਦੇ ਵਿੱਚ ਮੈਂ ਸੱਚ ਦੱਸਦਾ ਤੁਹਾਨੂੰ, ਮੈਂ ਆਪਣੀਆਂ ਰਚਨਾਵਾਂ ਦੇ ਵਿੱਚ ਕਦੇ ਗੁਰਬਾਣੀ ਦੀ ਲਾਈਨ ਨਹੀਂ ਕੋਟ ਕਰਦਾ, ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਕਰੈਕਟ ਹੈ। ਇੱਕ ਲੇਖ ਮੈਂ ਇਸ ਕਰਕੇ 2 ਮਹੀਨੇ ਨਾ ਛਪਾਇਆ, ਉਹਦੇ ਵਿੱਚ ਮੈਂ ਇੱਕ ਲਾਈਨ ਪਾਉਣੀ ਚਾਹੁੰਦਾ ਸੀ, ਪਰੰਤੂ ਉਹਦੇ ਮੈਨੂੰ ਕਰੈਕਟ ਜਿਹੜਾ ਸੀ ਉਹ ਨਹੀਂ ਸੀ ਮਿਲ ਰਿਹਾ, ਵੀ ਤਾਂ ਕਿ ਕਿਸੇ ਕਿਸਮ ਦਾ ਕੋਈ ਇਤਰਾਜ਼ ਨਾ ਹੋਵੇ। ਇੱਕ ਲੇਖ ਦੇ ਵਿੱਚ ਮੈਂ ਇੱਕ ਵਾਕ ਲਿਖਿਆ ਸੀ ਕਿ ਪੰਜਾਬ ਦੀਆਂ ਔਰਤਾਂ ਰਿਸ਼ਤੇਦਾਰੀਆਂ ਵਿੱਚ ਆਪਣੇ ਆਪ ਨੂੰ ਪ੍ਰਸ਼ਾਦ ਵਾਂਗ ਵੰਡ ਦਿੰਦੀਆਂ। ਇਸ 'ਤੇ ਮੇਰੇ 'ਤੇ ਮੁਕੱਦਮਾ ਹੋ ਗਿਆ ਸੁਣਦਾ ਨੇ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕੋਈ ਧਰਮ ਤੋਂ ਕੋਈ ਵਿਰੋਧੀ ਤਾਂ ਗੱਲ ਕਹੀ ਨਹੀਂ। ਕਹਿੰਦੇ ਨਹੀਂ, ਪ੍ਰਸ਼ਾਦ ਸ਼ਬਦ ਵਰਤਿਆ ਤੁਸੀਂ, ਪ੍ਰਸ਼ਾਦ ਸ਼ਬਦ ਵਰਤਿਆ। ਇੱਕ ਵਾਰੀ ਪੰਜਾਬੀ ਯੂਨੀਵਰਸਿਟੀ ਦੇ ਸੈਮੀਨਾਰ ਦੇ ਵਿੱਚ ਮੈਂ ਸਿੱਧ ਕਰ ਰਿਹਾ ਸੀ ਉਹਨਾਂ ਨੂੰ ਕਿ ਧਾਰਮਿਕ ਸਥਾਨ ਜਿਹੜੇ ਹਨ ਆਮ ਸਾਧਾਰਨ ਲੋਕਾਂ ਦੀ ਉਹੀ ਲੋੜ ਪੂਰੀ ਕਰਦੇ ਹਨ ਜੋ ਅਮੀਰ ਲੋਕਾਂ ਦੀ ਕਲੱਬ ਲੋੜ ਪੂਰੀ ਕਰਦੇ ਹਨ। ਉੱਥੇ ਵੀ ਸੰਗੀਤ ਹੁੰਦਾ, ਉੱਥੇ ਵੀ ਸੰਗੀਤ ਹੁੰਦਾ, ਉੱਥੇ ਵੀ ਖੁੱਲ੍ਹੀ ਥਾਂ ਹੁੰਦੀ ਹੈ, ਉੱਥੇ ਵੀ ਖੁੱਲ੍ਹੀ ਥਾਂ ਹੁੰਦੀ ਹੈ, ਉੱਥੇ ਵੀ ਲੋਕ ਆਪਣੀ ਮਨ ਦੀ ਸ਼ਾਂਤੀ ਵਾਸਤੇ ਜਾਂਦੇ ਹਨ, ਉੱਥੇ ਵੀ ਜਾਂਦੇ ਹਨ, ਉੱਥੇ ਸਰੋਵਰ ਹੁੰਦਾ, ਉੱਥੇ ਸਵਿਮਿੰਗ ਪੂਲ ਹੁੰਦਾ, ਵਗੈਰਾ ਵਗੈਰਾ। ਮੈਂ ਸਿੱਧ ਇਹ ਕਰਨਾ ਚਾਹੁੰਦਾ ਸੀਗਾ ਕਿ ਡੇਰੇ ਵਗੈਰਾ ਜਿਹੜੇ ਹੈਗੇ ਨਾ, ਇਹ ਮੈਨੂੰ ਗੁਰਦੁਆਰਿਆਂ ਦੇ ਮੁਕਾਬਲੇ ਵਧੇਰੇ ਠੀਕ ਥਾਵਾਂ ਲੱਗਦੀਆਂ ਹਨ। ਗੁਰਦੁਆਰਿਆਂ ਦੇ ਉੱਤੇ ਤਾਂ ਜੱਟਾਂ ਅਤੇ ਖੱਤਰੀਆਂ ਨੇ ਕਬਜ਼ੇ ਕੀਤੇ ਹੋਏ ਹਨ। ਇਹਨਾਂ ਲੋਕਾਂ ਦੇ
ਉਹਨਾਂ ਗੁਰਦੁਆਰਿਆਂ ਦੇ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ ਹੈ। ਸਿੰਘ ਸਭਾ ਲਹਿਰ ਦੇ ਦੌਰਾਨ ਵੀ ਜਿਹੜੇ ਦਲਿਤ ਸੀ ਉਹਨਾਂ ਨੂੰ ਗੁਰਦੁਆਰੇ ਅੰਦਰ ਜਾਣ ਦੀ ਆਗਿਆ ਨਹੀਂ ਸੀ, ਉਹ ਜਿੱਥੇ ਜੋੜੇ ਪਏ ਹੁੰਦੇ ਸੀ ਉੱਥੇ ਖਲੋਤੇ ਰਹਿੰਦੇ ਸੀ, ਉਦੋਂ ਅੱਗੇ ਨਹੀਂ ਤੁਸੀਂ ਜਾ ਸਕਦੇ। ਇਹ ਡੇਰੇ ਜਿਹੜੇ ਹਨ ਲੋਕਾਂ ਦੀ ਇੱਕ ਮਾਨਸਿਕ ਲੋੜ ਪੂਰੀ ਕਰ ਰਹੇ ਹਨ ਅਤੇ ਜਿਹੜੇ ਸਥਾਪਿਤ ਧਰਮ ਹਨ ਉਹ ਇਹਨਾਂ ਨੂੰ ਬਦਨਾਮ ਕਰਨ 'ਤੇ ਲੱਗੇ ਹੋਏ ਹਨ। ਮੈਂ ਜਦੋਂ ਬਾਹਰ ਆਇਆ ਜੀ, ਮੈਨੂੰ ਤਾਂ ਨਿਹੰਗ ਸਿੰਘਾਂ ਨੇ ਘੇਰ ਲਿਆ ਕਿ ਤੁਸੀਂ ਤਾਂ ਸਿੱਖ ਧਰਮ ਦੀ ਬੇਇੱਜ਼ਤੀ ਕੀਤੀ ਹੈ। ਮੈਂ ਕਿਹਾ ਜੀ ਮੈਂ ਧਰਮ ਦਾ ਤਾਂ ਸਿੱਖ ਧਰਮ ਦਾ ਤਾਂ ਨਾਂ ਹੀ ਨਹੀਂ ਲਿਆ ਹੈਗਾ। ਕਹਿੰਦਾ ਨਹੀਂ, ਜਿਹੜਾ ਸਰੋਵਰ ਹੈ ਉਹ ਕੇਵਲ ਗੁਰਦੁਆਰੇ 'ਚ ਹੁੰਦਾ। ਅੱਛਾ, ਮੈਂ ਕਿਹਾ ਜੀ ਮੈਂ ਮਾਫ਼ੀ ਮੰਗਦਾ ਤੁਹਾਡੇ ਤੋਂ। ਮੈਨੂੰ ਅੰਦਰ ਜਾ ਕੇ ਸਟੇਜ ਤੋਂ ਮੁਆਫ਼ੀ ਮੰਗੀ ਮੈਂ, ਕਿਉਂਕਿ ਇਹਨਾਂ ਦਾ ਕੋਈ ਪਤਾ ਨਹੀਂ ਹੈ। ਇਸੇ ਤਰੀਕੇ ਨਾਲ ਮੈਂ ਲੇਖ ਲਿਖਿਆ ਸੀ ਕਲਰਕ ਬਾਦਸ਼ਾਹ। ਮੈਂ ਅਸਲ 'ਚ ਲੇਖਾਂ ਦੀ ਲੜੀ ਵੀ ਆਉਂਦੀ ਸੀਗੀ, ਕਲਰਕਾਂ ਬਾਰੇ ਲਿਖਾਂਗਾ, ਡਾਕਟਰਾਂ ਬਾਰੇ ਲਿਖਾਂਗਾ, ਪ੍ਰੋਫੈਸਰਾਂ ਬਾਰੇ ਲਿਖਾਂਗਾ, ਵਗੈਰਾ 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 ਵਗੈਰਾ। ਅਤੇ ਕਲਰਕ ਬਾਦਸ਼ਾਹ ਜਿਹੜਾ ਸੀ ਉਹਦੇ ਵਿੱਚ ਕਲਰਕਾਂ ਦੇ ਵਿਹਾਰ ਬਾਰੇ ਮੈਂ ਲਿਖਣਾ ਚਾਹੁੰਦਾ ਸੀ। ਉਹਦਾ ਪਹਿਲਾ ਹੀ ਵਾਕ ਸੀ ਜਿਸ ਉੱਤੇ ਉਹ ਭੜਕ ਉੱਠੇ, ਉਹ ਪਹਿਲਾ ਹੀ ਵਾਕ ਇਹ ਸੀ ਕਿ ਜਦੋਂ ਮੈਂ ਕਮਰੇ ਅੰਦਰ ਦਾਖਲ ਹੋਇਆ ਤਾਂ ਉੱਥੇ ਤਿੰਨ ਬੰਦੇ ਅਤੇ ਦੋ ਕਲਰਕ ਬੈਠੇ ਸੀ। ਅਤੇ ਜਿਹਨਾਂ ਨੂੰ ਮੈਂ ਬੰਦੇ ਸਮਝਦਾ ਸੀ, ਥੋੜ੍ਹੀ ਦੇਰ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਉਹ ਵੀ ਕਲਰਕ ਸੀ। ਸੋ ਇਸ ਤਰ੍ਹਾਂ, ਵੈਸੇ ਤਾਂ ਉਹਦੇ ਪਿੱਛੇ ਉਸ ਵੇਲੇ ਦੇ ਵਾਈਸ ਚਾਂਸਲਰ ਸਾਹਿਬ ਸਨ, ਉਹਨਾਂ ਦੇ ਲੜਕੇ ਨੇ ਯੂਨੀਵਰਸਿਟੀ ਦਾ ਨਾਂ ਵਰਤ ਕੇ ਇੱਕ ਮਕਾਨ ਅਲਾਟ ਕਰਵਾ ਰਿਹਾ ਸੀ ਅਤੇ ਉਸਦਾ ਮੈਂ ਸੈਕਟਰੀ ਸੀ, ਟੀਚਰਸ ਯੂਨੀਅਨ ਦਾ ਵਿਰੋਧ ਕੀਤਾ ਸੀ ਉਸ ਦੇ ਵਿਰੋਧ 'ਚ। ਉਹਨਾਂ ਨੇ ਹੋਰਾਂ ਨੂੰ ਕਹਿ ਕੇ ਅਤੇ ਉਹ ਇੱਥੇ ਵੀ ਬਿਜਲੀ ਬੋਰਡ ਵਿੱਚ ਵੀ ਹੋਰ ਥਾਵਾਂ 'ਤੇ ਮੁਜ਼ਾਹਰੇ ਹੋਏ। ਮੁਜ਼ਾਹਰਾ ਹੋ ਰਿਹਾ ਸੀ, ਨਾਰੇ ਲੱਗ ਰਹੇ ਸੀ, ਮੁਰਦਾਬਾਦ ਹੋ ਰਿਹਾ ਸੀ ਅਤੇ ਲਾਊਡ ਸਪੀਕਰ ਲਾਇਆ ਹੋਇਆ ਸੀ ਉਹਨਾਂ ਨੇ। ਮੈਂ ਕਿਸੇ ਵੇਲੇ ਲਾਊਡ ਸਪੀਕਰਾਂ ਦਾ ਵੀ ਕੰਮ ਕੀਤਾ ਸੀ, ਉਹਨਾਂ ਦਾ ਲਾਊਡ ਸਪੀਕਰ ਖਰਾਬ। ਮੈਂ ਸੱਚ ਦੱਸਦਾ, ਮੈਂ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਾਰ ਜੋੜੀ। ਜਦੋਂ ਉਹ ਉੱਥੇ ਪਹੁੰਚੇ ਤਾਂ ਅੰਦਰ ਇੱਕ ਸੈਮੀਨਾਰ ਚੱਲ ਰਿਹਾ ਸੀ। ਮੈਂ ਸੈਮੀਨਾਰ ਤੋਂ ਬਾਹਰ ਆਇਆ ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਉਹਨਾਂ ਨੂੰ ਦੱਸਿਆ ਨਹੀਂ ਕਿ ਮੈਂ ਨਰਿੰਦਰ ਸਿੰਘ ਕਪੂਰ ਹਾਂ। ਮੈਂ ਆਪ ਨਾਰੇ ਲਾਉਣੇ ਸ਼ੁਰੂ ਕਰਤੇ, ਨਰਿੰਦਰ ਸਿੰਘ ਕਪੂਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੈਂ ਕਿਹਾ ਜੀ ਮੈਂ ਉੱਥੇ ਇੱਕ ਗੱਲ ਕਹੀ, ਮੈਂ ਕਿਹਾ ਗਿਆਨੀ ਕੇ ਹਮ ਗੁਰੂ ਹੈ, ਮੂਰਖ ਕੇ ਹਮ ਦਾਸ, ਦੱਸੋ ਤੁਹਾਡੀ ਕੀ ਪ੍ਰੋਬਲਮ ਹੈ। ਉਹ ਕਹਿੰਦੇ ਸਾਡੀ ਬੇਇੱਜ਼ਤੀ ਕੀਤੀ ਹੈ। ਮੈਂ ਕਿਹਾ ਨਾਰੇ ਲਾਓ, ਮੁਰਦਾਬਾਦ ਦੇ ਨਾਰੇ ਲਾਓ। ਜਦੋਂ ਚਾਰ ਪੰਜ ਉਹਨਾਂ ਨਾਰੇ ਲਾ ਲਏ, ਉਹਨਾਂ ਨੂੰ ਆਪ ਨਾ ਸਮਝ ਆਈ ਵੀ ਅਸੀਂ ਕਾਹਦੇ ਵਾਸਤੇ ਆਏ ਹਾਂ ਇੱਥੇ, ਆਪੇ ਵਾਪਸ ਚਲੇ ਗਏ। ਇਹਦਾ ਸਬਕ ਕੀ ਸਿੱਖਿਆ, ਤੁਹਾਨੂੰ ਵੀ ਸਿੱਖਣਾ ਚਾਹੀਦਾ, ਥੋੜ੍ਹੀ ਜਿਹੀ ਬੇਇੱਜ਼ਤੀ ਬਰਦਾਸ਼ਤ ਕਰਨੀ ਸਿੱਖੋ, ਜ਼ਿੰਦਗੀ 'ਚ ਸੌਕੇ ਰਹੋਗੇ। ਜੇ ਹਰ ਬੇਇੱਜ਼ਤੀ 'ਤੇ ਲੜਨ ਲੱਗ ਜਾਓਗੇ ਨਾ ਤਾਂ ਤੁਹਾਡੇ ਸਰੀਰ 'ਤੇ ਕਿਧਰੇ ਨਾ ਕਿਧਰੇ ਹਰ ਵੇਲੇ ਪੱਟੀ ਬੰਨ੍ਹੀ ਰਹੀ ਹੋਏ। ਸੋ ਹਿੰਦੁਸਤਾਨ ਦਾ ਨਿਬੇੜਾ, ਹੁਣ ਇੱਕ ਚੰਗੀ ਗੱਲ ਇਹ ਹੈਗੀ ਹੈ ਕਿ ਟੈਕਨੋਲੋਜੀ ਦਾ ਜਿਹੜਾ ਵਿਕਾਸ ਹੋ ਚੁੱਕਾ ਨਾ, ਉਸ ਦੇ ਨਾਲ ਹੁਣ ਹਿੰਦੁਸਤਾਨ
ਬਾਕੀ ਦੀ ਦੁਨੀਆ ਨਾਲੋਂ ਨਿਖੜ ਕੇ ਨਹੀਂ ਰਹਿ ਸਕਦਾ। ਜਿਹੜੀ ਸਾਈਕਲ ਦੀ ਚੇਨ ਹੁੰਦੀ ਹੈ ਨਾ, ਸਾਈਕਲ ਦੀ ਚੇਨ ਦੇ ਵਿੱਚ ਮਣਕੇ ਹੁੰਦੇ ਆ, ਉਹ ਸਾਈਕਲ ਦੀ ਚੇਨ ਕਿੰਨੀ ਮਜ਼ਬੂਤ ਹੁੰਦੀ ਹੈ ਇਸ ਗੱਲ 'ਤੇ ਨਿਰਭਰ ਕਰਦਾ ਕਿ ਉਸ ਚੇਨ ਦੇ ਵਿੱਚ ਜਿਹੜੇ 150 ਮਣਕੇ ਹਨ ਉਹਨਾਂ ਦੇ ਵਿੱਚ ਸਭ ਤੋਂ ਕਮਜ਼ੋਰ ਮਣਕਾ ਕਿਤਨਾ ਮਜ਼ਬੂਤ ਹੈ, ਉਤਨੀ ਉਹ ਚੇਨ ਜਿਹੜੀ ਹੈ ਮਜ਼ਬੂਤ ਹੁੰਦੀ ਹੁੰਦੀ ਹੈ। ਕਿਸੇ ਟਰੱਕ ਦੇ 16 ਟਾਇਰ ਹੁੰਦੇ ਹੈ, ਇੱਕ ਟਾਇਰ ਜਿਹੜਾ ਉਹ ਪੰਕਚਰ ਹੋ ਜਾਵੇ ਬਾਕੀ 15 ਜਿਹੜੀਆਂ ਖੜ੍ਹ ਜਾਂਦੇ ਆ। ਸੋ ਹਿੰਦੁਸਤਾਨ ਦਾ ਹੁਣ ਨਖੇੜਾ ਜਿਹੜਾ ਹੈ ਬਾਕੀ ਦੀ ਦੁਨੀਆ ਨਾਲੋਂ ਸੰਭਵ ਨਹੀਂ ਹੈ। ਇਹ ਗਰੀਬੀ ਅਤੇ ਅਮੀਰੀ ਦੇ ਵਿੱਚ ਪਾੜਾ ਜਿਹੜਾ ਹੈਗਾ ਹੋਰ ਵਧੇਗਾ। ਮਿਸਾਲ ਦੇ ਤੌਰ 'ਤੇ ਜੇ ਅਮਰੀਕਾ ਦੇ ਵਿੱਚ ਪਰ ਕੈਪੀਟਾ ਇਨਕਮ $2,000 ਹੈ ਅਤੇ ਭਾਰਤ ਦੇ ਵਿੱਚ $200 ਹੈ, ਅੰਤਰ ਕਿਤਨਾ ਹੈ $1,800 ਦਾ। ਜੇਕਰ ਇਹ ਡਬਲ ਹੋ ਜਾਂਦਾ, ਅਮਰੀਕਾ ਦੇ ਵਿੱਚ ਹਰ ਕਿਸੇ ਦੀ ਆਮਦਨ $400 ਹੋ ਜਾਂਦੀ ਹੈ, $4,000 ਹੋ ਜਾਂਦੀ ਹੈ, ਅਤੇ ਭਾਰਤ ਦੇ ਵਿੱਚ ਹਰ ਇੱਕ ਦੀ $400 ਹੋ ਜਾਂਦੀ ਹੈ, ਅੰਤਰ ਕਿਤਨਾ $3,600 ਦਾ। ਮਤਲਬ ਇਸ ਤਰ੍ਹਾਂ ਪਾੜਾ ਵਧੇਗਾ, ਲੱਗੇਗਾ ਇਉਂ ਕਿ ਜਿਵੇਂ ਅਸੀਂ ਵੀ ਅਮੀਰ ਹੋ ਰਹੇ ਹਾਂ। ਨਹੀਂ, ਅਮੀਰ ਹਮੇਸ਼ਾ ਕੰਪੈਰੇਟਿਵਲੀ ਹੁੰਦਾ, ਦੂਜੇ ਦੇ ਨਾਲ ਤੁਲਨਾ ਦੇ ਵਿੱਚ ਅਮੀਰ ਹੁੰਦਾ ਹੈਗਾ। ਇਹ ਤੁਲਨਾ ਜਿਹੜੀ ਹੈ ਉਸ ਦੇ ਨਾਲ ਹਿੰਦੁਸਤਾਨ ਨੂੰ ਬਦਲਣਾ ਪਏਗਾ। ਸੋ ਜਿਹੜੇ ਲੋਕਾਂ ਦਾ ਧਰਮ ਵਿੱਚ ਵਿਸ਼ਵਾਸ ਹੋਏਗਾ ਉਹ ਗਰੀਬ ਰਹਿਣਗੇ, ਪਛੜੇ ਰਹਿਣਗੇ, ਰੋਟੀ ਤਾਂ ਖਾਈ ਜਾਣਗੇ ਪਰੰਤੂ ਜੀਉਣਗੇ ਨਹੀਂ। ਉਹ ਕਿਧਰੇ ਜਾਇਆ ਕਰਨਗੇ, ਧਾਰਮਿਕ ਸਥਾਨ 'ਤੇ ਰਹਿਣ ਦਾ ਯਤਨ ਕਰਨਗੇ ਕਿਉਂਕਿ ਉੱਥੇ ਲੰਗਰ ਮਿਲਦਾ, ਕਿਉਂਕਿ ਉੱਥੇ ਰਹਿਣ ਨੂੰ ਮੁਫ਼ਤ ਥਾਂ ਮਿਲਦੀਆਂ, ਉਹ ਕਿਸੇ ਹੋਟਲ ਵਿੱਚ ਨਹੀਂ ਠਹਿਰ ਸਕਣਗੇ, ਉਹ ਸੈਰ ਸਪਾਟੇ 'ਤੇ ਨਹੀਂ ਜਾ ਸਕਣਗੇ, ਉਹ ਆਪਣੇ ਬੱਚਿਆਂ ਨੂੰ ਕੋਈ ਉਸ ਕਿਸਮ ਦੀ ਐਜੂਕੇਸ਼ਨ ਨਹੀਂ ਦੇ ਸਕਣਗੇ, ਉਹ ਜ਼ਿੰਦਗੀ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਨਾਲ ਜੂਝਦੇ ਰਹਿਣਗੇ। ਸੋ ਧਰਮ ਦਾ ਮਹੱਤਵ ਹੈ, ਧਰਮ ਦਾ ਮਹੱਤਵ ਸੀ, ਹੁਣ ਨਹੀਂ ਹੈ। ਧਰਮ ਨੇ ਆਪਣਾ ਰੋਲ ਪਲੇਅ ਕਰ ਦਿੱਤਾ ਹੈ। ਕੋਈ ਵੀ ਚੀਜ਼ ਜਦੋਂ ਆਪਣਾ ਰੋਲ ਪਲੇਅ ਕਰ ਲੈਂਦੀ ਹੈ ਉਸ ਤੋਂ ਬਾਅਦ ਉਹ ਰੁਕਾਵਟ ਬਣ ਜਾਂਦੀ ਹੈ। ਰੂਸ ਜਿਹੜਾ ਹੈਗਾ ਉਹ ਲੈਨਿਨ 'ਤੇ ਰੁਕਿਆ ਹੋਇਆ, ਉਸ ਤੋਂ ਬਾਅਦ ਜਿਤਨੇ ਆਏ ਉਹਨਾਂ ਨੇ ਰੂਸ ਨੂੰ ਬਦਨਾਮ ਹੀ ਕੀਤਾ। ਹਿੰਦੁਸਤਾਨ ਗਾਂਧੀ 'ਤੇ ਰੁਕਿਆ ਹੋਇਆ, ਮਤਲਬ ਹੁਣ ਅਸੀਂ ਸੂਤ ਕੱਤ ਕੇ ਹਿੰਦੁਸਤਾਨ ਦੇ ਵਿੱਚ ਤਬਦੀਲੀ ਨਹੀਂ ਲਿਆ ਸਕਦੇ। ਮਤਲਬ ਗਾਂਧੀ ਦੀ ਪੂਜਾ ਕੀਤੀ ਜਾ ਸਕਦੀ ਹੈ, ਗਾਂਧੀ ਨੂੰ ਵਡਿਆਇਆ ਜਾ ਸਕਦਾ, ਪਰੰਤੂ ਗਾਂਧੀ ਦੇ ਕਿਸੇ ਫਾਰਮੂਲੇ ਨੂੰ ਵਰਤ ਕੇ ਹਿੰਦੁਸਤਾਨ ਦੇ ਵਿੱਚ ਪਰਿਵਰਤਨ ਨਹੀਂ ਲਿਆ ਜਾ ਸਕਦਾ। ਗਾਂਧੀ ਅਤੀਤ ਦਾ ਰੱਥ ਹੈ, ਅਸੀਂ ਭਵਿੱਖ ਵਾਲੇ ਪਾਸੇ ਜਾਣਾ ਹੈ। ਸੋ ਹਿੰਦੁਸਤਾਨ ਦੀ ਕਿਸਮਤ, ਹਿੰਦੁਸਤਾਨ ਦਾ ਭਵਿੱਖ ਟੈਕਨੋਲੋਜੀ ਦੇ ਨਾਲ ਹੈ। ਟੈਕਨੋਲੋਜੀ ਦਾ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਯੰਤਰ ਹੈ ਉਹ ਕੰਪਿਊਟਰ ਹੈ। ਹਰ ਵੇਲੇ ਇੱਕ ਚੀਜ਼ ਹੁੰਦੀ ਹੁੰਦੀ ਹੈ। ਕਿਸੇ ਵੇਲੇ ਨਿਊਯਾਰਕ ਦੇ ਵਿੱਚ 1,00,000 ਘੋੜੇ ਵਾਲੀ ਬੱਘੀਆਂ ਸੀ, ਜਦੋਂ ਕਾਰ ਨਿਕਲੀ ਉਹਨਾਂ ਬੱਘੀਆਂ ਕਰਕੇ ਘੋੜੇ ਦੀ ਜ਼ਿੱਦ ਕਰਕੇ ਸਾਰੇ ਨਿਊਯਾਰਕ ਦੇ ਵਿੱਚ ਬਦਬੂ ਹੁੰਦੀ ਸੀ। ਜਿਤਨੀ ਤੇਜ਼ੀ ਨਾਲ ਨਿਊਯਾਰਕ ਨੇ ਕਾਰ ਨੂੰ ਅਪਣਾਇਆ ਦੁਨੀਆਂ ਦੇ ਵਿੱਚ ਕਿਸੇ ਹੋਰ ਮੁਲਕ ਨੇ ਨਹੀਂ ਅਪਣਾਇਆ। ਮਤਲਬ 3 ਸਾਲਾਂ ਦੇ ਵਿੱਚ ਬੱਘੀਆਂ ਖਤਮ ਹੋ ਗਈਆਂ, ਤੁਸੀਂ ਇਮੈਜਿਨ ਕਰੋ ਇੰਨੀ ਤੇਜ਼ੀ ਦੇ ਨਾਲ। ਉਹ ਇੱਕ ਤਬਦੀਲੀ ਹੁੰਦੀ ਹੈ, ਇੱਕ ਪਰਿਵਰਤਨ ਹੁੰਦਾ ਹੁੰਦਾ ਜਿਹੜਾ ਆਉਣਾ ਚਾਹੀਦਾ, ਇੱਕ ਉਹ ਹੁੰਦਾ ਜਿਹੜਾ ਆ ਜਾਣਾ ਚਾਹੀਦਾ ਸੀ।
ਤੀਜਾ ਹੁੰਦਾ ਜਿਹੜਾ ਸਾਨੂੰ ਲਿਆਉਣਾ ਚਾਹੀਦਾ ਹੈ, ਜਿਹੜਾ ਪਰਿਵਰਤਨ ਆ ਜਾਣਾ ਚਾਹੀਦਾ ਸੀ, ਜੇ ਉਹ ਵੀ ਨਹੀਂ ਆਇਆ ਹੈ, ਯੂ ਕੈਨ ਵੈਰੀ ਵੈਲ ਇਮੈਜਿਨ ਬਾਕੀ ਦੋ ਜਿਹੜੇ ਹਨ ਉਹ ਵਾਪਰਨ ਦੇ ਵਿੱਚ ਕਿਤਨੀ ਦੇਰ ਜਿਹੜੀ ਹੈ ਉਹ ਲੱਗੇਗੀ। ਹਰ ਚੀਜ਼ ਦਾ ਬਦਲ ਪੈਦਾ ਹੁੰਦਾ ਹੁੰਦਾ। ਵਿਗਿਆਨ ਤਰੱਕੀ ਤਾਂ ਕਰਦਾ ਜੇਕਰ ਇਹ ਹਰੇਕ ਚੀਜ਼ ਜਿਹੜੀ ਹੈ ਪਹਿਲੀਆਂ ਦੋ ਚੀਜ਼ਾਂ ਦਾ ਬਦਲ ਨਾ ਹੋਵੇ। ਬਾਲ ਪੈੱਨ ਕੀ ਚੀਜ਼ ਹੈ? ਬਾਲ ਪੈੱਨ ਪੈੱਨ ਅਤੇ ਪੈਨਸਲ ਦਾ ਬਦਲ ਹੈ। ਟੈਲੀਵਿਜ਼ਨ ਕੀ ਹੈ? ਟੈਲੀਵਿਜ਼ਨ ਸਿਨੇਮੇ ਅਤੇ ਰੇਡੀਓ ਦਾ ਬਦਲ ਹੈ। ਪਲਾਸਟਿਕ ਕੀ ਹੈ? ਪਲਾਸਟਿਕ ਲੋਹੇ ਅਤੇ ਲੱਕੜ ਦਾ ਬਦਲ ਹੈ। ਲੱਕੜ ਗਲ ਜਾਂਦੀ ਹੈ, ਲੋਹਾ ਭਾਰੀ ਹੁੰਦਾ ਹੈ, ਪਲਾਸਟਿਕ ਜਿਹੜਾ ਹੈ ਇਹਨਾਂ ਦੋਹਾਂ ਦਾ ਬਦਲ ਹੈ। ਸੋ ਨਵੇਂ ਜਿਹੜੇ ਸਲਿਊਸ਼ਨਸ ਹਨ ਉਹ ਵਧੇਰੇ ਪਾਏਦਾਰ ਹਨ, ਵਧੇਰੇ ਹੰਢਣਸਾਰ ਹਨ, ਸੌਖੇ ਹਨ, ਸਾਡੀ ਜ਼ਿੰਦਗੀ ਨੂੰ ਸੁਖਾਲਾ ਕਰਦੇ ਹਨ। ਸੋ ਇਹ ਧਰਮ ਦਾ ਪ੍ਰਚਾਰ ਹੈ ਕਿ ਵਿਗਿਆਨ ਧਰਮ ਦਾ ਵਿਰੋਧ ਕਰਦਾ ਹੈ। ਵਿਗਿਆਨ ਧਰਮ ਦਾ ਕਦੇ ਵਿਰੋਧ ਨਹੀਂ ਕੀਤਾ। ਵਿਗਿਆਨ ਦੇ ਵਿੱਚ ਇੱਕ ਵੀ ਵਾਕ ਨਹੀਂ ਹੈ ਜਿਹੜਾ ਧਰਮ ਦਾ ਵਿਰੋਧ ਕਰਦਾ ਹੋਵੇ। ਇਹ ਧਰਮ ਹੀ ਵਿਗਿਆਨ ਦਾ ਵਿਰੋਧ ਕਰਦਾ ਰਹੇ। ਜਦੋਂ ਨਿਊਟਨ ਆ ਗਿਆ ਤਾਂ ਉਸ ਤੋਂ ਬਾਅਦ ਫਿਰ ਧਰਮ ਜਿਹੜਾ ਸੀ ਉਹ ਵਿਰੋਧ ਕਰਨ ਵਾਲੀ ਹਾਲਤ ਵਿੱਚ ਹੀ ਨਾ ਰਿਹਾ। ਮਿਸਾਲ ਦੇ ਤੌਰ 'ਤੇ 1000 ਸਾਲ ਪਾਦਰੀ ਜਿਹੜੇ ਹਨ ਉਹ ਇਹ ਪ੍ਰਚਾਰ ਕਰਦੇ ਰਹੇ ਕਿ ਈਸਾ ਆਉਣ ਵਾਲਾ ਹੈ, ਈਸਾ ਆ ਰਿਹਾ ਹੈ। ਵੇਟਿੰਗ ਫਾਰ ਗੋਦੋ ਜਿਹੜਾ ਸੀਗਾ ਉਹ ਇਹੀ ਸੀ ਵੀ ਉਹਨੇ ਆਉਣਾ, ਈਸਾ ਆਉਣ ਵਾਲਾ ਹੈ। 1000 ਸਾਲ ਪਾਦਰੀ ਜਿਹੜੇ ਲੋਕਾਂ ਨੂੰ ਭਰਮਾਉਂਦੇ ਰਹੇ। ਜਦੋਂ ਉਹਨਾਂ ਨੇ ਵੇਖਿਆ ਕਿ ਇਹ ਤਾਂ ਹੁਣ ਗੱਲ ਚੱਲਦੀ ਨਹੀਂ ਹੈ, ਫਿਰ ਪਾਦਰੀਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ਈਸਾ ਸਾਨੂੰ ਉਡੀਕ ਰਿਹਾ ਹੈ, ਈਸਾ ਸਾਨੂੰ ਉਡੀਕ ਰਿਹਾ ਹੈ, ਵੀ ਅਸੀਂ ਈਸਾ ਕੋਲ ਜਾਣਾ। ਸਾਰਾ ਕੁਝ ਉਲਟਾ ਦਿੱਤਾ, ਜਿਵੇਂ ਮਾਰਕਸ ਨੇ ਹੇਗਲ ਨੂੰ ਉਲਟਾ ਦਿੱਤਾ ਸੀ, ਉਵੇਂ ਧਰਮ ਨੇ ਸਾਰਾ ਕੁਛ ਜਿਹੜਾ ਸੀ ਉਹ ਉਲਟਾ ਦਿੱਤਾ। ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹਰ 7 ਸਾਲ ਬਾਅਦ ਪਰਿਵਰਤਨ ਵਾਪਰਦਾ। 7 ਸਾਲ ਤੱਕ, ਮੁੱਢਲੇ 7 ਸਾਲ ਤੱਕ ਬੱਚਾ ਜਿਹੜਾ ਹੁੰਦਾ ਹੈ ਉਹ ਸੈਲਫਿਸ਼ ਹੁੰਦਾ, ਹਰ ਚੀਜ਼ ਆਪ ਲੈਣੀ ਚਾਹੁੰਦਾ, ਮਾਪਿਆਂ ਦਾ ਪਿਆਰ ਲੈਣਾ ਚਾਹੁੰਦਾ, ਕੋਈ ਚੀਜ਼ ਮਿਲ ਜਾਵੇ ਉਹ ਲੈਣੀ ਚਾਹੁੰਦਾ, ਕਿਸੇ ਦਾ ਖਿਡੌਣਾ ਵੇਖ ਲਵੇ ਉਹ ਲੈਣਾ ਚਾਹੁੰਦਾ। ਮਤਲਬ ਕਿ ਮਨੁੱਖ ਦੇ ਵਿੱਚ ਜਿੰਨੇ ਨੁਕਸਾਨ ਨਾ, ਹੋਮੇ, ਕਾਮ, ਕਰੋ, ਸਾਰਾ ਕੁਝ ਜਿਹੜਾ ਨਾ ਉਹ ਬੱਚੇ ਦੇ ਵਿੱਚ ਹੁੰਦਾ। 7 ਤੋਂ 14 ਸਾਲ ਦੀ ਉਮਰ ਦੇ ਵਿੱਚ ਮੁੰਡੇ ਮੁੰਡਿਆਂ ਨਾਲ ਖੇਡਣਾ ਚਾਹੁੰਦੇ ਹੈ ਅਤੇ ਕੁੜੀਆਂ ਕੁੜੀਆਂ ਨਾਲ ਖੇਡਣਾ ਚਾਹੁੰਦੇ ਹੈ। ਉਹਨਾਂ ਦੇ ਵਿੱਚ ਕੰਪੈਨੀਅਨਸ਼ਿਪ ਜਿਹੜੀ ਹੈ, ਘਰ ਤੋਂ ਬਾਹਰ ਜਾਣ ਦੀ ਬਿਰਤੀ ਜਿਹੜੀ ਹੈ, ਮਾਪਿਆਂ ਤੋਂ ਪਰੇ ਜਾਣ ਦੀ ਬਿਰਤੀ ਜਿਹੜੀ ਹੈ, ਸੰਸਾਰ ਨੂੰ ਫਰੋਲਣ ਦੀ ਬਿਰਤੀ ਜਿਹੜੀ ਹੈ ਉਹ ਆਉਂਦੀ ਹੈ। ਉਹਦੇ ਨਾਲ ਉਹਨਾਂ ਦੀ ਵੋਕੈਬਲਰੀ ਵੀ ਵੱਧਦੀ ਹੈ, ਉਹਦੇ ਨਾਲ ਉਹਨਾਂ ਦਾ ਅਨੁਭਵ ਵੀ ਵੱਧਦਾ। ਉਹਦੇ ਵਿੱਚ ਉਹਨਾਂ ਨੂੰ ਅੱਖਾਂ, ਕੰਨ, ਨੱਕ, ਹੱਥ, ਪੈਰ ਇਹ ਵਰਤਣ ਦੀ ਜਾਂਚ ਵੀ ਜਿਹੜੀ ਆਉਂਦੀ ਹੈ। 14 ਤੋਂ 21 ਸਾਲ ਤੱਕ ਮੁੰਡਿਆਂ ਨੂੰ ਕੁੜੀਆਂ ਚੰਗੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਅਤੇ ਕੁੜੀਆਂ ਨੂੰ ਮੁੰਡੇ ਚੰਗੇ ਲੱਗਣੇ ਸ਼ੁਰੂ ਹੋ ਜਾਂਦਾ ਹੈ। ਇੱਕ ਦੂਜੇ ਵਿੱਚ ਦਿਲਚਸਪੀ, ਕੰਪੈਨੀਅਨਸ਼ਿਪ ਜਿਹੜੀ ਹੈ ਉਹ ਆਉਂਦੀ ਹੈ। ਯੂਨੀਵਰਸਿਟੀ ਪੜ੍ਹਾਈ ਦਾ ਇੱਕ ਇਹ ਫਾਇਦਾ ਹੈਗਾ ਕਿ ਇਹਦੇ ਵਿੱਚ ਤੁਹਾਨੂੰ ਪਿਆਰ ਕਰਨ ਦਾ ਮੌਕਾ ਵੀ ਮਿਲਦਾ ਹੈ। ਉਹਦਾ ਫਾਇਦਾ ਉਠਾਉਂਦੇ ਹੋ ਕਿ ਨਹੀਂ ਉਠਾਉਂਦੇ ਇਹ ਤੁਹਾਡੀ ਗੱਲ। ਸਾਹਿਤ ਦੀ ਸਮਝ ਜਿਹੜੀ ਆ ਉਹ ਪਿਆਰ ਤੋਂ ਬਿਨਾਂ ਨਹੀਂ ਆਏਗੀ, ਜੇ ਤੁਸੀਂ ਪਿਆਰ ਨਹੀਂ ਕੀਤਾ। ਇਹ ਧਰਮ ਦੇ ਪ੍ਰਭਾਵ ਕਾਰਨ ਅਸੀਂ, ਮੈਂ ਜਦੋਂ ਕਿਸੇ ਨੂੰ ਪੁੱਛਦਾ ਕਿਸੇ ਨੂੰ ਪਿਆਰ ਵੀ ਕਰਦੀ ਹਾਂ ਕਿ ਨਹੀਂ, ਕਹਿੰਦੀ ਨਾ ਜੀ,
ਮੈਂ ਕਿਹਾ ਲੱਖ ਲਾਨਤ ਹੈ। ਹੁਣ ਵਾਪਰ ਕੀ ਰਿਹਾ ਹੈ? 21 ਸਾਲ ਤੱਕ ਤਾਂ ਇਹ ਹੈ, 21 ਸਾਲ ਤੋਂ ਬਾਅਦ ਜਦੋਂ ਕੋਈ ਬੰਦਾ ਜਿਹੜਾ ਹੋਸ਼ 'ਚ ਆਉਂਦਾ ਨਾ, ਫਿਰ ਇਉਂ ਕਰਦਾ। ਰੁਜ਼ਗਾਰ ਦੀ ਚਿੰਤਾ ਜਿਹੜੀ ਹੈ ਨਾ, ਬੰਦੇ ਨੂੰ ਦੱਬਣਾ ਸ਼ੁਰੂ ਕਰ ਦਿੰਦੀ ਹੈ। ਅਤੇ ਪਿਆਰ ਜਿਹੜਾ ਹੈ ਉਹ ਜਿਹਨੂੰ ਕਹਿੰਦੇ ਨਾ, ਉਹਦਾ ਬੁਖਾਰ ਜਿਹੜਾ ਹੈ ਉਸ ਨੂੰ ਲੱਗ ਜਾਂਦਾ। ਕਈਆਂ ਦਾ ਇਹ ਬੁਖਾਰ 40 ਸਾਲ ਦੀ ਉਮਰ ਤੱਕ ਚੱਲ ਜਾਂਦੇ, ਉਹ ਬਚਪਨ ਵਿੱਚੋਂ ਨਹੀਂ ਬਾਹਰ ਨਿਕਲਦੇ, ਉਹ ਇਮੋਸ਼ਨਲ ਹੁੰਦੇ ਹਨ, ਉਹ ਕੇਵਲ ਇਮੋਸ਼ਨਲ ਹੁੰਦੇ ਹਨ। ਦੂਜੀ ਹੁੰਦੀ ਹੈ ਇਮੋਸ਼ਨਲ ਇੰਟੈਲੀਜੈਂਸ। ਇਮੋਸ਼ਨਲ ਇੰਟੈਲੀਜੈਂਸ ਉਹ ਹੁੰਦੀ ਹੈ, ਮਿਸਾਲ ਦੇ ਤੌਰ 'ਤੇ ਕੋਈ ਟੀਚਰ ਤੁਹਾਨੂੰ ਵੀ ਜ਼ਿੰਦਗੀ 'ਚ ਮਿਲਿਆ ਹੋਣਾ, ਜਿਸ ਦੀਆਂ ਗੱਲਾਂ ਸਾਨੂੰ ਪਹਿਲੀ ਵਾਰੀ ਸੁਣਨ ਨਾਲ ਹੀ ਸਮਝ ਆ ਜਾਂਦੀਆਂ ਸੀ, ਉਹ ਦੁਹਰਾਉਣੀਆਂ ਨਹੀਂ ਸੀ ਪੈਂਦੀਆਂ। ਸਾਡੇ ਇੱਕ ਟੀਚਰ ਸੀ, ਉਹ ਸਾਨੂੰ ਅਨੁਪ੍ਰਾਸ ਅਲੰਕਾਰ ਸਮਝਾ ਰਹੇ ਸੀ, ਅਤੇ ਉਹਨਾਂ ਨੇ ਇੱਕ ਲਾਈਨ ਬੋਲੀ, ਉਹਨਾਂ ਨੇ ਇੱਕ ਹੋਰ ਹੀ ਬੋਲੀ ਹੈ, ਮੈਨੂੰ ਪਿਛਲੇ 50 ਸਾਲਾਂ 'ਚ ਭੁੱਲੀ ਹੀ ਨਹੀਂ। ਚੰਦੂ ਦੇ ਚਾਚੇ ਨੇ ਚੰਦੂ ਦੀ ਚਾਚੀ ਨੂੰ ਚਾਂਦਨੀ ਚੌਕ 'ਚ ਚਾਂਦੀ ਦੇ ਚਮਚੇ ਨਾਲ ਚਟਨੀ ਚਟਾਈ। ਖੜਕ ਸਿੰਘ ਜਬ ਖੜਕਤਾ ਹੈ ਖੜਕਤੀ ਹੈ ਖਿੜਕੀਆਂ, ਖਿੜਕੀਆਂ ਜਬ ਖੜਕਤੀ ਹੈ ਖੜਕਤਾ ਹੈ ਖੜਕ। ਇਹ ਅਨੁਪ੍ਰਾਸ ਅਲੰਕਾਰ ਹੈ, ਜਿਹਦੇ ਵਿੱਚ ਇੱਕ ਅੱਖਰ ਜਿਹੜਾ ਹੈ ਬਾਰ 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 ਬਾਰ। ਸਾਡੀ ਸਮਝ ਹੈ ਨਾ ਜਿਹੜੀ, ਉਹ ਇਹ ਤੋਂ ਬਾਅਦ ਮੈਂ ਤੁਹਾਨੂੰ ਦੱਸੂੰਗਾ ਵੀ ਅਕਲ ਗਿਆਨ ਅਤੇ ਸਿਆਣਪ ਦੇ ਵਿੱਚ ਕੀ ਫਰਕ ਹੈ। ਕੁਝ ਬੰਦਿਆਂ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ, ਮਿਸਾਲ ਦੇ ਤੌਰ 'ਤੇ ਪਿਆਰ ਸਾਰਿਆਂ ਤੋਂ ਵੱਡਾ ਵਿਸ਼ਾ ਕਿਉਂ ਹੈ? ਸਭ ਤੋਂ ਜ਼ਿਆਦਾ ਫਿਲਮਾਂ ਇਹਦੇ ਬਾਰੇ ਆ, ਸਭ ਤੋਂ ਜ਼ਿਆਦਾ ਨਾਵਲ ਇਹਦੇ ਬਾਰੇ ਆ, ਸਭ ਤੋਂ ਜ਼ਿਆਦਾ ਕਵਿਤਾਵਾਂ ਇਹਦੇ ਬਾਰੇ ਕਿਉਂ ਹੈ? ਉਹਦੇ ਪਿੱਛੇ ਕਾਰਨ ਹੈ। ਹੁਣ ਜਿਹੜੀ ਮੈਂ ਗੱਲ ਕਰਾਂਗਾ ਨਾ ਤੁਹਾਡੇ ਨਾਲ, ਉਹ ਇਮੋਸ਼ਨਲ ਇੰਟੈਲੀਜੈਂਸ ਦੀ ਹੋਏਗੀ। ਗੱਲ ਇਮੋਸ਼ਨਲ ਹੈ ਪਰੰਤੂ ਐਕਸਪਲੇਨ ਇੰਟੈਲੀਜੈਂਟਲੀ ਜਾਏਗੀ। ਮਨੁੱਖ ਦੇ ਕੋਲ 5 ਗਿਆਨ ਇੰਦਰੀਆਂ ਹਨ, ਅੱਖਾਂ ਹਨ, ਕੰਨ ਹਨ, ਨੱਕ ਹੈ, ਜੀਭ ਹੈ, ਚਮੜੀ ਹੈ। ਇਹ 5 ਗਿਆਨ ਇੰਦਰੀਆਂ ਜਿਹਨਾਂ ਨਾਲ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਇਹਨਾਂ ਦੇ ਨਾਲ ਜੋ ਕੁਝ ਅਸੀਂ ਪ੍ਰਾਪਤ ਕਰਦੇ ਹਾਂ ਉਸਨੂੰ ਅਕਲ ਕਹਿੰਦੇ ਹਨ। ਅਨਪੜ੍ਹਾਂ ਕੋਲ ਵੀ ਅਕਲ ਹੁੰਦੀ ਹੈ ਕਿਉਂਕਿ ਉਹਨਾਂ ਕੋਲ 5 ਚੀਜ਼ਾਂ ਹੁੰਦੀਆਂ, ਉਹ ਹੋਰਾਂ ਨੂੰ ਵੇਖਦੇ ਹਨ, ਸੁਣਦੇ ਹਨ, ਸੁੰਘਦੇ ਹਨ, ਚੱਖਦੇ ਹਨ, ਮਹਿਸੂਸ ਕਰਦੇ ਹਨ। ਅਕਲ ਜਿਹੜੀ ਹੈ ਉਹ ਔਰਤਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਨੇ ਆਲੇ ਦੁਆਲੇ ਦਾ ਵੀ ਜ਼ਿਆਦਾ ਧਿਆਨ ਰੱਖਣਾ ਹੁੰਦਾ, ਆਪਣੀ ਹਿਫਾਜ਼ਤ ਦਾ ਵੀ ਧਿਆਨ ਰੱਖਣਾ ਹੁੰਦਾ, ਆਪਣੀ ਇੱਜ਼ਤ ਦਾ ਵੀ ਧਿਆਨ ਰੱਖਣਾ ਹੁੰਦਾ, ਆਪਣੀ ਆਬਰੂ ਦਾ ਵੀ ਧਿਆਨ ਰੱਖਣਾ ਹੁੰਦਾ, ਕੁਝ ਲੁਕਾਉਣਾ ਵੀ ਹੁੰਦਾ, ਵਗੈਰਾ 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 ਸਾਰਾ। ਕੇਵਲ ਪਿਆਰ ਦਾ ਅਨੁਭਵ ਹੈ ਜਿਸ ਦੇ ਵਿੱਚ ਇਹ 5 ਗਿਆਨ ਇੰਦਰੇ ਵਰਤੇ ਜਾਂਦੇ ਹਨ। ਹੋਰ ਕੋਈ ਅਨੁਭਵ ਐਸਾ ਨਹੀਂ ਹੈ। ਜਦ ਤੁਸੀਂ ਖਾਣਾ ਖਾ ਰਹੇ ਹੁੰਦੇ ਹੋ ਨਾ, ਅੱਖਾਂ ਨਾਲ ਤੁਸੀਂ ਵੇਖਦੇ ਹੋ, ਜੀਭ ਦੇ ਨਾਲ ਤੁਸੀਂ ਚੱਖਦੇ ਹੋ,
ਅਤੇ ਨੱਕ ਦੇ ਨਾਲ ਤੁਸੀਂ ਸੁੰਘਦੇ ਹੋ। ਸਵਾਦ ਜਿਹੜਾ ਹੈ ਨਾ ਉਹ ਜੀਭ ਦੇ ਵਿੱਚ ਮੁੱਢਲੇ ਸਵਾਦ ਹਨ। ਕੋਈ ਚੀਜ਼ ਖਾਣ ਯੋਗ ਹੈ ਕਿ ਨਹੀਂ ਹੈ, ਕੀ ਕਿਵੇਂ ਫੈਸਲਾ ਕਰਦੇ ਅਸੀਂ ਉਹਨੂੰ ਸੁੰਘਦੇ ਹਾਂ। ਸੁੰਘਣ ਤੋਂ ਪਤਾ ਲੱਗ ਜਾਂਦਾ ਵੀ ਇਹ ਖਾਣ ਯੋਗ ਹੈ ਕਿ ਨਹੀਂ ਹੈ। ਇਸੇ ਕਰਕੇ ਜਦੋਂ ਜ਼ੁਕਾਮ ਲੱਗਿਆ ਹੁੰਦਾ ਨਾ ਉਸ ਵੇਲੇ ਸਾਨੂੰ ਬਹੁਤੇ ਸਵਾਦ ਜਿਹੜੇ ਹਨ ਪਤਾ ਨਹੀਂ ਲੱਗਦੇ ਹੈਗੇ। ਸੋ ਕੇਵਲ ਪਿਆਰ ਦਾ ਅਨੁਭਵ ਹੈ ਜਿਹਦੇ ਵਿੱਚ ਪੰਜੇ ਗਿਆਨ ਇੰਦਰੇ ਸ਼ਾਮਿਲ ਹੁੰਦੇ ਹਨ। ਹੁੰਦਾ ਕੀ ਹੈ, ਇਹਨਾਂ ਦੀ ਟ੍ਰਾਂਸਫਾਰਮੇਸ਼ਨ ਹੋ ਜਾਂਦੀ ਹੈ, ਇਹਨਾਂ ਦਾ ਕਾਇਆ ਕਲਪ ਹੋ ਜਾਂਦਾ। ਸੋਹਣਾ ਉਹ ਹੈ ਜਿਹੜਾ ਸਾਡੀਆਂ ਅੱਖਾਂ ਨੂੰ ਸੋਹਣਾ ਲੱਗੇ। ਦੋ ਸ਼ਬਦ ਹਨ, ਇੱਕ ਹੈ ਸੀ, ਦੂਜਾ ਹੈ ਲੁੱਕ। ਵੇਖਣਾ ਅਤੇ ਨਿਹਾਰਨਾ, ਜਦੋਂ ਅਸੀਂ ਕਿਸੇ ਸੋਹਣੇ ਚਿਹਰੇ ਨੂੰ ਵੇਖਦੇ ਹਾਂ ਤਾਂ ਅਸੀਂ ਉਸਨੂੰ ਵੇਖਦੇ ਨਹੀਂ, ਅਸੀਂ ਉਸਨੂੰ ਨਿਹਾਰਦੇ ਹਾਂ। ਤੁਸੀਂ ਕਦੇ ਧਿਆਨ ਨਹੀਂ ਦਿੱਤਾ ਹੋਣਾ, ਤੁਹਾਡੀ ਅੱਖ ਵਧੇਰੇ ਖੁੱਲ੍ਹਦੀ ਹੈ, ਤੁਸੀਂ ਕੰਧ ਝਪਕਦੇ ਹੋ, ਟਿਕ ਟਿਕੀ ਲਾ ਕੇ ਵੇਖਦੇ ਹੋ, ਵੇਖੀ ਜਾਂਦੇ ਹੋ, ਵੇਖ ਵੇਖ ਕੇ ਲੁਕ ਲੁਕ ਕੇ ਵੇਖਦੇ ਹੋ, ਬਾਰ ਬਾਰ ਵੇਖਦੇ ਹੋ, ਮੁੜ ਮੁੜ ਵੇਖਣ ਨੂੰ ਦਿਲ ਕਰਦਾ ਹੈ। ਜਿਤਨਾ ਵੱਧ ਵੇਖਦੇ ਹੋ ਉਤਨਾ ਹੋਰ ਵੱਧ ਵੇਖਣ ਨੂੰ ਦਿਲ ਕਰਦਾ ਹੈ, ਤੁਹਾਨੂੰ ਹਵਾਵਾਂ ਵਿੱਚ ਉਹਦਾ ਚਿਹਰਾ ਦਿਖਾਈ ਦੇਣ ਲੱਗ ਪੈਂਦਾ। ਦੂਜੇ ਸ਼ਬਦਾਂ ਦੇ ਵਿੱਚ ਕਾਇਆ ਕਲਪ ਕੀ ਵਾਪਰਦਾ ਹੈ, ਅੱਖਾਂ ਨੂੰ ਵੇਖਣਾ ਆ ਜਾਂਦਾ, ਅੱਖਾਂ ਨੂੰ ਨਿਹਾਰਨਾ ਆ ਜਾਂਦਾ। ਸੋ ਇਹ ਅੱਖਾਂ ਦਾ ਕਾਇਆ ਕਲਪ ਹੁੰਦਾ ਹੈ। ਜਦੋਂ ਸਾਨੂੰ ਕੋਈ ਚਿਹਰਾ ਸੋਹਣਾ ਲੱਗਦਾ ਨਾ, ਅਸੀਂ ਸਾਨੂੰ ਪਤਾ ਹੀ ਨਹੀਂ ਲੱਗਦਾ, ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਨੇੜੇ ਪਹੁੰਚ ਜਾਂਦੇ ਹਾਂ, ਉਹਨੂੰ ਸੁਣਨਾ ਚਾਹੁੰਦੇ ਹਾਂ, ਸੁਣਦੇ ਹਾਂ। ਇੱਕ ਹੁੰਦਾ ਹੀਅਰਿੰਗ, ਇੱਕ ਹੁੰਦਾ ਲਿਸਨਿੰਗ, ਸੁਣਨਾ ਅਤੇ ਸ਼੍ਰਵਣ ਕਰਨਾ, ਸਰਵਣ ਕਰਨਾ ਜਿਸ ਨੂੰ ਕਹਿੰਦੇ ਹਾਂ, ਅਸੀਂ ਉਸਨੂੰ ਸਰਵਣ ਕਰਦੇ ਹੈਗੇ ਹਾਂ, ਸ਼੍ਰਵਣ ਕਰਦੇ ਹਾਂ। ਕਈਆਂ ਦੀ ਸ਼ਕਲ ਸੁਰਤ ਬਹੁਤ ਅੱਛੀ ਹੁੰਦੀ ਹੈ, ਬੋਲ ਬਾਣੀ ਅੱਛੀ ਨਹੀਂ ਹੁੰਦੀ, ਫਿਰ ਅਸੀਂ ਉਹ ਜੋ ਸੁਣਦੇ ਹਾਂ ਅਤੇ ਜੋ ਵੇਖਦੇ ਹਾਂ ਉਸਨੂੰ ਇੱਕ ਦੂਜੇ ਨਾਲ ਕੰਪੇਅਰ ਕਰਦੇ ਹਾਂ, ਉਹਦੀ ਆਵਾਜ਼ ਵਿੱਚੋਂ ਸਾਨੂੰ ਸੰਗੀਤ ਸੁਣਾਈ ਦੇਣ ਲੱਗ ਪੈਂਦਾ ਹੈ, ਉਹਦੀ ਆਵਾਜ਼ ਸਾਨੂੰ ਚੰਗੀ ਲੱਗਣ ਪੈਂਦੀ ਹੈ, ਉਹਦੀ ਆਵਾਜ਼ ਵਿੱਚ ਖਿੱਚ ਪੈਦਾ ਹੋ ਜਾਂਦੀ ਹੈ। ਬਾਅਦ ਵਿੱਚ ਅਸੀਂ ਕਹਿੰਦੇ ਹਾਂ ਮੈਂ ਤਾਂ ਇਹਦੀ ਆਵਾਜ਼ ਦਾ ਖਿੱਚਿਆ ਹੋਇਆ ਇੱਥੇ ਆ ਗਿਆ, ਉਸਨੂੰ ਸੁਣਨਾ ਚਾਹੁੰਦੇ ਹਾਂ। ਕਈ ਵਾਰੀ ਤੁਸੀਂ ਦੇਖੋਗੇ ਮੁੰਡਾ ਕੁੜੀ ਗਰਾਊਂਡ ਦੇ ਵਿੱਚ ਬੈਠੇ ਹਨ, ਦੋ ਘੰਟੇ ਬਾਅਦ ਤੁਸੀਂ ਆਏ ਹੋ ਫਿਰ ਵੀ ਬੈਠੇ ਹਨ, ਉਹ ਕੀ ਕਰ ਰਹੇ ਹਨ, ਉਹ ਇੱਕ ਦੂਜੇ ਨੂੰ ਵੇਖ ਰਹੇ ਹਨ, ਇੱਕ ਦੂਜੇ ਨੂੰ ਸੁਣ ਰਹੇ ਹਨ। ਤੂੰ ਬੜੀ ਸੋਹਣੀ ਹੈ, ਇੱਕ ਵਾਰ ਫਿਰ ਕਹੋ ਜ਼ਰਾ, ਇੱਕ ਵਾਰ ਫਿਰ ਕਹੋ। ਜਦੋਂ ਉਹ ਕਹਿੰਦਾ ਤੂੰ ਬਹੁਤ ਸੋਹਣੀ ਹੈ, ਉਹ ਕਹਿੰਦੀ ਹੈ ਮੈਨੂੰ ਤਾਂ ਤੂੰ ਹੀ ਸਮਝਿਆ ਕਦੇ ਨੇ। ਜਦੋਂ ਕਹਿੰਦਾ ਤੂੰ ਬਹੁਤ ਸੋਹਣੀ ਹੈ, ਉਹ ਕਹਿੰਦੀ ਹੈ ਕੇਵਲ ਤੂੰ ਹੀ ਹੈ ਜਿਹੜਾ ਮੇਰੇ ਬਾਰੇ ਸੱਚ ਬੋਲਦਾ। ਸੋ ਉਸਦੀ ਹਰ ਗੱਲ ਚੰਗੀ ਲੱਗਣ ਲੱਗ ਪੈਂਦੀ ਹੈ। ਇਹਦੇ ਨਾਲ ਕੰਨਾਂ ਦਾ ਕਾਇਆ ਕਲਪ, ਕੰਨਾਂ ਨੂੰ ਸੁਣਨਾ ਆ ਜਾਂਦਾ, ਕੰਨ ਜਿਹੜੇ ਹਨ ਉਹ ਸੁਣਨਾ ਮਾਣਨ ਲੱਗ ਪੈਂਦੇ ਹਨ। ਤੀਜਾ ਹੈ ਸਾਨੂੰ ਉਸ ਬੰਦੇ ਤੋਂ ਸੁਗੰਧ ਆਉਣ ਲੱਗ ਪੈਂਦੀ ਹੈ,
ਕਦੇ ਨਹੀਂ ਦੇਖਣਾ ਸੀ ਗੱਲ ਵਾਪਰੇਗੀ। ਜਦੋਂ ਵੀ ਤੁਸੀਂ ਕਿਸੇ ਸੋਹਣੇ ਚਿਹਰੇ ਨੂੰ ਵੇਖੋਗੇ ਤੁਹਾਨੂੰ ਆਪਣੇ ਸੋਹਣੇ ਹੋਣ ਦਾ ਅਹਿਸਾਸ ਹੋਏਗਾ। ਵੇਖ ਤੁਸੀਂ ਉਸਨੂੰ ਰਹੇ ਹੋ ਪਰੰਤੂ ਤੁਹਾਨੂੰ ਸੋਹਣੇ ਹੋਣ ਦਾ ਆਪ ਅਹਿਸਾਸ ਹੋਏਗਾ ਵੀ ਤੁਸੀਂ ਵੀ ਸੋਹਣੇ ਹੋ। ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨੂੰ ਪ੍ਰੇਮੀ ਨੂੰ ਲਿਖਿਆ ਕਿਸੇ ਸਮਾਗਮ ਦੇ ਵਿੱਚ, ਉਹਨੇ ਵੀ ਜਾਣਾ ਸੀ, ਉਹਨੇ ਵੀ ਜਾਣਾ ਸੀ, ਰਿਸ਼ਤੇਦਾਰ ਵੀ ਹੋਣੇ ਸਨ, ਮਿਲਣਾ ਸੰਭਵ ਨਹੀਂ ਸੀ। ਤਾਂ ਉਸਨੇ ਇੱਕ ਵਾਕ ਲਿਖਿਆ, ਮੈਂ ਤੈਨੂੰ ਦਿਸਣ ਰਾਹੀਂ ਵੇਖਾਂਗੀ, ਮੈਂ ਤੈਨੂੰ ਦਿਸਣ ਰਾਹੀਂ ਵੇਖਾਂਗੀ। ਅਰੇ ਮੈਨੂੰ ਪਤਾ ਨਹੀਂ ਤੁਹਾਨੂੰ ਇਸ ਦੀ ਸੂਖਮਤਾ ਜਿਹੜੀ ਹੈ ਉਹ ਸਮਝ ਆਈ ਹੈ ਕਿ ਨਹੀਂ। ਮੇਰੇ ਹੱਥ ਜੁੜੇ ਹੋਣਗੇ, ਇੱਕ ਹੱਥ ਤੇਰਾ ਹੋਵੇਗਾ, ਇੱਕ ਹੱਥ ਮੇਰਾ ਹੋਵੇਗਾ। ਜੇ ਤੈਨੂੰ ਮੈਂ ਚੰਗੀ ਲੱਗਾਂ ਤਾਂ ਆਪਣੇ ਹੱਥ 'ਤੇ ਹੱਥ ਫੇਰੀ। ਮਤਲਬ ਇਹ ਸਾਡੀ ਕਲਪਨਾ ਦਾ ਵਿਕਾਸ ਹੋ ਜਾਂਦਾ, ਸਾਨੂੰ ਉਹ ਗੱਲਾਂ ਔੜਨ ਲੱਗ ਪੈਂਦੀਆਂ ਹਨ ਜਿਹੜੀਆਂ ਕਦੇ ਸੋਚੀਆਂ ਹੀ ਨਹੀਂ ਹੁੰਦੀਆਂ। ਇਹ ਅੱਖਾਂ ਅਤੇ ਕੰਨਾਂ ਦਾ ਕਮਾਲ ਹੈ, ਇਮੈਜੀਨੇਸ਼ਨ ਜਿਹੜੀ ਹੈ ਇਹਨਾਂ ਦੋ ਨਾਲ ਜਾਗਦੀ, ਇਹਨਾਂ ਦੋ ਨਾਲ ਜਾਗਦੀ। ਕਵੀ ਕੀ ਕਰਦਾ ਹੈਗਾ, ਕੋਈ ਸਰੋਵਰ ਹੈ, ਉਸ ਸਰੋਵਰ ਦੇ ਕਿਨਾਰੇ 'ਤੇ ਕੋਈ ਲੜਕੀ ਜਾ ਰਹੀ ਹੈ, ਉਸਦੀ ਉਹਨੇ ਪਿੱਠ ਵੇਖੀ ਹੈ, ਉਸਨੇ ਉਸਦੇ ਲੰਮੇ ਵਾਲ ਵੇਖੇ ਹਨ, ਕਿਸੇ ਹੋਰ ਲੜਕੀ ਦਾ ਸੂਟ ਵੇਖਿਆ, ਕਿਸੇ ਹੋਰ ਲੜਕੀ ਦੀ ਮੁਸਕਰਾਹਟ ਵੇਖੀ ਹੈ, ਕਿਸੇ ਹੋਰ ਲੜਕੀ ਦੀ ਚਾਲ ਵੇਖੀ ਹੈ, ਕਿਸੇ ਹੋਰ ਲੜਕੀ ਦਾ ਕੁਝ ਵੇਖਿਆ। ਜਦੋਂ ਉਹ ਕਵਿਤਾ ਲਿਖੇਗਾ ਉਹਦੇ ਵਿੱਚ ਖੂਬਸੂਰਤੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਇਕੱਠੀਆਂ ਹੋ ਜਾਣਗੀਆਂ। ਇਹ ਇਮੈਜੀਨੇਸ਼ਨ ਹੈ, ਇਹ ਇਮੋਸ਼ਨਲ ਇੰਟੈਲੀਜੈਂਸ ਹੈ। ਇਮੋਸ਼ਨਲ ਇੰਟੈਲੀਜੈਂਸ ਦਾ ਮਤਲਬ ਹੈ ਗੱਲ ਇਮੋਸ਼ਨਲ ਹੈ, ਪ੍ਰਭਾਵਿਤ ਸਾਨੂੰ ਦਿਮਾਗ ਰਾਹੀਂ ਕਰਦੀ, ਦਿਮਾਗ ਰਾਹੀਂ ਕਰਦੀ। ਪਿਆਰ ਨਾਲ ਪਿਆਰ ਦੀਆਂ ਗੱਲਾਂ ਜਿਹੜੀਆਂ ਉਹ ਦਿਮਾਗ ਨਾਲ ਕਿਸੇ ਨੂੰ ਪਿਆਰ ਕਰਨ ਤੋਂ ਹਟਾਇਆ ਨਹੀਂ ਜਾ ਸਕਦਾ, ਕਿਉਂਕਿ ਉਹਦੇ ਵਿੱਚ ਇਮੋਸ਼ਨਸ ਨਹੀਂ ਹੈ। ਤੀਜੀ ਗੱਲ ਇਹ ਹੁੰਦੀ ਹੈ ਜਦੋਂ ਸਾਨੂੰ ਕੋਈ ਚੰਗਾ ਲੱਗਦਾ ਤਾਂ ਉਸ ਤੋਂ ਖੁਸ਼ਬੂ ਆਉਣ ਲੱਗ ਪੈਂਦੀ ਹੈ, ਖੁਸ਼ਬੂ ਸਾਨੂੰ ਆਪਣੇ ਆਪ ਤੋਂ ਆ ਰਹੀ ਹੁੰਦੀ ਹੈ, ਅਸੀਂ ਸਮਝਦੇ ਹਾਂ ਉਸ ਲਈ ਆ ਰਹੀ ਹੈ। ਜਿਹੜਾ ਸਾਨੂੰ ਚੰਗਾ ਲੱਗਦਾ ਉਸ ਨਾਲ ਅਸੀਂ ਕੁਝ ਖਾਣਾ ਪਸੰਦ ਕਰਦੇ ਹਾਂ। ਜਦੋਂ ਵੀ ਤੁਸੀਂ ਵੇਖੋਗੇ ਲੜਕਾ ਅਤੇ ਲੜਕੀ, ਪੁਰਸ਼ ਅਤੇ ਇਸਤਰੀ ਇੱਕ ਦੂਜੇ ਨੂੰ ਪਸੰਦ ਕਰਨਗੇ, ਉਹਨਾਂ ਦੋਹਾਂ ਦਾ ਇੱਕਦਮ ਰੋਲ ਬਦਲ ਜਾਏਗਾ। ਇਸਤਰੀ ਜਿਹੜੀ ਹੈ ਪ੍ਰੋਵਾਈਡਰ ਬਣ ਜਾਏਗੀ, ਉਸਦੇ ਖਾਣ ਪੀਣ ਦਾ ਪ੍ਰਬੰਧ ਕਰਨ ਲੱਗ ਜਾਏਗੀ। ਪੁਰਸ਼ ਜਿਹੜਾ ਹੈ ਉਹਦਾ ਬੋਡੀਗਾਰਡ ਬਣ ਜਾਏਗਾ, ਉਹਦੀ ਹਿਫਾਜ਼ਤ ਦਾ ਪ੍ਰਬੰਧ ਕਰੇਗਾ, ਉਸਦੀ ਸੁਰੱਖਿਆ ਦਾ ਜਿਹੜਾ ਹੈ ਉਹ ਪ੍ਰਬੰਧ ਕਰੇਗਾ। ਫਿਰ ਅਸੀਂ ਉਸਨੂੰ ਛੂਹਣਾ ਚਾਹੁੰਦੇ ਹਾਂ। ਜਿਹੜਾ ਸੈਕਸ ਹੈ ਬੇਸਿਕਲੀ ਉਹ ਸਾਰੇ ਸਰੀਰ ਦੇ ਨਾਲ ਛੋਹ ਹੈ, ਛੋਹ ਦੇ ਨਾਲ ਝਰਨਾਹਟ ਪੈਦਾ ਹੁੰਦੀ, ਉਸ ਝਰਨਾਹਟ ਦੇ ਨਾਲ ਜਿਹੜਾ ਹੈ ਨਾ ਕਾਇਆ ਕਲਪ ਹੋ ਜਾਂਦਾ। ਤੂੰ ਦੇਖਣਾ ਸਕੂਲ ਦੇ ਵਿੱਚ ਬਾਹਰ ਕਈ ਵਾਰੀ ਚੂਰਨ ਵੇਚਣ ਆਉਂਦੇ ਸੀਗੇ, ਚੂਰਨ ਵੇਚਣ ਆਉਂਦੇ ਸੀ ਤਾਂ ਉਹ ਫਿਰ ਇੱਕ ਤੀਲੀ ਲਾ ਕੇ ਨਾ ਉਹ ਕਰਦੇ ਸੀ ਤਾਂ ਪਵਾਕਾ ਜਿਹਾ ਪੈਂਦਾ ਸੀ ਅਤੇ ਉਸ ਦਾ ਨਾ ਉਹਦਾ ਟੇਸਟ ਬਦਲ ਜਾਂਦਾ ਸੀ। ਫਰਾਂਸ ਦੇ ਵਿੱਚ ਮੈਂ ਰਿਹਾ ਕੁਛ ਚਿਰ, ਉੱਥੇ ਰਸੋਈ ਦੇ ਵਿੱਚ ਮੈਂ ਇੱਕ ਵਾਰੀ ਗਿਆ, ਉੱਥੇ ਕੀ ਕਰਦੇ ਹੈ, ਉੱਥੇ ਸ਼ਰਾਬ ਪਾਈ ਜਾਂਦੀ ਹੈ, ਵਾਈਨ, ਉਹ ਪਾ ਕੇ ਅਤੇ ਉਹਦੇ ਵਿੱਚ ਕੋਈ ਮਾਸ ਦਾ ਟੁਕੜਾ ਜਾਂ ਜੋ ਵੀ ਚੀਜ਼ ਖਾਣ ਵਾਲੀ ਹੈਗੀ ਉਹ ਰੱਖੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨੂੰ ਤੀਲੀ ਲਾਈ ਜਾਂਦੀ ਹੈ।
ਉਹਦੇ ਨਾਲ ਉਸ ਜਿਹੜੀ ਚੀਜ਼ ਹੈਗੀ ਹੈ ਉਸਦਾ ਸਵਾਦ ਬਦਲ ਜਾਂਦਾ, ਮਤਲਬ ਤੁਹਾਡੀ ਕਿਸਮ ਬਦਲ ਜਾਂਦੀ ਹੈ। ਨਾ ਤਾਂ ਤੁਹਾਡਾ ਕਰਨੈਲ ਸਿੰਘ ਜਰਨੈਲ ਸਿੰਘ ਹੀ ਰਹਿੰਦਾ ਜਾਂ ਬੀਨਾ ਸ਼ੀਨਾ ਹੀ ਰਹਿੰਦਾ, ਪਰੰਤੂ ਤੁਹਾਡਾ ਸਭ ਕੁਝ ਬਦਲ ਜਾਂਦਾ, ਬਦਲ ਚੁੱਕਾ ਹੁੰਦਾ। ਲੜਕੀ ਦੇ ਵਿੱਚ ਬਹਾਦਰੀ ਆ ਜਾਂਦੀ ਹੈ, ਲੜਕੀ ਦੇ ਵਿੱਚ ਲੜਕੇ ਵਾਲੇ ਗੁਣ ਆ ਜਾਣਗੇ, ਲੜਕੇ ਵਿੱਚ ਲੜਕੀ ਵਾਲੇ ਗੁਣ ਆ ਜਾਣਗੇ, ਉਹ ਕੱਪੜੇ ਸਾਫ਼ ਪਾਉਣ ਲੱਗ ਪਏਗਾ। ਦਿਨ ਵਿੱਚ ਜਿਹੜਾ ਪਹਿਲਾਂ ਚਾਰ ਚਾਰ ਦਿਨ ਨਹੀਂ ਸੀ ਨਹਾਉਂਦਾ, ਦਿਨ 'ਚ ਦੋ ਵਾਰੀ ਨਹਾਉਣ ਲੱਗ ਪਿਆ, ਕੱਪੜੇ ਪ੍ਰੈਸ ਕਰਨ ਕਰਕੇ ਟਾਈ ਲਾਉਣੀ ਸਿੱਖਣ ਲੱਗਦਾ, ਸੂਟਡ ਬੁਟਡ ਹੋ ਕੇ ਬਾਹਰ ਨਿਕਲੇਗਾ, ਕਹਿਣ ਤੋਂ ਪਾਵੇਗਾ ਇਹ ਕਾਇਆ ਕਲਪ ਹੈ। ਸੋ ਪਿਆਰ ਜਿਹੜਾ ਹੈ ਉਹ ਕਿਉਂਕਿ ਕਾਇਆ ਕਲਪ ਕਰਦਾ, ਇਸ ਕਰਕੇ ਹਰ ਬੰਦਾ ਇਸ ਅਨੁਭਵ ਦੇ ਵਿੱਚੋਂ ਲੰਘਣਾ ਚਾਹੁੰਦਾ, ਜਿਹੜੇ ਨਹੀਂ ਲੰਘਦੇ। ਇੱਕ ਵਾਰੀ ਇੱਕ ਥਾਣੇਦਾਰ ਸੀ ਬਾਹਰ ਯੂਨੀਵਰਸਿਟੀ ਦੇ ਖੜ੍ਹਾ, ਅਤੇ ਉਸਨੇ ਇੱਕ ਨਵੇਂ ਵਿਆਹ ਜੋੜੇ ਨੂੰ ਮੋਟਰਸਾਈਕਲ 'ਤੇ ਸੀ, ਉਹਨਾਂ ਨੂੰ ਰੋਕਿਆ ਹੋਇਆ ਸੀ, ਅਤੇ ਮੇਰਾ ਮਾੜਾ ਜਿਹਾ ਵਾਕਫ ਸੀ, ਅਤੇ ਮੈਂ ਉਸਨੂੰ ਪੁੱਛਿਆ, ਮੈਂ ਪੁਰਸ਼ੋਤਮ ਜੀ ਲੱਗਦਾ ਤੁਸੀਂ ਕਿਸੇ ਨੂੰ ਪਿਆਰ ਨਹੀਂ ਕੀਤਾ। ਕਹਿੰਦਾ ਕੀ ਮਤਲਬ? ਮੈਂ ਕਿਹਾ ਜੇ ਕੀਤਾ ਹੁੰਦਾ ਤੁਸੀਂ ਇਹਨਾਂ ਨੂੰ ਰੋਕਣਾ ਨਹੀਂ ਸੀ। ਲੜਕੀ ਨੇ ਚੂੜਾ ਪਾਇਆ ਹੋਇਆ ਸੀ ਅਤੇ ਮੁੰਡਾ ਜਿਹੜਾ ਸੀ ਉਹ ਸਾਫ ਬਣਿਆ ਹੋਇਆ ਸੀ, ਉਹਨੂੰ ਰੋਕਣਾ ਨਹੀਂ ਸੀ। ਇਸ ਤੋਂ ਅਗਲੀ ਗੱਲ ਹੈ ਅਕਲ, ਗਿਆਨ ਅਤੇ ਸਿਆਣਪ। ਇਹ ਸ਼ਬਦ ਅਸੀਂ ਵਰਤਦੇ ਹਾਂ ਪਰੰਤੂ ਇਹਨਾਂ ਵਿਚਲਾ ਅੰਤਰ ਨਹੀਂ ਜਾਣਦੇ। ਅਕਲ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਉਹ ਸਾਡੇ ਗਿਆਨ ਇੰਦਰੀਆਂ ਤੋਂ ਪ੍ਰਾਪਤ ਹੁੰਦੀ ਹੈ, ਜੋ ਕਿ ਅਸੀਂ ਵੇਖਦੇ ਹਾਂ, ਸੁਣਦੇ ਹਾਂ ਵਗੈਰਾ ਵਗੈਰਾ। ਇਸੇ ਕਰਕੇ ਦੁਨੀਆਂ ਵਿੱਚ ਅਨਪੜ੍ਹ ਬੰਦੇ ਵੀ ਜੀ ਰਹੇ ਹਨ ਔਰ ਬੜੇ ਸੌਖ ਨਾਲ ਜੀ ਰਹੇ ਹਨ, ਕਿਉਂਕਿ ਉਹਨਾਂ ਕੋਲ ਅਕਲ ਹੈ। ਗਿਆਨ ਹਮੇਸ਼ਾ ਫਾਰਮੂਲਿਆਂ ਦੇ ਵਿੱਚ ਹੁੰਦਾ, ਗਿਆਨ ਸਾਨੂੰ ਪੁਸਤਕਾਂ ਅਤੇ ਅਧਿਆਪਕਾਂ ਤੋਂ ਮਿਲਦਾ, ਅਕਲ ਹਰ ਕਿਸੇ ਕੋਲ ਹੁੰਦੀ ਹੈ। ਗਿਆਨ ਉਸ ਕੋਲ ਹੁੰਦਾ ਜਿਹੜਾ ਸਕੂਲ, ਕਾਲਜ, ਯੂਨੀਵਰਸਿਟੀ ਗਿਆ ਹੋਵੇ। ਇੱਕ ਪਿੰਡ ਸੀ, ਇੱਕ ਖੂਹ ਸੀ ਸੁੱਕਾ, ਉਹਦਾ ਬਨੇਰਾ ਪਹਿਲਾਂ ਸੀ ਉਹ ਟੁੱਟ ਗਿਆ ਸੀ, ਇੱਕ ਮੱਝ ਉਹਦੇ ਵਿੱਚ ਡਿੱਗਦੀ, ਮੱਝ ਬੜੀ ਮਹਿੰਗੀ ਆਉਂਦੀ ਹੈ। ਕਈ ਯਤਨ ਕੀਤੇ ਗਏ, ਸੋਚੇ ਗਏ ਬਈ ਇਹਨੂੰ ਕਿਵੇਂ ਕੱਢਿਆ ਜਾਵੇ, ਅਤੇ ਅਖੀਰ 'ਤੇ ਉਹ ਜਿਹੜਾ ਮਾਲਕ ਸੀ ਉਹ ਇੱਕ ਕਰੇਨ ਵਾਲੇ ਨੂੰ ਲੈ ਰਿਹਾ। ਕਰੇਨ ਵਾਲੇ ਨੇ ਕਿਹਾ ਮੈਂ 5,000 ਰੁਪਏ ਲਵਾਂਗਾ ਅਤੇ ਮੱਝ ਕੱਢ ਦਿਆਂਗਾ। ਜਦੋਂ ਕੱਢਣ ਲੱਗਿਆ ਤਾਂ ਉਸਨੇ ਕਿਹਾ ਵੀ ਕੱਢ ਦਿਆਂਗਾ, ਜਿਉਂਦੀ ਨਿਕਲੇ ਮਰੀ ਨਿਕਲੇ ਮੇਰੀ ਜ਼ਿੰਮੇਵਾਰੀ ਨਹੀਂ। ਉੱਥੇ ਇੱਕ BSc ਪਾਸ ਮੁੰਡਾ ਖੜ੍ਹਾ ਸੀ, ਉਸਨੇ ਕਿਹਾ ਕਰੇਨ ਦੀ ਲੋੜ ਹੀ ਨਹੀਂ ਹੈ, ਇਹ ਸਾਹਮਣੇ 2 ਟਿਊਬਵੈਲ ਹਨ, ਖਾਈ ਪੁੱਟੋ, ਇਹਨਾਂ 2 ਟਿਊਬਵੈਲ ਨੂੰ ਚਲਾ ਦਿਓ ਅਤੇ ਇਹ ਖੂਹ ਜਿਹੜਾ ਹੈ 7-8 ਘੰਟੇ 'ਚ ਭਰ ਜੂਗਾ ਅਤੇ ਮੱਝ ਉੱਪਰ ਆ ਜਾਏਗੀ ਅਤੇ ਕੱਢ ਲਓ। ਉਹਨੂੰ ਫਾਰਮੂਲਾ ਪਤਾ ਸੀ, ਉਹਦੇ ਕੋਲ ਗਿਆਨ ਸੀ, ਇਹ ਗਿਆਨ ਹੈ। ਗਿਆਨ ਫਾਰਮੂਲਿਆਂ ਦੇ ਵਿੱਚ ਹੁੰਦਾ। ਇਸ ਤੋਂ ਅੱਗੇ ਹੈ ਸਿਆਣਪ, ਇਸ ਨੂੰ ਕਈ ਨਾਵਾਂ ਨਾਲ ਵਰਤਿਆ ਜਾਂਦਾ, ਵਿਜ਼ਡਮ ਵੀ ਕਹਿੰਦੇ ਹਨ, ਇਲਹਾਮ ਵੀ ਕਹਿੰਦੇ ਹਨ। ਇੱਕ ਪਹਾੜੀ ਰਸਤਾ ਸੀ, ਉਸ 'ਤੇ ਇੱਕ ਬੰਦਾ ਕਾਰ 'ਚ ਜਾ ਰਿਹਾ ਸੀ, ਉਸਦੀ ਕਾਰ ਪੰਕਚਰ ਹੋ, ਪਹਾੜੀ ਰਸਤੇ ਬਹੁਤੇ ਚੌੜੇ ਨਹੀਂ ਹੁੰਦੇ, ਉਸਨੇ ਬੜੀ ਮੁਸ਼ਕਲ ਨਾਲ ਇੱਕ ਪਾਸੇ ਜਿਹਾ ਲਾਇਆ, ਪੰਕਚਰ ਹੋਇਆ ਹੋਇਆ ਟਾਇਰ ਖੋਲ੍ਹਿਆ, ਪਿੱਛੋਂ ਡਿੱਕੀ ਵਿੱਚੋਂ ਟਾਇਰ ਕੱਢਿਆ, ਉਹ ਟਾਇਰ ਜਿਹੜਾ ਸੀਗਾ ਉਹ ਉਹਦੇ ਹੱਥ ਵਿੱਚੋਂ ਨਿਕਲ ਗਿਆ। ਟਾਇਰ ਤਾਂ ਉਹਨੇ ਫੜ ਲਿਆ ਪਰੰਤੂ ਇਹਨੇ ਦੇ ਵਿੱਚ ਜਿਹੜੇ ਨਟ ਬੋਲਟ ਖੋਲ੍ਹੇ ਹੋਏ ਸੀ ਉਹ ਰੁੜ ਗਏ। ਬੜਾ ਪਰੇਸ਼ਾਨ ਸੀ, ਕੀ ਕੀਤਾ ਜਾਏ। ਉਹਨੇ ਕਈਆਂ ਨੂੰ ਪੁੱਛਿਆ ਵੀ ਇੱਥੇ ਕੋਈ ਦੁਕਾਨ ਹੈ ਸਪੇਅਰ ਪਾਰਟਸ ਦੀ?
ਕਿਸੇ ਨੇ ਕਿਹਾ 25 ਕਿਲੋਮੀਟਰ ਪਰ ਹੈ। ਇੱਕ ਸਿਆਣਾ ਬੰਦਾ ਉੱਥੋਂ ਲੰਘ ਗਿਆ। ਸਿਆਣਾ ਦਾ ਮਤਲਬ ਮਾਹਿਰ, ਮਾਹਿਰ ਜਿਸ ਨੂੰ ਅਕਲ ਵੀ ਹੋਵੇ, ਗਿਆਨ ਵੀ ਹੋਵੇ, ਮੁਹਾਰਤ ਵੀ ਹੋਵੇ। ਉਸਨੇ ਬਹੁਤ ਸਾਰੀਆਂ ਅਸਫਲਤਾਵਾਂ ਵਿੱਚੋਂ ਗੁਜ਼ਰ ਕੇ ਮੁਹਾਰਤ ਪੈਦਾ ਕੀਤੀ। ਤੁਸੀਂ ਕਿਹਾ ਤੁਹਾਡੀ ਸਮੱਸਿਆ ਕੀ ਹੈ? ਕਹਿੰਦਾ ਮੇਰੇ ਨੱਟ ਬੋਲਟ ਰੁੜ ਗਏ ਹਨ। ਉਸਨੇ ਕਿਹਾ 3 ਟਾਇਰ ਠੀਕ ਹਨ? ਕਹਿੰਦਾ ਹਾਂ। ਕਹਿੰਦਾ ਉਹਨਾਂ ਦਾ ਇੱਕ ਇੱਕ ਨੱਟ ਬੋਲਟ ਖੋਲ੍ਹ ਲਓ, ਉਹ ਇਸ ਨੂੰ ਲਾ ਲਓ, ਇਸ ਨਾਲ ਕਾਰ ਤੁਹਾਡੀ ਜਿਹੜੀ ਹੈ ਚੱਲ ਪਏਗੀ ਅੱਗੋਂ ਜਾ ਕੇ ਉਹ। ਇਹ ਸਿਆਣਪ ਹੈ। ਸਿਆਣਾ ਡਾਕਟਰ ਹੁੰਦਾ ਜਿਹੜਾ ਸਾਡੀ ਬਿਮਾਰੀ ਵੀ ਠੀਕ ਕਰੇ ਅਤੇ ਸਾਡਾ ਦਵਾਈਆਂ ਤੋਂ ਵੀ ਛੁਟਕਾਰਾ ਦਵਾ। ਇੱਕ ਮਾਂ ਬੜੀ ਘਬਰਾਈ ਹੋਈ ਸੀ, ਉਹਦੇ ਬੱਚੇ ਨੂੰ ਸਾਹ ਨਹੀਂ ਸੀ ਠੀਕ ਆ ਰਿਹਾ। ਉਸਨੇ ਡਾਕਟਰ ਨੂੰ ਫੋਨ ਕੀਤਾ ਵੀ ਹੁਣੇ ਆ ਜਾਓ, ਮੇਰੇ ਬੱਚੇ ਦੀ ਜਾਨ ਖਤਰੇ ਵਿੱਚ ਹੈ। ਉਹਨੇ ਪੁੱਛਿਆ ਗੱਲ ਕੀ ਹੈ? ਕਹਿੰਦੀ ਉਹਨੂੰ ਸਾਹ ਨਹੀਂ ਆ ਰਿਹਾ। ਡਾਕਟਰ ਨੂੰ ਕਿਹਾ ਕਿ ਦੀਵਾ ਸਲਾਈ ਦੇ ਤੀਲੇ ਲਓ, ਥੋੜ੍ਹਾ ਜਿਹਾ ਰੂੰ ਲਓ, ਰੂੰ ਜਿਹੜਾ ਹੈ ਉਸ ਦੀਵਾ ਸਲਾਈ ਦੇ ਤੀਲੇ ਦੇ ਅੱਗੇ ਲਓ, ਉਸ ਬੱਚੇ ਦੇ ਨੱਕ ਦੇ ਵਿੱਚ ਜਿਹੜਾ ਹੈ ਖੂਨ ਇਰੀਟੇਟ ਕਰੋ, ਇਰੀਟੇਟ ਕਰੇਗਾ ਹੋਏਗਾ ਜਦੋਂ ਉਹ ਨਿਛ ਮਾਰੇਗਾ, ਨਿਛ ਮਾਰੇਗਾ ਠੀਕ ਹੋ ਜਾਏਗਾ। ਮਾਂ ਨੇ ਐਵੇਂ ਕੀਤਾ। ਇਸ ਸਿਆਣਪ ਸਿਆਣਾ ਬੰਦਾ ਉਸਨੂੰ ਕਹਿੰਦੇ ਹਨ ਜਿਹੜਾ ਤੁਹਾਡੀ ਸਮੱਸਿਆ ਨੂੰ ਮੁਫ਼ਤ ਹੱਲ ਕਰ ਦੇਵੇ, ਕੋਈ ਖਰਚਾ ਨਾ ਹੋਵੇ। ਇਮੋਸ਼ਨਲ ਇੰਟੈਲੀਜੈਂਸ ਜਿਹੜੀ ਹੈਗੀ ਹੈ ਇਹ ਨਵਾਂ ਕਨਸੈਪਟ ਹੈ, ਸਾਈਕੋਲੋਜੀ ਦਾ ਕਨਸੈਪਟ ਹੈ ਬੇਸਿਕਲੀ, ਜਿਸ ਦੇ ਵਿੱਚ ਕਿਸੇ ਬੰਦੇ ਨਾਲ ਤੁਹਾਨੂੰ ਕੰਮ ਕਰਨਾ ਚੰਗਾ ਲੱਗਦਾ ਹੋਵੇ, ਕਿਸੇ ਤੋਂ ਸਿੱਖਣਾ ਚੰਗਾ ਲੱਗਦਾ ਹੋਵੇ। ਸੋ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਝ ਬੰਦੇ ਆਉਂਦੇ ਹਨ ਜਿਹੜੇ ਸਾਡੇ ਉੱਤੇ ਪ੍ਰਭਾਵ ਛੱਡ ਜਾਂਦੇ। ਉਹ ਦਾਦਾ ਵੀ ਹੋ ਸਕਦਾ, ਨਾਨਾ ਵੀ ਹੋ ਸਕਦਾ, ਕੋਈ ਵੀ ਹੋ ਸਕਦਾ। ਉਹਨਾਂ ਕੋਲ ਇਮੋਸ਼ਨਲ ਇੰਟੈਲੀਜੈਂਸ ਹੁੰਦੀ। ਤੁਸੀਂ ਕਦੇ ਧਿਆਨ ਦਿੱਤਾ ਦਾਦੇ ਦਾਦੀ ਤੋਂ ਮਿਲੇ ਹੋਏ ਪੈਸੇ, ਮਾਤਾ ਪਿਤਾ ਤੋਂ ਮਿਲੇ ਹੋਏ ਪੈਸੇ ਉਹਨਾਂ ਨੂੰ ਵੱਖਰੀ ਕਿਸਮ ਦੇ ਹੁੰਦੇ, ਵੱਖਰੀ ਕਿਸਮ ਦੇ ਹੁੰਦੇ ਆ। ਸੋਚਣਾ ਬਹੁਤ ਮੁਸ਼ਕਲ ਹੈ। ਦੁਨੀਆਂ ਦੇ ਵਿੱਚ ਕੇਵਲ 5% ਲੋਕ ਜਿਹੜੇ ਹਨ ਮੈਕਸੀਮਮ ਸੋਚ ਸਕਦੇ ਹਨ, ਜਾਂ ਜਿਹਨਾਂ ਨੂੰ ਸੋਚਣ ਦੀ ਆਦਤ ਹੈ। ਵਿਆਹ ਦੇ ਵੇਲੇ ਜਿਹੜੀਆਂ ਰਸਮਾਂ ਰੀਤਾਂ ਸਥਾਪਿਤ ਹੋਈਆਂ ਹੋਈਆਂ ਉਹਨਾਂ ਨੂੰ ਪੂਰਾ ਕਰਕੇ ਅਸੀਂ ਬੜੇ ਆਨੰਦ ਰਹਿੰਦੇ ਹਾਂ। ਉਹਨਾਂ ਨੂੰ ਪੂਰਾ ਕਰਨ ਨਾਲ ਹੀ ਅਸੀਂ ਆਪਣੇ ਆਪ ਨੂੰ ਅਗਾਂਹ ਵਧੂ ਸਮਝਦੇ ਹਾਂ ਵੀ ਮੈਂ ਪੂਰਾ ਕਰ ਦਿੱਤਾ। ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪਿਛਲੇ  200 ਸਾਲਾਂ ਵਿੱਚ ਅਸੀਂ ਕੋਈ ਨਵੀਂ ਡਿਸ਼ ਤਿਆਰ ਕੀਤੀ ਹੈ? ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਇਹ ਗਰੀਬ ਬੰਦਿਆਂ ਦੀ ਬੇਸਿਕ ਕਾਰਬੋਹਾਈਡਰੇਟਸ ਦੀ ਖੁਰਾਕ ਹੈ। ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਤੱਤ ਨਹੀਂ ਹੈ। 5 ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਅਸੀਂ ਖਾਂਦੇ ਹਾਂ। ਕਾਰਬੋਹਾਈਡਰੇਟਸ ਜਿਹੜੇ ਹਨ ਚਾਵਲ, ਕਣਕ ਵਗੈਰਾ ਵਗੈਰਾ ਜਿਹੜੀਆਂ ਹਨ, ਇਹਨਾਂ ਇਹ ਸਾਡੇ ਸਰੀਰ ਦਾ ਬਾਲਣ ਹਨ। ਚਰਬੀ ਜਿਹੜੀ ਹੈ ਉਹ ਸਾਡੇ ਸਰੀਰ ਨੂੰ ਲਚਕਦਾਰ ਬਣਾਉਂਦੀ ਹੈਗੀ ਹੈ, ਸਾਡੇ ਗੋਡੇ ਜਿਹੜੇ ਚੱਲਦੇ ਹਨ ਵਗੈਰਾ ਵਗੈਰਾ। ਅਸੀਂ ਪ੍ਰੋਟੀਨ ਜਿਹੜੀ ਹੈ
ਪ੍ਰੋਟੀਨ ਚਾਹੀਦੀ ਹੈ ਸੋਚਣ ਵਾਸਤੇ। ਪ੍ਰੋਟੀਨ ਦੀ ਘਾਟ ਹੈ। ਨਰਾਜ ਚੌਧਰੀ ਹੋਇਆ ਇੱਕ, ਜਿਹੜਾ ਅੰਗਰੇਜ਼ਾਂ ਨਾਲ ਇਸ ਗੱਲ ਕਰਕੇ ਨਾਰਾਜ਼ ਸੀ ਕਿ ਤੁਸੀਂ ਹਿੰਦੁਸਤਾਨ ਛੱਡ ਕੇ ਗਏ ਹੋ, ਅਤੇ ਉਹ ਹਿੰਦੁਸਤਾਨ ਛੱਡ ਕੇ ਇੰਗਲੈਂਡ ਰਹਿਣ ਲੱਗ ਪਿਆ ਸੀ। ਅਤੇ ਉਹ ਲਿਖਦਾ ਹੈ, ਕਹਿੰਦਾ ਜਦੋਂ ਮੈਂ ਹਿੰਦੁਸਤਾਨ ਆਉਣਾ, ਮੈਂ ਆਉਂਦੇ ਹੀ ਬਿਮਾਰ ਹੋ ਜਾਂਦਾ, ਹਿੰਦੁਸਤਾਨੀ ਸਾਰੇ ਮੈਨੂੰ ਬਿਮਾਰ ਲੱਗਦੇ ਹਨ। ਇਹ ਗੱਲ ਮੈਂ ਕਹਿੰਦਾ, ਜਦੋਂ ਤੁਸੀਂ ਵਿਦੇਸ਼ ਤੋਂ ਹਿੰਦੁਸਤਾਨ ਵਾਪਸ ਆਓਗੇ ਨਾ ਜਦੋਂ, ਤਾਂ ਏਅਰਪੋਰਟ 'ਤੇ ਜਦੋਂ ਤੁਸੀਂ ਹਿੰਦੁਸਤਾਨੀਆਂ ਨੂੰ ਵੇਖੋਗੇ, ਤਾਂ ਤੁਹਾਨੂੰ ਲੱਗੇਗਾ ਪਤਾ ਨਹੀਂ ਕੀ ਹੋ ਗਿਆ, ਸਾਰੇ ਮਰਨ ਵਾਲੇ ਆ। ਅਮਰੀਕਾ ਦੇ ਵਿੱਚ ਤੁਸੀਂ ਕਿਸੇ ਬੰਦੇ ਨੂੰ ਵੇਖੋ, ਤੁਸੀਂ ਦੱਸ ਨਹੀਂ ਸਕਦੇ ਕਿ ਕੀ ਕੰਮ ਕਰਦਾ ਹੋਣਾ। ਉੱਥੇ ਹਰ ਇੱਕ ਬੰਦਾ ਤਗੜਾ ਹੈ, ਬਲਵਾਨ ਹੈ। ਸਾਡੇ ਇੱਥੇ ਸ਼ਕਲ ਵੇਖ ਕੇ ਅਸੀਂ ਦੱਸ ਸਕਦੇ ਹਾਂ ਇਹ ਚੌਕੀਦਾਰ ਹੈ, ਇਹ ਰਸੋਈ ਹੈ, ਇਹ ਮਜ਼ਦੂਰ ਹੈ, ਇਹ ਸਫਾਈ ਸੇਵਕ ਹੈ, ਇਹ ਕੀ ਹੈ। ਜਿੰਨਾ ਚਿਰ ਅਸੀਂ ਸ਼ਾਕਾਹਾਰੀ ਰਹਾਂਗੇ, ਦੁਨੀਆਂ ਦੇ ਨਾਲ ਨਹੀਂ ਚੱਲ ਸਕਾਂਗੇ। ਦੋ ਕਿਸਮ ਦੇ ਲੋਕ ਹੁੰਦੇ ਹਨ, ਦੋ ਕਿਸਮ ਦੀ ਇੰਟੈਲੀਜੈਂਸ ਹੁੰਦੀ ਹੈ, ਦੋ ਕਿਸਮ ਦੀ। ਇੱਕ ਹੁੰਦੀ ਹੈ ਹਦਾਇਤਾਂ ਨੂੰ ਫੋਲੋ ਕਰਨਾ, ਨਰਸਾਂ ਨਹੀਂ ਸੋਚਦੀਆਂ, ਡਾਕਟਰਾਂ ਨੂੰ ਸੋਚਣਾ ਪੈਂਦਾ ਹੈ, ਡਾਕਟਰ ਨੂੰ ਫੈਸਲਾ ਕਰਨਾ ਪੈਂਦਾ ਕਿਹੜੀ ਦਵਾਈ ਦੇਣੀ। ਡਾਕਟਰ ਦਵਾਈ ਲਿਖਦਾ ਅਤੇ ਨਰਸ ਜਿਹੜੀ ਹੈ ਉਸ ਨੂੰ ਉਹ ਦਵਾਈ ਦੇ ਦਿੰਦੀ ਹੈ। ਹਸਬੈਂਡ ਫੈਸਲਾ ਕਰਦਾ ਅਤੇ ਵਾਈਫ ਜਿਹੜੀ ਹੈ ਉਹ ਉਸ ਨੂੰ ਇੰਪਲੀਮੈਂਟ ਕਰਦੀ ਹੈ। ਹਦਾਇਤਾਂ ਨੂੰ ਫੋਲੋ ਕਰਨਾ। ਦੂਜਾ ਹੁੰਦਾ ਨਵੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਉਜਰਤ ਉਹਨਾਂ ਨੂੰ ਮਿਲਦੀ ਹੈ ਜਿਹੜੇ ਨਵੀਆਂ ਸਮੱਸਿਆਵਾਂ ਹੱਲ ਕਰਦੇ ਹਨ। ਥਿੰਕਿੰਗ ਕੀ ਹੁੰਦੀ ਹੈ, ਇੰਟੈਲੀਜੈਂਸ ਕੀ ਹੁੰਦੀ ਹੈ? ਇੰਟੈਲੀਜੈਂਸ ਉਸ ਬੰਦੇ ਕੋਲ ਸੀ ਜਿਸ ਨੇ ਸੋਚਿਆ ਕਿ ਜਿਹੜੇ ਟਾਇਰ ਹਨ ਇਹਨਾਂ ਦੇ ਵਿੱਚ ਹਵਾ ਭਰੀ ਜਾਵੇ। ਦੁਨੀਆਂ ਦੇ ਵਿੱਚ ਕਿਤਨਾ ਸਮਾਨ, ਕਿਤਨਾ ਜਿਹੜਾ ਹੈ ਉਹ ਹਵਾ 'ਤੇ ਉੱਡ ਰਿਹਾ, ਹਵਾ 'ਤੇ ਚੱਲ ਰਿਹਾ। ਹਵਾ ਮੁਫਤ ਹੈ, ਹਵਾ ਮੁਫਤ ਹੈ। ਮਤਲਬ ਕਿ ਸਮੱਸਿਆਵਾਂ ਦੇ ਹੱਲ ਕੱਢਣੇ, ਨਵੇਂ ਢੰਗ ਦੇ ਨਾਲ ਸਮੱਸਿਆਵਾਂ ਦੇ ਹੱਲ ਕੱਢਣੇ, ਨਵੇਂ ਹੱਲ ਕੱਢਣੇ। ਕੰਪਿਊਟਰ ਵੀ ਸੀ, ਟੈਲੀਫੋਨ ਸਿਸਟਮ ਵੀ ਸੀ। ਕਿਸੇ ਸਿਆਣੇ ਬੰਦੇ ਨੇ ਸੋਚਿਆ ਕਿ ਕੰਪਿਊਟਰ ਨੂੰ ਟੈਲੀਫੋਨ ਦੇ ਨਾਲ ਜੋੜ ਦਿਓ, ਇੰਟਰਨੈੱਟ ਪੈਦਾ ਹੋ ਗਿਆ। ਅਰੇ ਇੰਟਰਨੈੱਟ ਤਾਂ ਕਮਾਲ ਹੈ, ਵਟਸਐਪ ਹੈ, ਫੇਸਬੁੱਕ ਹੈ ਵਗੈਰਾ ਵਗੈਰਾ। ਇਹ ਵੀਹ ਬਿਲੀਅਨ ਡਾਲਰ ਦੀ ਵਿਕਦੀ ਹੈ, ਜਦੋਂ ਕੰਪਨੀ ਵਿਕਦੀ ਹੈ। ਸੋਚਣਾ, ਹਿੰਦੁਸਤਾਨ ਦੇ ਵਿੱਚ ਹਰੇਕ ਬੰਦੇ ਕੋਲ ਮੋਬਾਈਲ ਫੋਨ ਹੈ, ਪਰ ਅੱਜ ਤੱਕ ਅਸੀਂ ਹਿੰਦੁਸਤਾਨ ਦੇ ਵਿੱਚ ਮੋਬਾਈਲ ਫੋਨ ਬਣਾਉਣੇ ਸ਼ੁਰੂ ਨਹੀਂ ਕੀਤੇ, ਮੋਬਾਈਲ ਫੋਨ ਬਣਾਉਣੇ ਸ਼ੁਰੂ ਨਹੀਂ ਕੀਤੇ। ਮਤਲਬ ਕੋਰੀਆ, ਤਾਇਵਾਨ, ਛੋਟੇ ਛੋਟੇ ਮੁਲਕ ਜਿਹੜੇ ਹਨ ਉਹ ਮੋਬਾਈਲ ਬਣਾ ਰਹੇ ਹਨ।
ਪਰੰਤੂ ਕਿਉਂਕਿ ਸਾਡੇ ਕੋਲ ਸੋਚਣ ਦੀ ਆਦਤ ਨਹੀਂ ਹੈ। ਕਾਰਨ ਕੀ ਹੈ? ਹਿੰਦੁਸਤਾਨ ਵਿੱਚ ਸਾਇੰਸ ਕਿਉਂ ਨਹੀਂ ਪੈਦਾ ਹੋਈ? ਗਿਆਨ ਬ੍ਰਾਹਮਣ ਦੇ ਕੋਲ ਸੀ, ਬ੍ਰਾਹਮਣ ਦੇ ਕੋਲ ਪੁਰਾਣਾ ਗਿਆਨ ਹੈ। ਸਾਡੇ ਕੋਲ, ਪੰਜਾਬ ਦੇ ਕੋਲ ਜਿਹੜਾ ਗਿਆਨ ਹੈ ਉਹ 400 ਸਾਲ ਪੁਰਾਣਾ ਹੈ। ਉਹਦੇ ਨਾਲ ਵਰਤਮਾਨ ਦੀਆਂ ਸਮੱਸਿਆਵਾਂ ਹੱਲ ਨਹੀਂ ਕੀਤੀਆਂ ਜਾ ਸਕਦੀਆਂ। ਕਾਰ ਹੈ, ਖੜੀ ਹੈ, ਭਾਵੇਂ 100 ਅਖੰਡ ਪਾਠ ਰੱਖ ਲਓ, ਚਲੇ ਗਏ ਉਦੋਂ ਜਦੋਂ ਪੈਟਰੋਲ ਪਾਉਂਗੇ। ਗਿਆਨ ਬ੍ਰਾਹਮਣ ਕੋਲ ਹੈ, ਬ੍ਰਾਹਮਣ ਨੂੰ ਹੱਥ ਵਰਤਣ ਦੀ ਆਦਤ ਨਹੀਂ ਹੈ। ਹੱਥ ਵਰਤਣ ਦੀ ਜ਼ਿੰਮੇਵਾਰੀ, ਸਰੀਰ ਵਰਤਣ ਦੀ ਜ਼ਿੰਮੇਵਾਰੀ ਸ਼ੂਦਰ ਦੀ ਹੈ। ਸ਼ੂਦਰ ਕੋਲ ਗਿਆਨ ਨਹੀਂ ਹੈ, ਮਤਲਬ ਗਿਆਨ ਹੈ, ਪ੍ਰਯੋਗ ਨਹੀਂ ਹੈ, ਪ੍ਰਯੋਗ ਕਰਨ ਦੀ ਸ਼ਕਤੀ ਨਹੀਂ ਹੈ, ਪ੍ਰਯੋਗ ਕਰਨ ਦੀ ਅਕਲ ਨਹੀਂ ਹੈ, ਪ੍ਰਯੋਗ ਕਰਨ ਦੀ ਸਮਝ ਨਹੀਂ ਹੈ, ਪ੍ਰਯੋਗ ਕਰਨ ਦੀ। ਅਸੀਂ ਹਿੰਦੁਸਤਾਨ ਦੇ ਵਿੱਚ ਸਫਾਈ ਦਾ ਕੰਮ ਉਹਨਾਂ ਨੂੰ ਸਾਂਭਿਆ ਹੋਇਆ ਜਿਹਨਾਂ ਕੋਲ ਸਫਾਈ ਦਾ ਸੰਕਲਪ ਹੀ ਨਹੀਂ ਹੈ, ਜਿਹਨਾਂ ਕੋਲ ਸਫਾਈ ਦਾ ਸੰਕਲਪ ਹੀ ਨਹੀਂ ਹੈ। ਸੋ ਜਦੋਂ ਤੱਕ, ਇਸੇ ਕਰਕੇ ਸਾਡੇ ਦੇਸ਼ ਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਆ ਉਹ ਸਰਕਾਰੀ ਨੌਕਰੀਆਂ ਦੇ ਸੰਬੰਧ ਵਿੱਚ ਹੈ, ਉਂਝ ਕੋਈ ਅਨਇੰਪਲੋਇਮੈਂਟ ਨਹੀਂ ਹੈ। ਪਰੰਤੂ ਜਿਹੜਾ ਸਾਡੇ ਦੇਸ਼ ਵਿੱਚ MA ਕਰ ਜਾਂਦਾ ਉਹ ਸਰਕਾਰੀ ਨੌਕਰੀ ਚਾਹੁੰਦਾ, ਆਪਣਾ ਕੰਮ ਨਹੀਂ ਕਰਨਾ ਚਾਹੁੰਦਾ, ਆਪਣਾ ਕੰਮ ਨਹੀਂ ਕਰਨਾ। ਇਹ ਗੱਲ ਕਿੱਥੋਂ ਆਈ? ਧਾਰਮਿਕ ਸਥਾਨ ਦੇ ਵਿੱਚ ਅਸੀਂ ਸਾਰੇ ਮੂੰਹ ਲਟਕਾ ਕੇ ਬੈਠ ਜਾਂਦੇ ਹਾਂ ਉੱਥੇ, ਮਤਲਬ ਕਿਉਂਕਿ ਧਾਰਮਿਕ ਸਥਾਨ ਦੇ ਵਿੱਚ ਹੱਸਣ ਦੀ ਆਗਿਆ ਨਹੀਂ ਹੈ। ਹੱਸਣ ਵਾਲਾ ਧਰਮ ਤਾਂ ਰਜਨੀਸ਼ ਨੇ ਚਲਾਇਆ ਸੀ, ਉਹਦੀ ਲਾਸ਼ ਪਈ ਸੀ, ਲੋਕ ਨੱਚ ਰਹੇ ਸੀ, ਨੱਚ ਰਹੇ ਸੀ। ਸੋ ਇਹਨਾਂ ਦੋ ਚੀਜ਼ਾਂ ਦਾ, ਥਿੰਕਿੰਗ ਐਂਡ ਡੂਇੰਗ, ਜਿਹਨਾਂ ਕੋਲ ਗਿਆਨ ਹੈ ਉਹਨਾਂ ਨੂੰ ਹੱਥੀਂ ਕੰਮ ਕਰਨ ਦੀ ਆਦਤ ਨਹੀਂ ਹੈ। ਅਤੇ ਉਹ ਗਿਆਨ ਵੀ ਕੀ ਹੈ? 2000-2500 ਸਾਲ ਪੁਰਾਣਾ, ਉਸ ਨਾਲ 21ਵੀਂ ਸਦੀ ਦੀਆਂ ਸਮੱਸਿਆਵਾਂ 18ਵੀਂ ਸਦੀ ਦੇ ਫਾਰਮੂਲਿਆਂ ਨਾਲ ਹੱਲ ਨਹੀਂ ਕੀਤੀਆਂ ਜਾ ਸਕਦੀਆਂ। ਹਰ ਇੱਕ ਸਮਾਜ ਦਾ, ਅਨੁਭਵ ਦਾ ਇੱਕ ਕੇਂਦਰੀ ਸਥਾਨ ਜਾਂ ਸਿੰਬਲ ਹੁੰਦਾ ਹੁੰਦਾ। ਸਾਡੇ ਦੇਸ਼ ਦੇ ਵਿੱਚ ਅਨੁਭਵ ਦਾ ਜਿਹੜਾ ਕੇਂਦਰੀ ਸਥਾਨ ਹੈ ਨਾ, ਉਹ ਧਾਰਮਿਕ ਸਥਾਨ ਹੈ। ਮੈਂ ਤਾਂ ਕਹਿੰਦਾ ਅਸੀਂ ਬੰਦਿਆਂ ਵਾਂਗ ਵਿਹਾਰ ਕੇਵਲ ਧਾਰਮਿਕ ਸਥਾਨ 'ਤੇ ਕਰਦੇ ਹਾਂ। ਗੁਰਦੁਆਰੇ ਦੇ ਵਿੱਚ ਤੁਸੀਂ ਕਿਸੇ ਨੂੰ ਵਿਸ਼ ਕਰੋ, ਉਹ ਜਵਾਬ ਦੇਵੇਗਾ, ਚੰਗੀ ਤਰ੍ਹਾਂ ਪੇਸ਼ ਆਵੇਗਾ। ਤੁਸੀਂ ਉਹਦੇ ਨਾਲ ਬੈਠਣਾ ਚਾਹੁੰਦੇ ਹੋ, ਉਹ ਤੁਹਾਨੂੰ ਨਾਲ ਬਿਠਾ ਲਵੇਗਾ। ਅਸੀਂ ਮਨੁੱਖ ਵਾਲਾ ਵਿਹਾਰ ਕੇਵਲ ਧਾਰਮਿਕ ਸਥਾਨ 'ਤੇ ਕਰਦੇ ਹਾਂ, ਅਤੇ ਧਾਰਮਿਕ ਸਥਾਨ ਦੇ ਵਿੱਚ ਜਿਹੜਾ ਵਿਹਾਰ ਹੈ ਉਹ
ਇੱਕ ਬੋਲ ਰਿਹਾ, ਬਾਕੀ ਸਾਰੇ ਸੁਣ ਰਹੇ ਹਨ। ਇਮਤਿਹਾਨਾਂ ਦੇ ਵਿੱਚ ਵੀ ਜੇਕਰ ਵਿਦਿਆਰਥੀਆਂ ਦਾ ਉਹਨਾਂ ਦੇ ਸਾਹਮਣੇ ਹੀ ਮੁਲਾਂਕਣ ਕਰ ਦਿੱਤਾ ਜਾਵੇ ਉਹਨਾਂ ਦੀ ਆਨਸਰ ਬੁੱਕ ਦਾ, ਅਤੇ ਆਉਣਗੇ ਜੀ, ਅਸੀਂ ਮੁਲਾਂਕਣ ਤੋਂ ਡਰਦੇ ਹਾਂ। ਮਤਲਬ ਕੋਈ ਮੁਲਾਂਕਣ ਨਹੀਂ ਹੈ ਕਿ ਇਹਨੇ ਗੱਲ ਸੁਣ। ਪਹਿਲੀ ਗੱਲ ਤਾਂ ਇੱਕ ਉੱਥੇ ਨਵਾਂ ਹੁੰਦਾ ਹੀ ਕੁਛ ਨਹੀਂ। ਧਰਮ ਦੇ ਵਿੱਚ ਨਵੇਂ ਦੀ ਮਨਾਹੀ ਹੈ, ਇਸ ਨੂੰ ਮਰਿਆਦਾ ਕਹਿ ਦਿੱਤਾ ਜਾਵੇ। ਮਰਿਆਦਾ ਪਾਲੋ, ਮਰਿਆਦਾ ਪਾਲੋ। ਇੱਕ ਬੰਦਾ ਸੀ, ਉਹਨੂੰ ਸ਼ਰਾਬ ਪੀਣ ਦੀ ਆਦਤ ਸੀ। ਮੈਂ ਉਹਨੂੰ ਪ੍ਰੇਰ ਕੇ ਅੰਮ੍ਰਿਤ ਛਕਵਾ ਦਿੱਤਾ। ਮੈਂ ਕਿਹਾ ਥੋੜ੍ਹਾ ਜਿਹਾ ਤੇਰੇ 'ਤੇ ਕੰਟਰੋਲ ਰਹੇਗਾ, ਅਤੇ ਅੰਮ੍ਰਿਤ ਛਕਵਾ ਦਿੱਤਾ ਤਾਂ ਉਹ ਬਾਣੀ ਪੜ੍ਹਨੀ ਹੁੰਦੀ। ਕਹਿੰਦਾ ਮੈਂ ਬਾਣੀ ਪੜ੍ਹਦਾ ਮੈਨੂੰ ਨੀਂਦਰ ਆ ਜਾਂਦੀ ਹੈ। ਮੈਂ ਕਿਹਾ ਕਿਉਂਕਿ ਤੇਰੀ ਦਿਲਚਸਪੀ ਨਹੀਂ ਹੈ। ਦਿਲਚਸਪੀ ਨਹੀਂ ਹੈ, ਰੈਪੀਟੇਸ਼ਨ ਦੇ ਨਾਲ ਨੀਂਦਰ ਆਏਗੀ, ਰੈਪੀਟੇਸ਼ਨ ਦੇ ਨਾਲ ਦਿਮਾਗ ਸੌਂ ਜਾਏਗਾ। ਅਸੀਂ ਕੋਈ ਨਵੀਂ ਗੱਲ ਕਰਨ ਵਾਲੀ, ਇੱਕ ਆਦਮੀ ਸੀ, ਉਸਦਾ ਪੁੱਤਰ ਪੇਂਟਰ ਬਣਨਾ ਚਾਹੁੰਦਾ ਸੀ, ਪਰੰਤੂ ਉਹ ਆਦਮੀ ਉਸਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ। ਕਿਸੇ ਮਾਹਿਰ ਕੋਲ ਗਏ, ਉਸ ਮਾਹਿਰ ਨੇ ਕਿਹਾ ਜੋ ਇਹ ਬਣਨਾ ਚਾਹੁੰਦਾ ਉਹ ਬਣਨ ਦਿਓ। 40 ਸਾਲ ਦੀ ਉਮਰ ਦੇ ਵਿੱਚ ਮੁਲਾਂਕਣ ਕਰਨਾ ਤੁਸੀਂ, 40 ਸਾਲ ਦੀ ਉਮਰ ਵਿੱਚ ਵੇਖਣਾ ਕਿ ਇਸਨੇ ਪੇਂਟਿੰਗ ਵਿੱਚ ਕੀ ਕੀਤਾ, ਅਤੇ ਇਸਦੇ ਜਿਹੜੇ ਹੋਰ ਸਹਿਪਾਠੀ ਵਗੈਰਾ ਹਨ ਉਹਨਾਂ ਦਾ ਵੇਖਣਾ ਕਿ ਉਹ ਡਾਕਟਰ ਬਣੇ ਹਨ, ਉਹਨਾਂ ਨੇ ਕੀ ਕੀਤਾ। ਲੀ ਤੋਂ ਹਟ ਕੇ ਕੁਝ ਕਰਨਾ ਸੋਚਣ ਦਾ ਪਹਿਲਾ ਕਦਮ ਹੈ, ਸੋਚਣ ਦਾ ਪਹਿਲਾ ਕਦਮ ਹੈ। ਜਿਤਨਾ ਚਿਰ ਔਰਤ ਦਾ ਉਦੇਸ਼ ਵਿਆਹ ਕਰਾਉਣਾ ਰਹੇਗਾ ਉਹ ਆਜ਼ਾਦ ਨਹੀਂ ਹੋ ਸਕਦੀ। ਵਿਆਹ ਕਰਾਉਣਾ ਉਹਦਾ ਉਦੇਸ਼ ਨਹੀਂ ਹੋਣਾ ਚਾਹੀਦਾ, ਹੋ ਜਾਵੇ ਵੱਖਰੀ ਗੱਲ ਹੈ, ਪਰੰਤੂ ਉਦੇਸ਼ ਨਹੀਂ ਹੋਣਾ ਚਾਹੀਦਾ। ਉਹ ਆਪਣੇ ਫੈਸਲੇ ਆਪ ਕਰੇ। ਕਦੇ ਤੁਸੀਂ ਧਿਆਨ ਦਿੱਤਾ, ਜਦੋਂ ਕੋਈ ਲੇਡੀ ਵਿਧਵਾ ਹੋ ਜਾਂਦੀ ਹੈ ਉਹਦੇ 8 ਸਾਲ ਜਿਹੜੇ ਹਨ ਬੜੇ ਮੁਸ਼ਕਲ ਗੁਜ਼ਰਦੇ ਹਨ, 8 ਸਾਲ, ਪਰੰਤੂ ਉਹ 8 ਸਾਲ ਉਸਨੂੰ ਇਤਨਾ ਕੁਝ ਸਿਖਾ ਜਾਂਦੇ ਹਨ ਕਿ ਉਸ ਤੋਂ ਬਾਅਦ ਉਹ ਜ਼ਿੰਦਗੀ ਦੀ ਹਰ ਸਮੱਸਿਆ ਆਪ ਹੱਲ ਕਰ ਸਕਦੀ, ਕਿਉਂਕਿ ਉਹ ਸੋਚਣ ਲੱਗ ਪੈਂਦੀ, ਉਹਦੀ ਥਿੰਕਿੰਗ ਹੋ ਜਾਂਦੀ। ਤਾਂ ਬਹੁਤ ਸਾਰੇ ਪਿਤਾ ਜਿਹੜੇ ਹਨ ਆਪਣੇ ਬੱਚਿਆਂ ਦੇ ਦੋਸਤ ਬਣਨਾ ਚਾਹੁੰਦੇ ਹਨ, ਇਹ ਬਿਲਕੁਲ ਉਹਨਾਂ ਨਾਲ ਅਨਿਆਏ ਹੈ। ਬੱਚੇ ਸਿੱਖਦੇ ਹਨ ਆਪਣੇ ਹਾਮ ਉਮਰਾਂ ਤੋਂ। ਜੇ ਪਿਤਾ ਜਿਹੜਾ ਹੈ ਉਹਨਾਂ ਦਾ ਦੋਸਤ ਬਣਨ ਦਾ ਯਤਨ ਕਰੇਗਾ ਤਾਂ ਉਹ ਪਿਤਾ ਉਹਨਾਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਦਾ ਯਤਨ ਕਰੇਗਾ, ਅਤੇ ਉਹਨਾਂ ਨੂੰ ਸੋਚਣ ਦੀ ਆਦਤ ਹੀ ਨਹੀਂ ਪਏਗੀ। ਇਹੋ ਜਿਹੇ ਬੱਚੇ ਜਿਹੜੇ ਹੁੰਦੇ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਹੈ, ਮੰਮੀ ਸ਼ੀਲਾ ਇਹ ਕਹਿੰਦੀ ਹੈ ਹੁਣ ਮੈਂ ਕੀ ਕਹਾਂ, ਇਹੋ ਜਿਹੇ ਬੱਚੇ ਪੈਦਾ ਹੋ ਲਾਡਲੇ ਜਿਹੜੇ ਫੈਸਲਾ ਨਹੀਂ ਕਰ ਸਕਦੇ। ਤੁਸੀਂ ਦੱਸੋ ਵੀ ਕਿਹੜਾ ਬੱਚਾ ਜ਼ਿਆਦਾ ਇੰਟੈਲੀਜੈਂਟ ਹੋਏਗਾ, ਸਾਈਕਲ 'ਤੇ ਜਾਣ ਵਾਲਾ, ਆਟੋ ਵਿੱਚ ਜਾਣ ਵਾਲਾ, ਬੱਸ ਵਿੱਚ ਜਾਣ ਵਾਲਾ, ਜਾਂ ਜਿਸ ਨੂੰ ਉਹਦਾ ਪਿਓ ਕਾਰ ਵਿੱਚ ਛੱਡਣ ਜਾਵੇ। ਇੰਟੈਲੀਜੈਂਟ ਤਾਂ ਹੋਏਗਾ ਜਿਹੜਾ ਸਾਈਕਲ 'ਤੇ ਜਾਏਗਾ। ਉਹ ਬੜੀ ਛੋਟੀ ਉਮਰ ਦੇ ਵਿੱਚ ਅੱਖਾਂ, ਕੰਨ, ਹੱਥ, ਪੈਰ, ਲੱਤਾਂ
ਜਿਹੜੀਆਂ ਹਨ ਉਹਨਾਂ ਨੂੰ ਵਰਤਣਾ ਸਿੱਖਦਾ ਹੈ। ਸੋ ਪੰਜਾਬ ਨੂੰ ਥਿੰਕਿੰਗ ਦੀ ਆਦਤ ਨਹੀਂ ਹੈ, ਸਾਰੇ ਹਿੰਦੁਸਤਾਨ ਨੂੰ ਨਹੀਂ ਹੈ। ਵੈਸੇ ਤਾਂ ਸਿੱਖ ਧਰਮ ਫਿਰ ਵੀ ਪ੍ਰੋਗਰੈਸਿਵ ਰਿਲੀਜਨ ਹੈ, ਇਹਦੇ ਵਿੱਚ ਹਿੰਦੂ ਧਰਮ ਨੂੰ ਤਾਂ ਜੋਤਸ਼ੀ ਹੀ ਖਿੱਚੀ ਜਾਂਦੇ ਹਨ, ਇਹ ਮਹੂਰਤ ਕਢਵਾ ਦਿੱਤਾ, ਇਹ ਕਰ ਦਿੱਤਾ, ਇਹ ਉਹ ਕਰ ਦਿੱਤਾ। ਇਸ ਵੱਲੋਂ ਸਿੱਖ ਧਰਮ ਮੈਂ ਆਈ ਪ੍ਰੇਜ਼ ਇਟ, ਕਿਉਂਕਿ ਕੁਝ ਵੀ ਕਰਨਾ ਹੈ ਅਖੰਡ ਪਾਠ ਰੱਖੋ ਕਰੋ, ਸਭ ਸ਼ੁੱਧ ਹੈ। ਕਿਸੇ ਥਾਂ 'ਤੇ ਭੂਤ ਹਨ ਕਹਿੰਦਾ ਮੈਨੂੰ ਦਿਓ ਇਹ ਥਾਂ, ਮੈਂ ਭੂਤ ਦੂਰ ਕਰ ਦੂੰਗਾ ਆਪੇ ਕਰ ਦੂੰਗਾ। ਅਖੰਡ ਪਾਠ ਰੱਖੋ, ਅਰਦਾਸ ਕਰੋ, ਠੀਕ ਹੈ। ਇਸ ਗੱਲੋਂ ਇਹ, ਪਰੰਤੂ ਇਹਦੇ ਵਿੱਚ ਵੀ ਹੁਣ ਉਹ ਬ੍ਰਾਹਮਣਵਾਦ ਜਿਹੜਾ ਹੈ ਨਾ, ਉਹ ਮੇਰੇ ਫਾਦਰ ਦੀ ਡੈਥ ਹੋ ਗਈ, ਮੇਰੀ ਮਦਰ ਦੀ ਡੈਥ ਹੋਈ, ਅਤੇ ਮੇਰੇ ਫਾਦਰ ਨੂੰ ਅਸੀਂ ਪੁੱਛਿਆ ਵੀ ਅਖੰਡ ਪਾਠ ਰਖਵਾਈਏ, ਕਹਿੰਦੇ ਅਸੀਂ ਗੁਰਦੁਆਰੇ ਗਏ, ਮੈਂ ਅਤੇ ਮੇਰਾ ਬੇਟਾ, ਅਤੇ ਗੁਰਦੁਆਰੇ ਦੇ ਭਾਈ ਸਾਹਿਬ ਸਾਨੂੰ ਗੁਰੂ ਗ੍ਰੰਥ ਸਾਹਿਬ ਨਾ ਦੇਣ, ਬੀੜ ਨਾ ਦੇਣ, ਵੀ ਪੰਜ ਬੰਦੇ ਆਓ, ਪੰਜ ਬੰਦੇ ਆਓ। ਅੱਜ ਕਹਿੰਦੇ ਪੰਜ ਬੰਦੇ, ਮੇਰਾ ਬੇਟਾ ਜਿਹੜਾ ਉਹ ਮੇਰੇ ਨਾਲੋਂ ਵੀ ਘੱਟ ਧਰਮ ਨੂੰ ਮੰਨਦਾ, ਕਹਿੰਦਾ ਪਾਪਾ ਪਰ ਰਹਿਣ ਹੀ ਦਿੰਦੇ ਹਾਂ। ਮੈਂ ਕਿਹਾ ਨਹੀਂ, ਫਾਦਰ ਨੇ ਕਿਹਾ ਕਰਵਾਉਣਾ ਹੈਗਾ। ਅਸੀਂ ਚੁੱਪ ਕਰਕੇ ਜਦੋਂ ਚੱਲਣ ਲੱਗੇ ਤਾਂ ਭਾਈ ਨੇ ਆਪਣੀ ਆਮਦਨ ਵੇਖੀ ਵੀ ਉਹ ਨਹੀਂ ਹੋਣੀ, ਭਾਈ ਉਸਦਾ ਪੁੱਤਰ ਇੱਕ ਹੋਰ ਬੰਦਾ ਲਿਆ, ਤਾਂ ਪੰਜ ਬੰਦੇ ਬਿਠਾ ਕੇ ਉਹ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਘਰ ਲਿਆਂਦਾ। ਉਸ ਤੋਂ ਅੱਗੇ ਕੀ ਹੋਇਆ, ਪਾਠੀ ਪਾਠ ਕਰਨ ਆਉਂਦੇ ਹਨ, ਗੁਰਦੁਆਰੇ ਦੇ ਭਾਈ ਸਾਹਿਬ ਨੇ ਕਿਹਾ ਵੀ ਇੱਕ ਪਾਠੀ ਸਾਹਿਬ ਹਨ, ਉਹ ਥੋੜ੍ਹੇ ਜਿਹੇ ਉਹਨਾਂ ਦੀ ਲੱਤ ਵਿੱਚ ਤਕਲੀਫ ਹੈ, ਉਹ ਥੋੜ੍ਹੇ ਘਰ ਹੀ ਰਹਿਣਗੇ। ਘਰ ਦੇ ਵਿੱਚ ਇੱਕ ਬੰਦਾ ਹੋਵੇ ਜਾਂ ਚਾਰ ਬੰਦੇ ਹੋਣ, ਇੱਕੋ ਜਿਹਾ ਹੀ ਕੰਮ ਹੁੰਦਾ ਹੈਗਾ। ਬਲਕਿ ਜਿਨ੍ਹਾਂ ਨੇ ਕੇਵਲ ਇੱਕ ਮੱਝ ਰੱਖੀ ਹੁੰਦੀ ਹੈ ਉਹਨਾਂ ਦਾ ਕੰਮ ਜ਼ਿਆਦਾ ਹੁੰਦਾ, ਅੱਠ ਦਸ ਮੱਝਾਂ ਰੱਖਣ ਵਾਲਿਆਂ ਨਾਲ। ਉਹ ਪਾਠੀ ਸਾਹਿਬ ਜਿਹੜੇ ਸੀ ਪਾਠ ਕਰਦੇ ਆ, ਅਗਲੇ ਨੇ ਆਉਣਾ ਸੀ ਉਹ ਆਇਆ ਨਾ, ਉਹ ਤੋਂ ਅਗਲੇ ਨੇ ਆਉਣਾ ਸੀ ਉਹ ਵੀ ਨਾ ਆਇਆ, ਉਹ ਤੋਂ ਅਗਲੇ ਨੇ ਆਉਣਾ ਸੀ ਉਹ ਵੀ ਨਾ ਆਇਆ। ਅਤੇ ਮੇਰੀ ਵਾਈਫ ਜਿਹੜੀ ਸੀ, ਕਿਉਂਕਿ ਉਹ ਅਖੰਡ ਪਾਠ ਸੀ, ਉਹ ਕਿਸੇ ਤਰ੍ਹਾਂ ਕੀਤਾ। ਮੈਂ ਤਾਂ ਉਸ ਵੇਲੇ ਇਹ ਕੀਤਾ ਵੀ ਅੱਗੇ ਤੋਂ ਜੇ ਅਖੰਡ ਪਾਠ ਰਖਾਉਣਾ ਪਿਆ ਤਾਂ ਗੁਰਦੁਆਰੇ ਹੀ ਰਖਾਵਾਂਗੇ। ਇੱਕ ਸਟੇਜ ਆ ਜਾਂਦੀ ਹੈ ਜਦੋਂ ਉਹ ਚੀਜ਼ ਕੇਵਲ ਰਸਮ ਬਣ ਕੇ ਰਹਿ ਜਾਂਦੀ ਹੈ, ਉਸ ਤੋਂ ਸਿੱਖਣਾ, ਉਸ ਤੋਂ ਕੁਝ ਪ੍ਰਾਪਤ ਕਰਨਾ ਬੰਦ ਹੋ ਜਾਂਦਾ ਹੈ, ਉਹ ਰੁਕਾਵਟ ਬਣ ਜਾਂਦੀ ਹੈ। ਸੋ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਨਿੱਕੀਆਂ ਨਿੱਕੀਆਂ ਚੀਜ਼ਾਂ ਖਰੀਦਣ ਵਾਸਤੇ ਭੇਜੋ, ਲੂਣ ਖਰੀਦਣ ਵਾਸਤੇ ਭੇਜੋ, ਜਿਹੜੀਆਂ ਚੀਜ਼ਾਂ ਬੰਦ ਹੁੰਦੀਆਂ, ਦੀਵਾ ਸਲਾਈ ਖਰੀਦਣ ਵਾਸਤੇ ਭੇਜੋ, ਪੈਸੇ ਦਿਓ, ਉਹਨੂੰ ਦੱਸੋ ਵੀ ਪੁੱਛਣਾ ਕਿੰਨੇ ਪੈਸੇ ਹੈ, ਚੀਜ਼ ਲੈ ਕੇ ਪੈਸੇ ਦੇਣੇ ਹੈ ਵਗੈਰਾ ਵਗੈਰਾ, ਉਹਨੂੰ ਸਮਝਾਓ, ਉਹ ਸਮਝੇਗਾ, ਜਿੰਨਾ ਕੁ ਸਮਝੇਗਾ ਉਸ ਹਿਸਾਬ ਨਾਲ ਉਹ ਉੱਥੇ ਉਹ ਸਿੱਖੇਗਾ। ਕਿਉਂਕਿ ਮੈਨੂੰ ਬਚਪਨ ਤੋਂ ਹੀ ਕੰਮ ਕਰਨਾ ਪਿਆ, ਇਸ ਕਰਕੇ ਇਹ ਸਾਰੀਆਂ ਚੀਜ਼ਾਂ ਅਸੀਂ ਸੁਭਾਵਕ ਹੀ ਸਿੱਖ ਗਏ।
ਆਪਣੇ ਫੈਸਲੇ ਆਪ ਕਰਨ ਦੀ ਆਦਤ ਪੈ ਗਈ। ਨਾਲੇ ਬੱਚੇ ਜੋ ਕੁਛ ਕਰਨਾ ਚਾਹੁੰਦੇ ਆ ਉਹ ਉਹਨਾਂ ਨੂੰ ਕਰਨ ਦਿਓ। ਸਾਡੇ ਇੱਕ ਲੜਕੀ ਜਿਹੜੀ ਸ਼ਿਕਾਇਤ ਕਰ ਰਹੇ ਸੀ ਅੰਗਰੇਜ਼ੀ ਡਿਪਾਰਟਮੈਂਟ ਦੀ, ਕਹਿੰਦੀ ਇੱਥੇ ਤਾਂ ਪ੍ਰੋਫੈਸਰ ਕਲਾਸਾਂ ਹੀ ਲਾਈ ਜਾਂਦੇ ਆ। ਮਤਲਬ ਮੈਨੂੰ ਉਹਦੀ ਗੱਲ ਦੇ ਵਿੱਚੋਂ ਇਹ ਲੱਗ ਰਿਹਾ ਸੀ ਕਿ ਹੋਰ ਕੋਈ ਜ਼ਿੰਦਗੀ ਦਾ ਤਜਰਬਾ ਹੀ ਨਹੀਂ ਹੁੰਦਾ ਇੱਥੇ। ਇਹ ਗੱਲ ਮੈਂ ਨਿਊਯਾਰਕ ਯੂਨੀਵਰਸਿਟੀ ਵਿੱਚ ਵੇਖੀ, ਉੱਥੇ ਕਲਾਸਾਂ 5 ਵਜੇ ਤੱਕ ਲੱਗਣਗੀਆਂ, 5 ਵਜੇ ਤੱਕ ਹੋਰ ਕੋਈ ਦਖਲ ਨਹੀਂ ਹੋਏਗਾ। 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ, 11 ਵਜੇ ਤੱਕ ਸਟੂਡੈਂਟਸ ਜਿਹੜੇ ਹਨ ਆਪਣੇ ਪ੍ਰੋਗਰਾਮ ਕਰਨਗੇ। ਕੋਈ ਨਾਟਕ ਕੀਤਾ ਜਾ ਰਿਹਾ, ਕੋਈ ਕੁਝ ਕੀਤਾ ਜਾ ਰਿਹਾ। ਜਦੋਂ ਤੁਸੀਂ ਕੋਈ ਨਾਟਕ ਕਰੋਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਤਾਂ ਬੰਦੇ ਇਕੱਠੇ ਕਰਨਾ ਹੀ ਸਮੱਸਿਆ। ਮਤਲਬ ਰਿਹਰਸਲ ਸਾਰੀ ਅੱਧਾ ਘੰਟਾ ਹੁੰਦੀ ਹੈ, ਪਰੰਤੂ ਟਾਈਮ 8 ਘੰਟੇ ਲੱਗ ਗਿਆ। ਕੋਈ ਆ ਹੀ ਨਹੀਂ ਰਿਹਾ, ਉਹ ਆ ਗਿਆ ਉਹ ਚਲਾ ਗਿਆ। ਸੋ ਜ਼ਿੰਦਗੀ ਦੀਆਂ ਸਮੱਸਿਆਵਾਂ ਜਦੋਂ ਹੱਲ ਕਰੋਗੇ ਉਸ ਵੇਲੇ ਪਤਾ ਲੱਗੇਗਾ। ਜਿਵੇਂ ਮੈਂ ਗੱਲ ਕੀਤੀ ਸੀ ਕਿ 2 ਕਿਸਮ ਦੀ ਇੰਟੈਲੀਜੈਂਸ ਹੁੰਦੀ ਹੈ, ਨਵੀਆਂ ਸਮੱਸਿਆਵਾਂ ਸਮਝਾਉਣਾ ਅਤੇ ਹਦਾਇਤਾਂ ਨੂੰ ਫਾਲੋ ਕਰਨਾ। ਇੱਕ ਕੰਪਨੀ ਨੇ ਦੂਜੀ ਕੰਪਨੀ ਦਾ ਨੰਬਰ 2 ਬੰਦਾ ਪੁੱਟ ਕੇ ਆਪਣੀ ਕੰਪਨੀ ਦੇ ਵਿੱਚ ਨੰਬਰ 1 ਬਣਾ ਦਿੱਤਾ, ਵੀ ਉਹ ਕੰਪਨੀ ਵੱਡੀ ਹੈ ਅਤੇ ਇਸ ਨਾਲ ਸਾਡੀ ਕੰਪਨੀ ਤਰੱਕੀ ਕਰੇਗੀ। ਪਰੰਤੂ ਕੰਪਨੀ ਨੇ ਤਰੱਕੀ ਕਰਨੀ ਸ਼ੁਰੂ ਹੀ ਨਾ ਕੀਤੀ। ਉਹਨਾਂ ਨੇ ਐਨਾਲਿਸਿਸ ਕਰਵਾਇਆ, ਬਾਅਦ 'ਚ ਪਤਾ ਲੱਗਿਆ ਵੀ ਇਹ ਬੰਦਾ ਹਦਾਇਤਾਂ ਨੂੰ ਫੋਲੋ ਕਰਨ ਦੇ ਵਿੱਚ ਨੰਬਰ 1 ਹੈ, ਪਰੰਤੂ ਇਹ ਫੈਸਲੇ ਕਰਨ ਦੇ ਵਿੱਚ ਨੰਬਰ 1 ਨਹੀਂ। ਇੱਕ ਸਕੂਲ ਟੀਚਰ ਸੀ, ਹੈਡਮਿਸਟ੍ਰੈਸ ਸੀ, ਉਸਨੇ ਕੋਈ ਪ੍ਰੋਗਰਾਮ ਕਰਵਾਉਣਾ ਸੀ, ਉਹਨੇ ਲਾਊਡ ਸਪੀਕਰ ਲਵਾਇਆ ਦਰੱਖਤ ਦੇ ਵਿੱਚ। ਥੋੜ੍ਹੀ ਦੇਰ ਬਾਅਦ ਕਿਸੇ ਹੋਰ ਨੇ ਕਿਹਾ ਵੀ ਇੱਥੇ ਤਾਂ ਧੁੱਪ ਹੋਏਗੀ ਉਸ ਵੇਲੇ, ਉਸਨੇ ਫਿਰ ਚਪੜਾਸੀ ਨੂੰ ਉੱਪਰ ਚੜਾ ਕੇ ਉਹਦਾ ਮੂੰਹ ਉੱਧਰ ਕਰ ਦਿੱਤਾ। ਫਿਰ ਕਿਸੇ ਨੇ ਕਿਹਾ ਕਿ ਲੋਕ ਤਾਂ ਇੱਧਰ ਬੈਠੇ ਹੋਣਗੇ ਅਤੇ ਲਾਊਡ ਸਪੀਕਰ ਦਿੱਤਾ। ਫਿਰ ਤੀਜੀ ਵਾਰੀ ਚੜਾਇਆ, ਫਿਰ ਉੱਥੇ ਫਿਰ ਅਖੀਰ 'ਤੇ ਫਿਰ ਉਸੇ ਪਾਸੇ ਕਰ ਦਿੱਤਾ ਜਿੱਥੇ ਪਹਿਲਾਂ ਸੀ। ਉਹ ਚਪੜਾਸੀ ਜਿਹੜਾ ਸੀ ਵਾਰ ਵਾਰ ਚੜ ਕੇ ਤੰਗ ਆ ਗਿਆ, ਕਹਿੰਦਾ ਬੀਬੀ ਜੀ ਹੁਣ ਮੈਨੂੰ ਸਮਝ ਆਇਆ ਕਿ ਤੁਹਾਡੇ ਪਤੀ ਨੇ ਤੁਹਾਨੂੰ ਕਿਉਂ ਨਹੀਂ ਰੱਖਿਆ। ਸਾਡੇ ਫੈਸਲੇ ਇਸ ਕਿਸਮ ਦੇ ਹੁੰਦੇ। ਇਸੇ ਕਰਕੇ ਅਸੀਂ ਵਿਆਹਾਂ ਦੇ ਵਿੱਚ ਕਹਿੰਦੇ ਹੈਗੇ ਹਾਂ 70 ਬੰਦੇ ਆਉਣਗੇ, ਪਰੰਤੂ ਲੈ ਜਾਂਦੇ ਹਾਂ 200 ਬੰਦਾ। ਪੰਜਾਬੀ ਵਕਤ ਦੇ ਪਾਬੰਦ ਨਹੀਂ ਹਨ, ਕਿਉਂਕਿ ਸੋਚਦੇ ਨਹੀਂ, ਇਹਨਾਂ ਨੂੰ ਸੋਚਣਾ ਆਉਂਦਾ ਨਹੀਂ। ਮੇਰੇ ਨਾਲ ਕਈ ਵਾਰੀ ਇਵੇਂ ਵਾਪਰਦਾ, ਕਹਿ ਕੇ ਕਹਿਣਗੇ 10 ਵਜੇ ਆਵਾਂਗੇ, ਆਉਂਦੇ ਸ਼ਾਮ ਨੂੰ 7 ਵਜੇ ਹਨ। ਇੱਕ ਬੰਦੇ ਨੇ ਸਿਫਾਰਿਸ਼ ਪਾਈ ਕਿ ਫਲਾਣੇ ਬੰਦੇ ਤੁਹਾਨੂੰ ਮਿਲਣਾ ਚਾਹੁੰਦੇ ਆ, ਉਹਨਾਂ ਨੂੰ ਮਿਲ ਲੈਣਾ, ਮਿਲਣ ਦਾ ਟਾਈਮ ਦੇ ਦੇਣਾ। ਮੈਂ ਕਿਹਾ ਕੋਈ ਨਹੀਂ, ਮੈਂ ਯੂਨੀਵਰਸਿਟੀ ਜਾਵਾਂਗਾ, ਉਹ 11:30 ਵਜੇ ਉੱਥੇ ਆ ਜਾਣ ਲਾਇਬ੍ਰੇਰੀ ਦੇ ਬਾਹਰ, ਮੈਂ ਉਹਨਾਂ ਦਾ 1.5 ਘੰਟਾ ਗੁਜ਼ਾਰਾਂਗਾ। ਮੈਂ ਪਹੁੰਚ ਗਿਆ ਉੱਥੇ, 10-15 ਮਿੰਟ ਉਡੀਕਿਆ, ਕੋਈ ਨਹੀਂ ਸੀ। ਫੋਨ ਕੀਤਾ ਉਹਨਾਂ ਨੂੰ ਜਿਹੜਾ ਨੰਬਰ ਸੀ, ਕਹਿੰਦਾ ਜੇ ਬਸ ਚੱਲਣ ਲੱਗੇ। ਮੈਂ ਕਿਹਾ ਹੈ ਕਿੱਥੇ ਤੁਸੀਂ? ਕਹਿੰਦੇ ਖੰਨੇ, ਖੰਨੇ ਤੋਂ ਚੱਲਣ ਲੱਗੇ ਹਾਂ। ਮਤਲਬ 11:30 ਵਜੇ ਉਹਨਾਂ ਨੇ ਮੈਨੂੰ ਮਿਲਣ ਦਾ ਟਾਈਮ ਦਿੱਤਾ ਹੋਇਆ। ਇਸ ਕਰਕੇ ਮੈਨੂੰ ਹੁਣ ਕੋਈ ਆਉਂਦਾ ਮੈਂ ਉਹਨੂੰ ਟਾਲ ਦਿੰਦਾ। ਮੈਂ ਕਹਿੰਦਾ ਮੇਰੀ ਤਾਂ ਉਸ ਦਿਨ ਪੇਸ਼ੀ ਹੈ, ਡਾਕਟਰ 'ਤੇ ਜਾਣਾ, ਇਹ ਕਰਨਾ, ਕਿਉਂਕਿ ਮੈਨੂੰ ਪਤਾ ਇਹ ਨਹੀਂ ਹੋਣਾ।
ਪੰਜਾਬੀਆਂ ਦੇ ਵਿਹਾਰ ਦੇ ਵਿੱਚ ਲੌਜਿਕ ਨਹੀਂ ਹੈ। ਇਹ ਕਿਸੇ ਨਾਲ ਵਾਅਦਾ ਕਰਕੇ ਨਿਭਾਉਂਦੇ ਨੇ। ਮੈਨੂੰ ਇੰਗਲੈਂਡ ਤੋਂ ਇੱਕ ਟੀਵੀ ਚੈਨਲ ਦਾ ਆਇਆ ਕਿ ਅਸੀਂ ਤੁਹਾਡੇ ਤੋਂ ਐਕਸਪਰਟ ਦੇ ਤੌਰ 'ਤੇ ਸੇਵਾਵਾਂ ਲੈਣੀਆਂ ਚਾਹੁੰਦੇ ਹਾਂ ਹਫ਼ਤੇ ਦੇ ਵਿੱਚ ਇੱਕ ਦਿਨ ਅੱਧੇ ਘੰਟੇ ਦੇ। ਪੰਜਾਬੀਆਂ ਦੇ ਨਾਲ ਕਿਧਰੇ ਵੀ ਜਾਓ ਪਹਿਲਾਂ ਸਾਰੀ ਗੱਲ ਖੋਲ੍ਹ ਲਓ। ਮੈਂ ਕਿਹਾ ਦਿਓਗੇ ਕੀ? ਕਹਿੰਦੇ ਜੀ ਅਸੀਂ ਤੁਹਾਨੂੰ ਸਾਲ ਦਾ 1.5 ਲੱਖ ਰੁਪਇਆ ਦੇਵਾਂਗੇ। ਮੈਂ ਕਿਹਾ ਕਦੋਂ ਸ਼ੁਰੂ ਕਰਨਾ? 2 ਮਹੀਨੇ ਦੀ ਗੱਲ ਹੈ ਵੀ 1 ਮਈ ਤੋਂ ਸ਼ੁਰੂ ਕਰ ਦਿੰਦੇ। ਮੈਂ ਕਿਹਾ ਇਉਂ ਕਰੋ ਤੁਸੀਂ 4 ਮਹੀਨੇ ਦੇ 50,000 ਰੁਪਇਆ ਜਮ੍ਹਾਂ ਕਰਵਾ ਦਿਓ। 4 ਮਹੀਨੇ ਬਾਅਦ ਤੁਸੀਂ ਦੇਖ ਲੈਣਾ, ਜੇ ਤੁਹਾਨੂੰ ਠੀਕ ਲੱਗਿਆ ਤਾਂ ਕੰਟੀਨਿਊ ਕਰਨਾ, ਨਹੀਂ ਤਾਂ ਖਤਮ। ਕਹਿੰਦੇ ਅਸੀਂ ਸਾਰੇ ਪੈਸੇ ਤੁਹਾਨੂੰ ਦੇ ਦੇਵਾਂਗੇ। ਮੈਂ ਨਹੀਂ, ਮੈਂ ਤੁਹਾਡਾ ਸੁਭਾਅ ਜਾਣਦਾ ਪੰਜਾਬੀਆਂ ਦਾ, ਤੁਸੀਂ ਨਹੀਂ ਦੇਣੇ, ਤੁਸੀਂ ਜਦੋਂ ਤੱਕ ਦਿੰਦੇ ਨਹੀਂ। ਵਾਅਦਾ ਕਰਕੇ ਮੁੱਕਰਦੇ ਹਾਂ, ਕਦੇ ਸਮੇਂ 'ਤੇ ਨਹੀਂ ਆਉਂਦੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ, ਇਹਦਾ ਕੀ ਕਾਰਨ ਹੈ? ਦਰਬਾਰ ਸਾਹਿਬ ਦੇਖਦੇ ਹੋਣੇ ਤੁਸੀਂ ਚੈਨਲ 'ਤੇ, ਕਿਸ ਵੇਲੇ ਬੜੀ ਹੈਰਾਨੀ ਦੀ ਗੱਲ ਹੈ। ਲੋਕ ਆਈ ਜਾ ਰਹੇ ਹੈ, ਜਾਈ ਜਾ ਰਹੇ ਹੈ, ਆਈ ਜਾ ਰਹੇ ਹੈ, ਕਿਸੇ 'ਚ ਡਿਸਿਪਲਿਨ ਨਹੀਂ ਹੈ। ਚਰਚ ਦੇ ਵਿੱਚ ਜਾਂ ਮਸਜਿਦ ਦੇ ਵਿੱਚ ਵੀ ਜਦੋਂ ਇਕੱਠੇ ਹੋ ਜਾਂਦੇ ਹੈ, ਉਸ ਵੇਲੇ ਕੋਈ ਬੰਦਾ ਪਿੱਛੋਂ ਆ ਕੇ ਅੱਗੇ ਨਹੀਂ ਜਾਏਗਾ। ਸੋ ਡਿਸਿਪਲਿਨ ਵਾਲਾ ਸਥਾਨ ਜਿਹੜਾ ਹੈ ਨਾ, ਉਹ ਧਾਰਮਿਕ ਸਥਾਨ ਹੈ ਸਾਡੇ ਦੇਸ਼ ਦੇ ਵਿੱਚ, ਉੱਥੇ ਡਿਸਿਪਲਿਨ ਹੈ। ਇਹ ਸਿਵਲਾਈਜੇਸ਼ਨਲ ਪ੍ਰੋਬਲਮਸ ਹੈ, ਇਹ ਕਲਚਰਲ ਪ੍ਰੋਬਲਮਸ ਹੈ। ਤੁਸੀਂ ਕਿਸੇ ਨੂੰ ਕਹੋ ਕਿ ਜਦੋਂ ਆਉਣਾ ਹੋਵੇ ਪਹਿਲਾਂ ਫੋਨ ਕਰ ਲੈਣਾ, ਲੈ ਹੁਣ ਤੁਹਾਨੂੰ ਫੋਨ ਕਰਕੇ ਆਵਾਂਗੇ ਅਸੀਂ। ਤੁਹਾਨੂੰ ਇੱਕ ਮਿਸਾਲ ਦਿੰਦਾ, ਸੈਕਿੰਡ ਵਰਲਡ ਵਾਰ ਦੇ ਵਿੱਚ ਜਪਾਨ ਦੀ ਹਾਰ ਹੋਈ ਸੀ। ਜਪਾਨ ਅਤੇ ਜਰਮਨੀ ਜਿਹੜੇ ਸੀ ਇਹ ਇਕੱਠੇ ਸੀ। ਉਸ ਵੇਲੇ ਬਹੁਤ ਸਾਰੇ ਜਪਾਨੀ ਮਾਰੇ ਗਏ ਸੀ ਅਤੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਸੀ, ਵਿਧਵਾਵਾਂ ਜਪਾਨੀ ਜਿਹੜੀਆਂ ਸੀ, ਅਮਰੀਕਨਾਂ ਨੇ ਉੱਥੇ ਕਬਜ਼ਾ ਕੀਤਾ ਹੋਇਆ ਸੀ ਅਤੇ ਅਮਰੀਕਨ ਬੰਦਿਆਂ ਨੇ ਉਹਨਾਂ ਵਿਧਵਾਵਾਂ ਦੇ ਨਾਲ ਵਿਆਹ ਕਰਵਾ ਲਏ। ਵਿਆਹ ਕਰਵਾ ਲਏ ਅਤੇ ਉਹ ਅਮਰੀਕਨ ਪੁਰਸ਼ ਜਿਹੜੇ ਸੀ ਉਹ ਜਪਾਨੀ ਨਹੀਂ ਸੀ ਜਾਣਦੇ ਅਤੇ ਉਹ ਔਰਤਾਂ ਜਿਹੜੀਆਂ ਸੀ ਅੰਗਰੇਜ਼ੀ ਨਹੀਂ ਸੀ ਜਾਣਦੀਆਂ। ਉਹ ਔਰਤਾਂ ਜਿਹੜੀਆਂ ਸੀ ਉਹ ਆਪਣੇ ਪਤੀਆਂ ਦੀਆਂ ਲੋੜਾਂ ਨੂੰ ਐਂਟੀਸਪੇਟ ਕਰਕੇ ਵੀ ਉਹਨਾਂ ਨੂੰ ਇਹ ਚੀਜ਼ ਚਾਹੀਦੀ ਹੈ, ਉਹਨਾਂ ਨੂੰ ਇਹ ਚੀਜ਼ ਚਾਹੀਦੀ ਹੈ, ਉਹ ਪਹਿਲਾਂ ਹੀ ਉਹਦਾ ਪ੍ਰਬੰਧ ਜਿਹੜਾ ਸੀ ਕਰ ਦਿੰਦੀਆਂ ਸੀ। ਮਤਲਬ ਜਿਵੇਂ ਗੁੰਗੀਆਂ ਗੁੱਡੀਆਂ ਹੁੰਦੀਆਂ। ਅਖੀਰ 'ਤੇ ਉਹ ਅਮਰੀਕਾ ਚਲੇ ਗਏ ਲੈ ਕੇ ਉਹਨਾਂ ਨੂੰ। ਅਮਰੀਕਾ 1.5 ਸਾਲ ਦੇ ਵਿੱਚ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਆ ਗਈ। ਜਦੋਂ ਬੋਲਣੀ ਆ ਗਈ ਤਾਂ ਉਹਨਾਂ ਨੇ ਆਪਣੀ ਰਾਏ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ, ਨੋ ਆਈ ਵਿਲ ਨਾਟ ਡੂ ਇਟ, ਆਈ ਡੋਂਟ ਲਾਈਕ ਇਟ, ਇਹ ਨਹੀਂ ਮੈਨੂੰ ਪਸੰਦ, ਇਹ ਨਹੀਂ ਮੈਂ ਕਰਾਂਗੀ, ਨਹੀਂ ਉੱਥੇ ਨਹੀਂ ਮੈਂ ਜਾਣਾ, ਮੈਂ ਇਹ ਨਹੀਂ ਕਰਨਾ, ਇਹ ਚੀਜ਼ ਮਹਿੰਗੀ ਹੈ, ਇਹ ਹੀ। ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ, ਮਤਲਬ ਸੋਚਣਾ ਸ਼ੁਰੂ ਕਰ ਦਿੱਤਾ, ਉਦੋਂ ਉਹਨਾਂ ਦੇ ਵਿਆਹ ਟੁੱਟਣ ਲੱਗ ਪਏ। ਇਹ ਕਾਰਨ ਹੈ। ਹੁਣ ਪਤਨੀਆਂ ਵੀ ਸੋਚਣ ਲੱਗ ਪਈਆਂ,
ਤੇ ਪੁਰਸ਼ ਪਰੇਸ਼ਾਨ ਹੈ, ਪੁਰਸ਼ ਪਰੇਸ਼ਾਨ ਹੈ, ਪੁਰਸ਼ ਦੀ ਸਰਦਾਰੀ ਨੂੰ ਚੈਲੰਜ ਹੋ ਰਿਹਾ ਹੈ। ਇੱਕ ਉਮਰ ਦਾ ਫਰਕ ਜਿਹੜਾ ਨਾ ਉਹ ਘੱਟ ਰਿਹਾ ਹੈ। ਸਾਡੇ ਵੇਦਾਂ ਦੇ ਵਿੱਚ ਜਾਂ ਜਿਹੜੇ ਧਾਰਮਿਕ ਗ੍ਰੰਥ ਉਹਨਾਂ ਦੇ ਵਿੱਚ 16 ਸਾਲ ਅਤੇ 25 ਸਾਲ ਦੀ ਉਮਰ ਦੱਸੀ ਹੋਈ ਹੈ, 25 ਸਾਲ ਦਾ ਲੜਕਾ ਅਤੇ 16 ਸਾਲ ਦੀ। ਇਸੇ ਕਰਕੇ 16ਵੇਂ ਸਾਲ ਦੇ ਬਹੁਤ ਸਾਰੇ ਗਾਣੇ ਹਨ। ਜਦੋਂ ਉਮਰ ਬਰਾਬਰ ਹੋਏਗੀ, ਬਾਇਓਲੋਜੀਕਲੀ ਵੀ ਬਰਾਬਰ ਦੀ ਉਮਰ ਵਾਲੀ ਲੜਕੀ ਲੜਕੇ ਨਾਲੋਂ ਇਮੋਸ਼ਨਲ ਇੰਟੈਲੀਜੈਂਸ ਦੇ ਵਿੱਚ 4 ਸਾਲ ਸੀਨੀਅਰ ਹੁੰਦੀ ਹੈ। 20 ਸਾਲ ਦੀ ਲੜਕੀ 24-25 ਸਾਲ ਦੇ ਲੜਕੇ ਦੇ ਨਾਲ ਬੜੇ ਠਰਮੇ ਦੇ ਨਾਲ, ਬੜੇ ਆਰਾਮ ਦੇ ਨਾਲ ਗੱਲ ਕਰ ਸਕਦੀ ਹੈ। ਲੜਕਾ ਜਿਹੜਾ ਉਹਦੀਆਂ ਲੱਤਾਂ ਕੰਬਦੀਆਂ, ਉਹਦੇ ਵਿੱਚ ਇਮੋਸ਼ਨਲ ਸਟੇਬਿਲਿਟੀ ਜਿਹੜੀ ਹੈ ਉਹ ਜਲਦੀ ਆਉਂਦੀ ਹੈ। ਇਸੇ ਕਰਕੇ ਉਹਦੀ ਸ਼ੈਲਫ ਲਾਈਫ ਜਿਹੜੀ ਹੈ ਨਾ ਉਹ 28 ਸਾਲ 'ਤੇ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। 28 ਸਾਲ ਦੀ ਜਦੋਂ ਲੜਕੀ ਹੋ ਜਾਂਦੀ ਹੈ ਤਾਂ ਮਾਪੇ ਚਿੰਤਾ ਕਰਨ ਲੱਗ ਪੈਂਦੇ, ਜਦੋਂ 32-33 ਦੀ ਹੋ ਜਾਂਦੀ ਹੈ ਤਾਂ ਉਹ ਆਪ ਵੀ ਚਿੰਤਾ ਕਰਨ ਲੱਗ ਪੈਂਦੀ ਹੈ, 35-36 ਦੀ ਜਦੋਂ ਹੋ ਜਾਂਦੀ ਹੈ ਉਹ ਦੂਜੇ ਵਿਆਹ ਵਾਲੀ ਲੜਕੀ ਜਿਹੜੀ ਹੈ ਉਹ ਬਣ ਜਾਂਦੀ, ਉਹਦੀ ਸ਼ੈਲਫ ਲਾਈਫ ਜਿਹੜੀ ਹੈ ਨਾ, ਕਿਉਂਕਿ ਜਦੋਂ ਵਿਆਹ ਕੀਤਾ ਜਾਂਦਾ ਨਾ ਉਸ ਵੇਲੇ ਲੜਕੀ ਦੀ ਉਸ ਵੇਲੇ ਦੀ ਹਾਲਤ ਵੇਖੀ ਜਾਂਦੀ ਹੈ ਵੀ ਹੁਣ ਇਹ ਕਿਤਨੀ ਸੋਹਣੀ ਹੈ, ਅਤੇ ਪੁਰਸ਼ ਦਾ ਵੇਖਿਆ ਜਾਂਦਾ ਇਹ ਭਵਿੱਖ ਵਿੱਚ ਕੀ ਬਣੇਗਾ। ਹੁਣ ਇਹ SDO ਹੈ, ਚੀਫ ਇੰਜੀਨੀਅਰ ਰਿਟਾਇਰ ਹੋਏਗਾ, ਸੋ ਇਹ ਫਰਕ ਹੈਗਾ। ਆਦਮੀ ਬਦਲਦੇ ਨਹੀਂ ਅਤੇ ਔਰਤ ਬਦਲ ਜਾਂਦੀ ਹੈ। ਜਦੋਂ ਆਦਮੀ ਦੀ ਆਮਦਨ ਵੱਧ ਜਾਂਦੀ ਹੈ ਤਾਂ ਉਹ ਕਹਿੰਦਾ ਮੈਨੂੰ ਹੁਣ ਮੇਰੀ ਵਾਈਫ ਹੀ ਬਦਲ ਜਾਣੀ ਚਾਹੀਦੀ ਹੈ। ਅਸੀਂ ਵਰਾਇਟੀ ਦੇ ਜ਼ਮਾਨੇ ਵਿੱਚ ਰਹਿ ਰਹੇ ਹਾਂ, ਹਰ ਇੱਕ ਚੀਜ਼ ਦੇ ਵਿੱਚ ਵੰਨ ਸੁਵੰਨਤਾ ਹੈ। ਹੁਣ ਹਰ ਇੱਕ ਪੁਰਸ਼ ਜਿਹੜਾ ਹੈ ਜ਼ਿੰਦਗੀ ਦੇ ਵਿੱਚ 4-5-6-7 ਔਰਤਾਂ ਦੇ ਸੰਪਰਕ ਵਿੱਚ ਆਵੇਗਾ, ਹਰ ਔਰਤ ਜਿਹੜੀ ਹੈ 4-5-6-7 ਬੰਦਿਆਂ ਦੇ ਸੰਪਰਕ ਵਿੱਚ ਆਵੇਗੀ। ਧਰਮਾਂ ਦੀ ਵਰਾਇਟੀ ਹੈ, ਭੋਜਨ ਦੀ ਵਰਾਇਟੀ ਹੈ, ਕਿੱਤਿਆਂ ਦੀ ਵਰਾਇਟੀ ਹੈ, ਕੋਰਸਿਸ ਦੀ ਵਰਾਇਟੀ ਹੈ, ਹਰ ਚੀਜ਼ ਦੀ ਵਰਾਇਟੀ ਹੈ, ਅਤੇ ਇਹਦੇ ਵਿੱਚ ਵਰਾਇਟੀ ਕਿਉਂ ਨਹੀਂ ਹੋਏਗੀ। ਸੋ ਬਜਾਏ ਇਸ ਦੇ ਕਿ ਉਹ ਦੋਵੇਂ ਇੱਕ ਦੂਜੇ ਨਾਲ ਨਰੜੇ ਰਹਿਣ, ਤਿਆਗ ਦੇਣਾ ਜਿਹੜਾ ਹੈ ਉਹ, ਜਦੋਂ ਕੋਈ ਚੀਜ਼ ਸੌਖੀ ਕਰ ਦਿੱਤੀ ਜਾਵੇ ਨਾ ਉਹ ਫਿਰ ਉਵੇਂ ਹੋਣ ਲੱਗ ਪੈਂਦੀ ਹੈ। ਤੁਸੀਂ ਘਰ ਦੇ ਵਿੱਚ ਸਾਰੀਆਂ ਦਵਾਈਆਂ ਲਿਆ ਕੇ ਰੱਖ ਦਿਓ, ਤੁਹਾਡੇ ਸੱਟਾਂ ਲੱਗਣ ਲੱਗ ਜਾਣਗੀਆਂ, ਦਵਾਈਆਂ ਵਰਤਣ ਲੋੜ ਪੈਣ ਲੱਗ ਪਏ, ਕਿਉਂਕਿ ਤਲਾਕ ਸੌਖਾ ਹੋ ਗਿਆ। ਇਸ ਕਰਕੇ ਜੇਕਰ ਲੜਕੀ ਨੂੰ ਆਮ ਤੌਰ 'ਤੇ ਹੁੰਦਾ ਵਿਆਹ ਤੋਂ ਪਹਿਲਾਂ ਕਿਸੇ ਨਾਲ ਪਿਆਰ ਹੋਇਆ ਹੋਵੇ, ਉਹ ਫਿਰ ਉਸ ਨਾਲ ਕੰਪੇਅਰ ਕਰਦੀ ਰਹਿੰਦੀ ਹੈ। ਜੇਕਰ ਲੜਕੀ ਜਿਹੜੀ ਹੈ 5-6 ਬੰਦਿਆਂ ਦੇ ਮੁੰਡਿਆਂ ਦੇ ਸੰਪਰਕ ਵਿੱਚ ਆਈ ਹੈ ਤਾਂ ਉਹ ਵਿਆਹ ਵੇਲੇ ਚਾਹੁੰਦੀ ਹੈ ਕਿ ਮੇਰਾ ਪਤੀ ਜਿਹੜਾ ਹੋਵੇ ਉਹਨਾਂ ਸਾਰਿਆਂ ਨਾਲੋਂ ਬਿਹਤਰ ਹੋਵੇ, ਪਰੰਤੂ ਉਹ ਆਮ ਸਧਾਰਨ ਬੰਦਾ ਹੁੰਦਾ। ਇਸ ਕਰਕੇ ਕਈ ਲੋਕ ਲੇਖਕ ਨੂੰ ਮਿਲਣ ਆਉਂਦੇ, ਮੈਂ ਉਹਨਾਂ ਨੂੰ ਟੈਲੀਫੋਨ 'ਤੇ ਕਹਿ ਦਿੰਦੇ ਹਾਂ ਮੈਂ ਬੜਾ ਸਧਾਰਨ ਆਦਮੀ ਹੈਗਾ, ਮੈਨੂੰ ਮਿਲ ਕੇ ਤੁਹਾਨੂੰ ਕੋਈ ਬਹੁਤੀ ਤਸੱਲੀ ਨਹੀਂ ਹੋਣੀ ਹੈਗੀ, ਕਿਉਂਕਿ ਤੁਸੀਂ ਇੱਕ ਮੇਰੇ ਬਾਰੇ ਜਿਹੜਾ ਨਾ ਬਣਾਇਆ ਹੋਇਆ ਉਹ, ਅਤੇ ਜਦੋਂ ਮਿਲੋਗੇ ਆਈ ਵਿਲ ਟਰਨ ਆਊਟ ਟੂ ਬੀ ਅ ਵੈਰੀ ਸਿੰਪਲ ਪਰਸਨ। ਮੈਂ ਲੇਖਕ ਲਿਖਣ ਵੇਲੇ ਮੰਡੀ ਵਿੱਚ ਮੂਲੀ ਖਰੀਦਣ ਵੇਲੇ ਥੋੜ੍ਹਾ ਮੈਂ ਲਿਖਿਆ,
ਸੋ ਜੇ ਤਾਂ ਰੀਅਲਿਸਟਿਕ ਹੋ ਕੇ ਚੱਲੋਗੇ ਵਿਆਹ ਨਹੀਂ ਟੁੱਟੇਗਾ, ਵਿਆਹ ਨਹੀਂ ਟੁੱਟੇਗਾ। ਇਹ ਸੁਪਨੇ ਜਿਹੜੇ ਲੋਕ ਵਾਲ ਰੰਗਦੇ ਹੈ ਉਹ ਇੱਕ ਹੋਰ ਇਸ਼ਕ ਕਰਨਾ ਚਾਹੁੰਦੇ ਹੈ, ਅਜੇ ਇੱਕ ਉਹਨਾਂ ਵਿੱਚ ਹੋਰ ਇੱਕ ਜਿਸ ਨੂੰ ਕਹਿਣਾ ਹੈ ਨਾ ਕਿਸੇ ਨੂੰ ਪਾ ਜਾਣ ਦੀ ਇੱਛਾ ਹੈ। ਬਠਿੰਡੇ ਦੇ ਇੱਕ ਹੈਡ ਮਾਸਟਰ ਸਾਹਿਬ ਸੀ, ਉਹਨਾਂ ਦੀ ਬੇਟੀ ਇੱਥੇ ਸਕੂਲ ਦੇ ਵਿੱਚ ਟੀਚਰ ਸੀ, ਅਤੇ ਉਹਨਾਂ ਨੇ ਮੈਨੂੰ ਇੱਕ ਚਾਂਦੀ ਦਾ ਰੁਪਿਆ ਇਨਾਮ ਭੇਜਿਆ, ਚਾਂਦੀ ਦਾ। ਅਤੇ ਮਤਲਬ ਮੈਂ ਸੱਚ ਦੱਸਿਆ ਮੈਨੂੰ ਇੰਨੀ ਖੁਸ਼ੀ ਹੋਈ, ਕਿਉਂਕਿ ਜੋ ਉਹਨਾਂ ਨੇ ਉਹ ਨਵੀਂ ਗੱਲ ਸੀ, ਉਹ ਜੋ ਕੁਝ ਉਹਨਾਂ ਨੇ ਸੋਚਿਆ ਉਹ ਨਵੀਂ ਗੱਲ ਸੀ। ਇਹ ਜਿਹੜੀ ਗੱਲ ਦੀ ਗੱਲ ਕਰਦੇ ਹੈਗੇ ਹਾਂ, ਸ਼ਹਿਰ ਦੇ ਵਿੱਚ ਇੱਕ ਵਾਰੀ ਮੈਂ ਅਚਾਰ ਲੈਣ ਗਿਆ, ਪਹਿਲਾਂ ਮੈਂ ਸ਼ਹਿਰ ਰਹਿੰਦਾ ਸੀ ਹੁਣ ਅਰਬਨ ਸਟੇਟ। ਉਸ ਦੁਕਾਨਦਾਰ ਨੇ ਦੁਕਾਨ 'ਤੇ ਨਾ ਮੇਰੀ ਮਾਲਾ ਬਣ ਕੇ ਇਹਦੇ ਵਿੱਚੋਂ ਉਹ ਕੋਟੇਸ਼ਨਸ ਜਿਹੜੀਆਂ ਸੀ ਨਾ ਉਹਨਾਂ ਨੂੰ ਫਰੇਮ ਕਰਵਾ ਕੇ, ਬੜੇ ਉਹ ਫੁੱਲਾਂ ਵਾਲੇ ਉਸ ਬਣਵਾ ਕੇ ਅਤੇ ਉਹ ਲਾਈਆਂ ਹੋਈਆਂ ਸੀ। ਉਹਦੇ ਫਾਦਰ ਮੇਰੇ ਵਾਕਫ ਸੀ, ਕਿਉਂਕਿ ਅਸੀਂ ਨੇੜੇ ਘਰ ਸੀ ਰਹਿੰਦੇ ਸੀ, ਅਤੇ ਮੈਂ ਉਹ ਦੇਖ ਕੇ ਕਿਹਾ, ਮੈਂ ਕਿਹਾ ਸਾਰੀਆਂ, ਮੈਂ ਮਹਿਸੂਸ ਕੀਤਾ ਮੈਨੂੰ ਕਹਿਣਾ ਨਹੀਂ ਸੀ ਚਾਹੀਦਾ, ਦੱਸਣਾ ਨਹੀਂ ਸੀ ਚਾਹੀਦਾ, ਇਸ ਕਰਕੇ ਮੈਂ ਕਿਸੇ ਕਿਤਾਬ 'ਤੇ ਫੋਟੋ ਨਹੀਂ ਛਪਾਉਂਦਾ। ਕਈ ਵਾਰੀ ਬੱਸ ਦੇ ਵਿੱਚ ਮੇਰੇ ਨਾਲ ਦਾ ਬੈਠਾ ਮਿਲਣਾ ਮੇਰੀ ਕਿਤਾਬ ਪੜ੍ਹ ਰਿਹਾ ਹੁੰਦਾ, ਪਰ ਮੈਂ ਉਹਨੂੰ ਕੁਝ ਕਹਿੰਦਾ ਵੀ ਮੇਰੀ ਕਿਤਾਬ ਪੜ੍ਹ ਰਿਹਾ। ਮੈਂ ਕਿਹਾ ਇਹ ਮੇਰੀਆਂ ਲਿਖੀਆਂ ਹੋਈਆਂ। ਉਹਨੇ ਦਰਾਜ ਵਿੱਚੋਂ ਮਾਲਾ ਬਣ ਕੇ ਕਿਤਾਬ ਕੱਢ ਕੇ ਕਹਿੰਦਾ ਇਹਦੇ ਵਿੱਚੋਂ। ਮੈਂ ਕਿਹਾ ਇਹ ਕਿਤਾਬ ਵੀ ਮੇਰੀ ਲਿਖੀ ਹੋਈ ਹੈ। ਉਹ ਮੇਰੇ ਵੱਲ ਥੋੜ੍ਹੀ ਜਿਹੀ ਨਾ ਮਨਜ਼ੂਰੀ ਦੀ ਨਜ਼ਰ ਨਾਲ ਲਿਖਿਆ ਉਹਨੇ, ਅਤੇ ਫਿਰ ਕਹਿੰਦਾ ਬੜੇ ਬੜੇ ਝੂਠੇ ਵੇਖੇ ਆ ਪਰ ਤੇਰੇ ਵਰਗਾ ਨਹੀਂ ਲਿਖਿਆ। ਮੈਂ ਕਿਉਂਕਿ ਕਈ ਕੰਮ ਕੀਤੇ ਇਸ ਕਰਕੇ ਮੈਨੂੰ ਨਿਰਾਦਰ ਬਰਦਾਸ਼ਤ ਕਰਨ ਦੀ ਆਦਤ ਹੈ, ਮਤਲਬ ਕੋਈ ਸੋ ਬੜੀਆਂ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਵਾਪਰਦੀਆਂ। ਇੱਕ ਵਾਰੀ ਇੱਕ ਕਿਸੇ ਲੇਖ ਦੇ ਵਿੱਚ ਮੈਂ ਲਿਖਿਆ ਸੀ ਕਿ ਜਦੋਂ ਕਿਸੇ ਦਾ ਪਿਆਰ ਹੁੰਦਾ ਹੈ, ਜਦੋਂ 7-8 ਲੇਖ ਮੈਂ ਲਿਖ ਲੈਂਦਾ ਨਾ, ਫਿਰ ਇੱਕ ਜਵਾਨਾਂ ਵਾਸਤੇ ਲਿਖਦਾ ਹੁੰਦਾ ਤਾਂ ਕਿ ਉਹ ਵੀ ਥੋੜ੍ਹੇ ਜਿਹੇ ਪਿਆਰ ਬਾਰੇ ਜਾਂ ਉਹਦੇ 'ਚ ਲਿਖਿਆ ਸੀ ਵੀ ਜਦੋਂ ਕਿਸੇ ਲੜਕੇ ਲੜਕੀ ਦਾ ਪਿਆਰ ਹੁੰਦਾ ਹੈ ਤਾਂ ਉਹਦੇ ਵਿੱਚ 6-7-8 ਮਹੀਨੇ ਦੇ ਵਿੱਚ ਵਿੱਚ ਕੋਈ ਤੀਜੀ ਧਿਰ ਪੈਦਾ ਹੋ ਜਾਂਦੀ ਹੈ, ਕੋਈ ਤੀਜਾ ਬੰਦਾ ਆ ਜਾਂਦਾ ਵਿੱਚ, ਅਤੇ ਫਿਰ ਉਹਨਾਂ ਦੋਵਾਂ ਦਾ ਆਪਸ ਵਿੱਚ ਨਾ ਤਕਰਾਰ ਚੱਲਣ ਲੱਗ ਪੈਂਦਾ, ਤੂੰ ਉਹਦੇ ਨਾਲ ਕਿਉਂ ਮਿਲਦੀ ਹੈ, ਕਿਉਂ ਬੈਠਦੀ ਹੈ, ਤੂੰ ਤਾਂ ਉਹਨੂੰ ਦੇਖ ਕੇ ਖੁਸ਼ ਹੋਣ ਲੱਗ ਜਾਂਦੀ ਹੈ ਵਗੈਰਾ ਵਗੈਰਾ। ਉਹ ਕਹਿੰਦੇ ਨਹੀਂ, ਉਹ ਮੇਰਾ ਵਾਕਫ ਹੈਗਾ, ਮੇਰਾ ਪੁਰਾਣੇ ਪਿੰਡ ਦਾ ਰਹਿਣ ਵਾਲਾ ਹੈਗਾ, ਇਹ ਹੈ ਉਹ ਹੈ ਵਗੈਰਾ। ਮਤਲਬ ਅੱਜ ਕੱਲ੍ਹ ਦੇ ਪਿਆਰ ਦੀ ਇਤਨੀ ਕੁ ਉਮਰ ਹੁੰਦੀ ਹੈ, 6-8 ਮਹੀਨੇ, ਉਸ ਤੋਂ ਬਾਅਦ ਫਿਰ ਉਹ ਟੁੱਟਣ ਦੇ ਰਾਹ ਜਿਹੜਾ ਨਾ ਉਹ ਪੈ ਜਾਂਦਾ। ਇੱਕ ਦਿਨ ਸਵੇਰੇ ਮੇਰੇ ਕੋਲ 6 ਵਜੇ ਯੂਨੀਵਰਸਿਟੀ ਦੇ ਦੋ ਬੰਦੇ ਟਰੈਕ ਸੂਟ ਦੇ ਵਿੱਚ ਆ ਗਏ ਘਰ,
ਅਤੇ ਉਹ ਜਦੋਂ ਕਿਸੇ ਦੇ ਮਨ 'ਚ ਕੋਈ ਗੱਲ ਹੁੰਦੀ ਹੈ ਨਾ, ਉਹ ਜਿਸ ਨੂੰ ਕਹਿੰਦੇ ਆ ਉਹਨੂੰ ਕਰਨਾ ਚਾਹੁੰਦਾ, ਉਹਦੇ ਰੋਕ ਨਹੀਂ ਸਕਦਾ। ਕਹਿੰਦਾ ਜੇ ਮੇਰੇ ਨਾਲ ਵੀ ਇਵੇਂ ਵਾਪਰ ਗਈ ਹੈ, ਮੇਰਾ ਕਿਸੇ ਨਾਲ ਪਿਆਰ ਸੀ ਅਤੇ ਕੋਈ ਤੀਜਾ ਬੰਦਾ ਵਿੱਚ ਆ ਗਿਆ। ਮੈਂ ਕਿਹਾ ਨਹੀਂ, ਜਦੋਂ ਤੇਰਾ ਹੋਇਆ ਸੀ ਨਾ, ਹੋ ਸਕਦਾ ਤੂੰ ਵੀ ਤੀਜਾ ਬੰਦਾ ਹੋਵੇਂ। ਉਸ ਨਾਲ ਉਹ ਜਿਹਨੂੰ ਕਹਿੰਦੇ ਨਾ, ਉਹ ਉੱਪਰ ਉੱਠ ਰਿਹਾ ਸੀ, ਥੱਲੇ ਜ਼ਮੀਨ 'ਤੇ ਜਿਹੜਾ ਸੀ ਨਾ ਉਹ ਆਇਆ। ਇਸ ਵਿੱਚ ਇਸ ਉਮਰ ਦੇ ਵਿੱਚ ਨਾ ਇਹ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਹੁੰਦੀਆਂ, ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਉਹਨਾਂ ਨੂੰ ਕੱਢਣ ਦੀ ਲੋੜ ਹੁੰਦੀ ਹੈ। ਹੋਰ ਕੋਈ ਪਿਆਰ ਦੀ ਸਮੱਸਿਆ ਕੋਈ? ਬਚਪਨ ਦੇ ਵਿੱਚ ਕਈ ਕੰਮ ਕੀਤੇ, ਇੱਕ ਅਖਬਾਰ 'ਚ ਮੈਂ ਕੰਮ ਕਰਦਾ ਸੀ ਤਾਂ ਉਹਨਾਂ ਨੇ ਦੋ ਮੱਝਾਂ ਰੱਖੀਆਂ ਹੋਈਆਂ ਸੀ। ਉਹ ਮੱਝਾਂ ਜਿਹੜੀਆਂ ਸੀ ਉਹਨਾਂ ਨੂੰ ਉਹ 2-3 ਕਿਲੋ ਕਾਲੇ ਛੋਲੇ ਉਬਾਲ ਕੇ ਕੁੱਟ ਕੇ ਪਾਉਂਦੇ ਸੀ, ਅਤੇ ਉਸ ਤੋਂ ਬਾਅਦ ਉਹ ਛੋਲੇ ਜਿਹੜੇ ਸੀ ਮੈਂ ਕੁੱਟਦਾ ਹੁੰਦਾ ਸੀ। ਅਤੇ ਇਸ ਵਾਕ ਨੂੰ ਮੈਂ ਕਈ ਕੁਐਸਚਨ ਪੇਪਰਾਂ ਦੇ ਵਿੱਚ ਕੁਰੈਕਟ ਕਰਨ ਵਾਸਤੇ ਲਿਖਿਆ, ਅਸੀਂ ਕੁੱਟ ਕੇ ਮੱਝਾਂ ਨੂੰ ਛੋਲੇ ਪਾਏ, ਅਸੀਂ ਕੁੱਟ ਕੇ ਮੱਝਾਂ ਨੂੰ ਛੋਲੇ ਪਾਏ। ਮਤਲਬ ਚਾਹੀਦਾ ਤਾਂ ਇਹ ਹੈ ਕਿ ਅਸੀਂ ਛੋਲੇ ਕੁੱਟ ਕੇ ਮੱਝਾਂ ਨੂੰ ਪਾਏ, ਵੀ ਉਹ ਕੁਰੈਕਟ ਕਰ ਸਕਦਾ ਕਿ ਨਹੀਂ ਕਰ। ਮੈਂ ਘਰੋਂ ਲੂਣ ਮਿਰਚ ਲੈ ਜਾਂਦਾ ਸੀ ਅਤੇ ਉਹ ਛੋਲੇ ਜਿਹੜੇ ਹੁੰਦੇ ਸੀ ਨਾ ਉਹ ਉਹਨਾਂ ਵਿੱਚ ਪਾ ਕੇ ਅਤੇ ਫਿਰ ਮੈਂ ਖਾਂਦਾ ਹੁੰਦਾ ਸੀ। ਅਤੇ ਉਹ ਇਹ ਮੇਰਾ ਉਸ ਵੇਲੇ ਜਿਹੜਾ ਸੀ ਨਾ ਬਦਲਾ ਲੈਣ ਦਾ ਇੱਕ ਢੰਗ ਸੀ ਉਹਨਾਂ ਤੋਂ, ਜਿਹੜੇ ਮੇਰੇ ਤੋਂ ਮੁਫ਼ਤ ਛੋਲੇ ਕਟਵਾਉਂਦੇ ਸੀ। ਜਿਹੜਾ ਮੈਨੂੰ ਬਹੁਤ ਔਖਾ ਕੰਮ ਲੱਗਦਾ ਸੀਗਾ ਉਹ ਸੀ, ਮਾਲਕਣ ਸੀ ਬੜੀ ਭਾਰੀ, ਅਤੇ ਅੱਜ ਕੱਲ੍ਹ ਤਾਂ ਪਤਾ ਨਹੀਂ ਗੱਲ ਖਤਮ ਹੋ ਗਈ ਹੈ, ਪੁਰਾਣੇ ਜ਼ਮਾਨੇ ਦੇ ਜਿਹੜੇ ਬਜ਼ੁਰਗ ਸੀ ਨਾ ਉਹਨਾਂ ਨੂੰ ਲਤਾੜਨਾ ਹੁੰਦਾ ਸੀ, ਬੱਚਿਆਂ ਨੂੰ ਕਹਿੰਦੇ ਸੀ ਵੀ ਤੁਸੀਂ ਸਾਨੂੰ ਲਤਾੜੋ, ਲਤਾੜੋ ਦਾ ਮਤਲਬ ਸਮਝਦੇ ਹੋ। ਅਤੇ ਉਹ ਕੱਪੜੇ ਲਾਹ ਕੇ ਪੈ ਜਾਂਦੇ ਸੀ, ਅਤੇ ਮੈਨੂੰ, ਮੈਂ 9 ਸਾਲਾਂ ਦਾ ਸੀ, 8-9 ਸਾਲਾਂ ਦਾ, ਅਤੇ ਮੈਂ ਉਹਨੂੰ ਲਤਾੜਦਾ ਸੀ ਅਤੇ ਮੈਨੂੰ ਉਹ ਬੜੀ ਭੈੜੀ ਲੱਗਦੀ ਸੀ, ਅਤੇ ਮੈਂ ਉੱਪਰ ਹੀ ਦੇਖਦਾ ਰਹਿੰਦਾ ਸੀ। ਇੱਕ ਡਾਕਟਰ ਦੇ ਮੈਂ ਕੰਮ ਕਰਦਾ ਸੀ, ਅਤੇ ਗੱਲ ਇਉਂ ਬਣੀ ਕਿ ਮੇਰੀ ਛੋਟੀ ਭੈਣ ਬਿਮਾਰ ਪੈ ਗਈ, ਮੇਰੀ ਮਾਂ ਉਸਨੂੰ ਡਾਕਟਰ ਦੇ ਕੋਲ ਲੈ ਕੇ ਗਈ, ਡਾਕਟਰ ਰਿਟਾਇਰਡ ਸੀ, ਮੈਂ ਵੀ ਨਾਲ ਚਲਾ ਗਿਆ। ਉਸ ਡਾਕਟਰ ਨੇ ਦਵਾਈ ਵਗੈਰਾ ਦਿੱਤੀ ਅਤੇ ਉਹਨੇ ਪੈਸੇ ਨਹੀਂ ਸੀ ਅਦਾ ਕਰਨ ਵਾਸਤੇ, ਅਤੇ ਮੇਰੀ ਮਾਂ ਨੇ ਉਸਨੂੰ ਕਿਹਾ ਵੀ ਅਸੀਂ ਹੌਲੀ ਹੌਲੀ ਪੈਸੇ ਲਾ ਦਿਆਂਗੇ। ਡਾਕਟਰ ਨੇ ਮੈਨੂੰ ਦੇਖ ਕੇ ਕਿਹਾ ਵੀ ਇਹਨੂੰ ਭੇਜ ਦਿਆ ਕਰੋ, ਇਹ ਮੇਰੀ ਸਫਾਈ ਕਰ ਦਿਆ ਕਰੇ ਘਰ ਦੁਕਾਨ ਦੀ। ਸੋ ਉਹ ਮੇਰੀ ਪਹਿਲਾ ਰੁਜ਼ਗਾਰ ਸੀ ਅਤੇ ਮੇਰੀ ਤਨਖਾਹ ਫਿਕਸ ਹੋਈ 1 ਰੁਪਿਆ ਮਹੀਨਾ, ਅਤੇ ਮੈਂ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਉਹਦੀ ਦੁਕਾਨ 'ਤੇ ਜਾਂਦਾ ਸੀ ਅਤੇ ਫਿਰ ਸਕੂਲੋਂ ਵਾਪਸ ਆਉਣ 'ਤੇ ਉਹਦੀ ਦੁਕਾਨ 'ਤੇ ਬੈਠਦਾ ਹੁੰਦਾ ਸੀ। ਅਤੇ ਉਹ ਡਾਕਟਰ ਦੇ ਕੋਲ ਇੱਕ ਲੇਡੀ ਆਉਂਦੀ ਸੀਗੀ, ਉਹ ਵੀ 45 ਸਾਲਾਂ ਦੀ ਸੀ, ਕਾਲਾ ਰੰਗ ਸੀ ਉਹਦਾ, ਮੈਨੂੰ ਸ਼ਕਲ ਅਜੇ ਵੀ ਯਾਦ ਹੈਗੀ ਹੈ। ਅਤੇ ਮੈਂ ਬੈਠਾ ਹੁੰਦਾ ਸੀ, ਉਹ ਡਾਕਟਰ ਮੈਨੂੰ ਇੱਧਰ ਉੱਧਰ ਕਰਨਾ ਚਾਹੁੰਦਾ ਸੀਗਾ, ਕੋਈ ਛੇੜਨਾ ਚਾਹੁੰਦਾ ਹੋਣਾ ਜਾਂ ਟੱਚ ਕਰਨਾ ਚਾਹੁੰਦਾ ਹੋਣਾ ਜਾਂ ਉਹਨੂੰ ਨੇੜੇ ਬੈਠਣਾ ਚਾਹੁੰਦਾ ਹੋਣਾ ਵਗੈਰਾ ਵਗੈਰਾ। ਉਸਨੇ ਮੈਨੂੰ
ਉਦੋਂ ਮਲਾਈ ਵੀ ਵਿਕਦੀ ਸੀ ਹਲਵਾਈਆਂ ਦੇ ਕੋਲ, ਉਹ ਮੈਨੂੰ ਮਲਾਈ ਲੈਣ ਵਾਸਤੇ ਭੇਜ ਦਿੰਦਾ ਸੀਗਾ, ਰੁਪਏ ਦੀ ਮਲਾਈ ਲਿਆ। ਅੱਛਾ, ਅਤੇ ਮੈਂ ਜਦੋਂ ਉੱਥੇ ਜਾਂਦਾ ਸੀ ਅਤੇ ਮੈਂ ਫਟਾਫਟ ਮਲਾਈ ਲੈ ਕੇ ਅਤੇ ਭੱਜ ਕੇ ਆ ਜਾਂਦਾ ਸੀ ਵੀ ਡਾਕਟਰ ਨੇ ਮੰਗਾਈ ਹੈ, ਉਹਨੇ ਸ਼ੇਅਰ ਕਰਨੀ ਹੋਣੀ ਹੈ। ਉਹ ਮੈਨੂੰ ਜਲਦੀ ਆਉਣ 'ਤੇ ਝਾੜ ਪਾਉਂਦਾ ਹੁੰਦਾ ਸੀ ਬਈ ਭੱਜਿਆ ਕਿਉਂ ਆਉਣਾ ਹੁੰਦਾ, ਆਰਾਮ ਨਾਲ ਆਇਆ ਕਰ। ਅੱਛਾ, ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ, ਬਾਅਦ ਵਿੱਚ ਬੜੀ ਚੰਗੀ ਸਮਝ ਪੈ ਗਈ। ਫਿਰ ਮੈਂ ਇਹਦਾ ਇਲਾਜ ਇਹ ਕੀਤਾ ਕਿ ਮੈਂ ਉਸ ਹਲਵਾਈ ਨੂੰ ਕਹਿੰਦਾ ਹੁੰਦਾ ਸੀ ਕਿ 8 ਆਨੇ ਦੀ ਮਲਾਈ ਦਿਓ, 8 ਆਨੇ ਦੀ ਉਹ ਡੂਨਾ ਜਿਹੜਾ ਸੀ ਨਾ ਉਹ ਮਲਾਈ ਨੂੰ, ਮੈਂ ਲੁੱਕ ਕੇ ਇੱਕ ਜਗ੍ਹਾ 'ਤੇ ਪਹਿਲਾਂ ਤਾਂ ਉਂਗਲ ਦੇ ਨਾਲ ਉਹ ਮਲਾਈ ਜਿਹੜੀ ਸੀ ਨਾ ਉਹ ਚੱਟਦਾ ਸੀ, ਅਤੇ ਦੂਜੇ 8 ਆਨੇ ਦੀ ਮਲਾਈ ਜਿਹੜੀ ਹੈ ਉਹ ਮੈਂ ਲੈ ਕੇ ਅੱਧਾ ਪੌਣਾ ਘੰਟਾ ਬਾਅਦ ਆਉਂਦਾ ਹੁੰਦਾ ਸੀ, ਅਤੇ ਡਾਕਟਰ ਨੇ ਉਹ ਮਲਾਈ ਜਿਹੜੀ ਸੀ ਖਾਣੀ ਨਹੀਂ ਸੀ ਹੁੰਦੀ, ਉਹ ਮੈਨੂੰ ਕਹਿੰਦਾ ਸੀ ਤੂੰ ਖਾ ਲੈ। ਉਹ ਜਦੋਂ ਕਹਿੰਦਾ ਸੀ ਤੂੰ ਖਾ ਲੈ, ਉਸ ਵੇਲੇ ਮੈਨੂੰ ਡਾਕਟਰ ਬੜਾ ਸੋਹਣਾ ਮਿਲ। ਸੋ ਇਹ ਬੜੇ ਨਹੀਂ, ਅਸਲੀਅਤ ਇਹ ਹੈ ਕਿ ਜਦੋਂ ਮੇਰੇ ਜੋਬ ਲੱਗ ਗਈ ਨਾ ਕਾਲਜ ਦੇ ਵਿੱਚ ਮੈਂ ਲੱਗ ਗਿਆ ਅਤੇ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਉਹ ਮਤਲਬ ਮੈਂ ਮੇਰੀ ਜੋਬ ਲੱਗ ਗਈ, ਸੌਖਿਆਂ ਲੱਗ ਗਈ, ਅਤੇ ਮੈਨੂੰ ਇਸ ਗੱਲ ਦਾ ਡਰ ਸੀ ਕਿ ਜੇ ਮੈਂ ਕੋਈ ਗੜਬੜ ਕੀਤੀ ਤਾਂ ਮੈਨੂੰ ਕੱਢ ਦੇਣਗੇ। ਉਸ ਕੱਢ ਦੇਣ ਦੇ ਡਰ ਕਾਰਨ ਮਤਲਬ ਮੈਂ ਪੜ੍ਹਾਉਂਦਾ ਸੰਗਰੂਰ ਸੀ ਪਰ ਪਿਆਰ ਕਿਸੇ ਨੂੰ ਪਟਿਆਲੇ ਕਰਦਾ ਸੀ, ਮਤਲਬ ਉੱਥੇ ਮੇਰਾ ਹੌਸਲਾ ਨਹੀਂ ਸੀ ਪੈਂਦਾ ਕਿਸੇ ਨੂੰ ਪਿਆਰ ਕਰਨ ਦਾ। ਅਤੇ ਹੋਏ ਕਈ ਤਜਰਬੇ ਹੋਏ, ਇੱਕ ਉੱਥੇ ਲੜਕੇ ਸੀ ਮੇਰੀ ਸਟੂਡੈਂਟ ਨਹੀਂ ਸੀ, ਆਪਣੇ ਸਟੂਡੈਂਟ ਦੇ ਨਾਲ ਮੈਂ ਕਦੇ ਵੀ ਕੋਈ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਨਹੀਂ ਕੀਤੀ, ਕਰਨੀ ਨਹੀਂ ਚਾਹੀਦੀ। ਜੇ ਕੋਈ ਦਿਲਚਸਪੀ ਲਵੇ ਤਾਂ ਫਿਰ ਵੱਖਰੀ ਗੱਲ। ਉਹਦਾ ਭਰਾ ਮੇਜਰ ਸੀ ਅਤੇ ਉਹ ਉੱਥੇ ਪਿਸਤੌਲ ਲੈ ਕੇ ਮੈਨੂੰ ਮਿਲਣ ਆਉਂਦੀ ਹੁੰਦੀ ਸੀ, ਅਤੇ ਇੱਕ ਵਾਰੀ ਉਹਨੇ ਕਿਹਾ ਕਿ ਫਲਾਣੇ ਬਾਗ ਦੇ ਵਿੱਚ 9 ਵਜੇ ਪਹੁੰਚਣਾ, ਅਤੇ ਮੈਂ ਤਾਂ ਉਹਦੇ ਪਿਸਤੌਲ ਤੋਂ ਡਰਦਾ ਹੋਇਆ ਉੱਥੇ ਪਹੁੰਚ ਗਿਆ, ਅਤੇ ਉਸਨੇ ਮੈਨੂੰ ਉਸ ਵੇਲੇ ਕੀ ਕਹਿੰਦੇ ਹਾਂ, ਇਹ ਬੜੀ ਦਲੇਰ ਸੀ ਇੰਗਲੈਂਡ ਵਿੱਚ, ਅੱਜ ਕੱਲ੍ਹ ਮੈਂ ਇਹਨੂੰ ਮਿਲਿਆ ਵੀ ਇੰਗਲੈਂਡ ਦੇ ਵਿੱਚ, ਅਤੇ ਉਸਨੇ ਮੈਂ ਜਦੋਂ ਉਹਨੂੰ ਮਿਲਿਆ ਮੈਂ ਤੈਨੂੰ ਉਹਦਾ ਵਾਕ ਸੁਣਾਉਣਾ, ਕਹਿੰਦੀ ਵਟ ਵਿਲ ਯੂ ਹੈਵ, ਕੌਫੀ ਟੀ ਔਰ ਮੀ, ਕੌਫੀ ਟੀ ਔਰ ਮੀ। ਮੈਂ ਕਿਹਾ ਸੀ ਤਾਂ ਕੌਫੀ ਟੀ। ਕਈ ਵਾਰੀ ਬੜੀਆਂ ਅਜੀਬ ਗੱਲਾਂ ਹੁੰਦੀਆਂ, ਇੱਕ ਆਦਮੀ ਸੀ ਉਹ 5 ਦਿਨ ਤੋਂ ਕੋਈ ਪਹਾੜੀ ਰਸਤੇ 'ਤੇ ਟੁਰਨ ਵਾਸਤੇ ਗਿਆ ਅਤੇ 5 ਦਿਨ ਉਹਨੂੰ ਨਹਾਉਣ ਦਾ ਟਾਈਮ ਹੀ ਨਾ ਮਿਲਿਆ, ਨਹਾ ਹੀ ਨਾ ਸਕਿਆ, ਅਤੇ ਉਹਦੀ ਕੋਈ ਪ੍ਰੇਮਿਕਾ ਰਹਿੰਦੀ ਸੀ ਉੱਥੇ, ਉਹਦੇ ਘਰ ਚਲਾ ਗਿਆ, ਉਹਦੇ ਘਰ ਚਲਾ ਗਿਆ ਅਤੇ ਉਸਨੇ ਪ੍ਰੇਮਿਕਾ ਨੇ ਉਹਨੂੰ ਕਿਹਾ ਕਿ ਤੂੰ ਬੈਠ ਮੈਂ ਨਹਾ ਕੇ ਆਉਂਦੀ ਹਾਂ ਫਿਰ ਮੈਂ ਚਾਹ ਬਣਾਉਂਦੀ ਤੇਰੇ ਵਾਸਤੇ। ਉਹ ਬੈਠਾ ਰਿਹਾ ਅਤੇ ਉਹ ਆ ਕੇ ਉਸਨੂੰ ਕਹਿੰਦੀ ਹੈ ਤੂੰ ਸੰਤ ਬਣ ਗਿਆ, ਮਤਲਬ ਆ ਕੇ ਉਹਨੂੰ ਕਹਿ ਰਹੀ ਹੈ ਤੂੰ ਸੰਤ ਬਣ ਗਿਆ।
ਮੈਂ ਤੂੰ ਹਿਲਿਆ ਜੁਲਿਆ ਹੀ ਨਹੀਂ ਹੈਗਾ ਵੀ ਔਰਤ ਉਸ ਆਦਮੀ ਨੂੰ ਮੂਰਖ ਸਮਝਦੀ ਹੈ ਜਿਹੜਾ ਉਹਦੇ ਇਸ਼ਾਰੇ ਦਾ ਸੰਕੇਤ ਨਾ ਸਮਝੀ ਹੈ, ਉਸਨੂੰ ਮੂਰਖ ਸਮਝਦੀ ਹੈ। ਮਤਲਬ ਉਹ ਚਾਹੁੰਦੀ ਹੈ ਕਿ ਮੇਰੇ ਜਿਹੜੇ, ਕਿਉਂਕਿ ਉਹਦੇ ਇਸ਼ਾਰੇ ਜਾਂ ਸੰਕੇਤ ਜਿਹੜੇ ਹਨ ਉਹ ਸਿੱਧੇ ਨਹੀਂ ਹੁੰਦੇ ਹੁੰਦੇ, ਉਹ ਲੁਕਵੇਂ ਹੁੰਦੇ ਹੁੰਦੇ ਨੇ। ਜਿਹੜੀ ਹੈ ਨਾ ਪੱਲਾ ਮਾਰ ਕੇ ਵਜਾ ਕੇ ਦੀਵਾ ਅਤੇ ਅੱਖ ਨਾਲ ਗੱਲ ਕਰਕੇ, ਇਹ ਗੁੱਝਾ ਸੰਕੇਤ ਲੱਗੇ। ਪੱਲਾ ਮਾਰ ਕੇ ਦੀਵਾ ਵਜਾਉਣਾ ਅਤੇ ਅੱਖ ਨਾਲ ਗੱਲ ਕਰਨੀ, ਕਹਿਣ ਤੋਂ ਭਾਵ ਹੈਗਾ ਕਿ ਔਰਤ ਦੇ ਵਿੱਚ ਗੁੱਝਾਪਣ ਹੈ, ਰਹੱਸ ਹੈ, ਉਸ ਰਹੱਸ ਨੂੰ ਸਮਝਣਾ, ਮਤਲਬ ਜਿਹੜਾ ਸਮਝ ਦੇਵੇ ਉਸਦੇ ਰਹੱਸ ਨੂੰ, ਉਹ ਸਧਾਰਨ ਬੰਦੇ ਤੋਂ ਕਵੀ ਬਣ ਜਾਂਦਾ ਹੈ, ਲੇਖਕ ਬਣ ਜਾਂਦਾ ਹੈ। ਇੱਕ ਡਾਇਰੈਕਟਰ ਸੀ ਫਿਲਮਾਂ ਦਾ, ਉਸਨੂੰ ਇੱਕ ਲੜਕੀ ਚੰਗੀ ਲੱਗੀ, ਉਹਨੇ ਉਸ ਨਾਲ ਵਿਆਹ ਕਰਾਉਣ ਦਾ ਫੈਸਲਾ ਕੀਤਾ, ਪਰੰਤੂ ਉਹ ਇੱਕ ਸਧਾਰਨ ਲੜਕੀ ਸੀ। ਉਹ ਡਾਇਰੈਕਟਰ ਬੜਾ ਮਸ਼ਹੂਰ ਸੀ, ਪਹਿਲਾਂ ਉਸਨੇ ਉਸ ਨੂੰ ਹੀਰੋਇਨ ਲੈ ਕੇ 5 ਫਿਲਮਾਂ ਬਣਾਈਆਂ, ਉਸਨੂੰ ਦੁਨੀਆਂ ਦੇ ਵਿੱਚ ਪ੍ਰਸਿੱਧ ਕੀਤਾ, ਫਿਰ ਉਹ ਨਾ ਗਿਆ। ਸੋ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਪਿਆਰ ਦੇ ਬਾਰੇ ਇਉਂ ਹੈ ਕਿ ਇੱਕ ਤਾਂ ਮੈਂ ਵਿਮੈਨ ਸਾਈਕੋਲੋਜੀ ਬਾਰੇ ਕਿਤਾਬਾਂ ਵਗੈਰਾ ਜਿਹੜੀਆਂ ਸਰ, ਮੇਰਾ ਬੇਸਿਕ ਜਦੋਂ ਮੈਂ ਐਮ ਏ ਫਿਲੋਸਫੀ ਕੀਤੀ ਨਾ, ਉਸ ਵੇਲੇ ਸਾਈਕੋਲੋਜੀ ਦਾ ਵੱਖਰਾ ਸਬਜੈਕਟ ਨਹੀਂ ਸੀ ਹੁੰਦਾ, ਉਸ ਵੇਲੇ ਸਾਈਕੋਲੋਜੀ ਫਿਲੋਸਫੀ ਦਾ ਹੀ ਹਿੱਸਾ ਸੀ, ਮਤਲਬ ਫਿਲੋਸਫੀ ਦੇ ਵਿੱਚ ਹੀ ਸਾਈਕੋਲੋਜੀ ਪੜ੍ਹਾਈ ਜਾਂਦੀ ਸੀ। ਅਤੇ ਮੇਰੇ ਫਿਲੋਸਫੀ ਕਰਨ ਦੇ ਪਿੱਛੇ ਵੀ ਜਿਹੜਾ ਸੀ ਕਾਰਨ, ਉਹ ਇਹ ਸੀ ਕਿ ਮੈਂ ਨਾਭੇ ਲੱਗਿਆ ਹੋਇਆ ਸੀ ਅਤੇ ਉੱਥੇ ਮੈਂ ਇੱਕ ਕਿਤਾਬ ਕਢਵਾਈ, ਉਹ ਕਿਤਾਬ ਮੈਨੂੰ ਬੜੀ ਅੱਛੀ ਲੱਗੀ। ਮੈਂ ਜ਼ਿੰਦਗੀ 'ਚ ਇੱਕੋ ਕਿਤਾਬ ਚੋਰੀ ਕੀਤੀ ਹੈ ਲਾਇਬ੍ਰੇਰੀ 'ਚੋਂ, ਉਹ ਸੀ। ਬਾਅਦ ਵਿੱਚ ਮੈਂ ਦੇਖਿਆ ਕਿ ਉਹ ਕਿਤਾਬ ਜਿਹੜੀ ਸੀ ਐਮ ਏ ਫਿਲੋਸਫੀ ਦੇ ਵਿੱਚ ਲੱਗੀ ਹੋਈ ਸੀ, ਅਤੇ ਲੱਗੀ ਹੋਈ ਸੀ। ਮੈਂ ਇਸ ਕਰਕੇ ਐਮ ਏ ਫਿਲੋਸਫੀ ਪਹਿਲਾਂ ਤਾਂ ਖਿਆਲ ਛੱਡ ਦਿੱਤਾ ਸੀ, ਫਿਰ ਕਰਨ ਦਾ ਫੈਸਲਾ ਕੀਤਾ ਵੀ ਜੇਕਰ ਇਹ ਕਿਤਾਬ ਲੱਗੀ ਹੋਈ ਹੈ ਤਾਂ ਬਾਕੀ ਕਿਤਾਬਾਂ ਵੀ ਇਹੋ ਜਿਹੀਆਂ ਹੀ ਹੋਣਗੀਆਂ। ਮੈਂ ਸੱਚ ਦੱਸਾਂ, ਮੈਂ ਇੰਜੋਏ ਤਾਂ ਐਮ ਏ ਫਿਲੋਸਫੀ ਕਰਨ ਵੇਲੇ ਕੀਤਾ, ਉਸ ਦੇ ਨਾਲ ਜਿਹੜਾ ਸੀ ਇੱਕ ਬਹੁਤ ਵੱਖਰੀ ਕਿਸਮ ਦਾ ਅਨੁਭਵ ਜਿਹੜਾ ਸੀ ਉਹ ਹੋਇਆ। ਸੋ ਉਸ ਦ੍ਰਿਸ਼ਟੀ ਦੇ ਵਿੱਚ ਕੀ ਵਾਪਰਦਾ ਹੈ, ਬੰਦੇ ਦੀ ਨੀਅਤ ਠੀਕ ਹੋਣੀ ਚਾਹੀਦੀ ਭਾਵੇਂ ਕਤਲ ਕਰ ਦੇਵੇ, ਨੀਅਤ ਠੀਕ ਹੋਣੀ ਚਾਹੀਦੀ। ਸੋ ਨੀਅਤ ਠੀਕ ਹੋਵੇ ਤਾਂ ਸਭ ਕੁਝ ਠੀਕ ਚੱਲਦਾ। ਸੋ ਪਿਆਰ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਹਰ ਕਿਸੇ ਨੂੰ ਆਪਣਾ ਅਤੀਤ ਯਾਦ ਕਰਵਾਉਂਦੀਆਂ। ਕੋਈ ਜ਼ਮਾਨਾ ਸੀ, ਮੈਂ ਸੰਗਰੂਰ ਰਹਿੰਦਾ ਸੀ ਅਤੇ ਉੱਥੇ ਜਿੱਥੇ ਰਹਿੰਦਾ ਸੀ ਉੱਥੇ ਇੱਕ ਅਮਰਜੀਤ ਨਾਂ ਦੀ ਲੜਕੀ ਸੀ, ਇਕੱਲਾ ਸੀ ਮੈਂ। ਉਹ ਕਦੇ ਕਦੇ ਕੋਈ ਸਬਜ਼ੀ ਦੀ, ਕੋਈ ਦਾਲ ਦੀ, ਕਿਸੇ ਚੀਜ਼ ਦੀ ਕੌਲੀ ਭੇਜ ਦਿੰਦੀ ਹੁੰਦੀ ਸੀ। ਮੈਂ ਕਦੇ ਉਹਨੂੰ ਮਿਲਿਆ ਨਹੀਂ ਸੀ, ਨੇੜਿਓਂ ਵੇਖਿਆ ਵੀ ਨਹੀਂ ਸੀ। ਇੱਕ ਵਾਰੀ ਉਹਨੇ ਮੈਨੂੰ ਸੁਨੇਹਾ ਦਿੱਤਾ ਵੀ ਤੂੰ ਉੱਧਰ ਆਏ, ਖੇਪ ਸੀ ਸਾਹਮਣੇ, ਮੂਰਖਤਾ ਸੀ ਮੇਰੀ, ਮੈਂ ਚੱਲ ਪਿਆ। ਹਰ ਬੰਦਾ ਇਹੋ ਜਿਹੀ ਮੂਰਖਤਾ ਕਰਦਾ, ਕਿਸੇ ਨੇ ਸਾਨੂੰ ਦੇਖ ਲਿਆ, ਰੌਲਾ ਪੈ ਗਿਆ, ਸਾਰੇ ਡਾਂਗਾਂ ਸੋਟੇ ਲੈ ਕੇ ਆ ਗਏ। ਮੈਂ ਚਿੱਟੀ ਕਮੀਜ਼ ਪਾਈ ਹੋਈ ਸੀ, ਚਿੱਟੀ ਬੁਸ਼ਰਟ ਪਾਈ ਸੀ ਮੈਂ ਜਾ ਕੇ। ਉਹਨੇ ਮੈਨੂੰ, ਲੜਕੀ ਨੇ ਕਿਹਾ ਕਿ ਤੂੰ ਭੱਜ ਜਾ। ਅੱਛਾ, ਮੈਂ ਆਪਣੇ ਉੱਥੇ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਮੈਂ ਚਿੱਟੀ ਬੁਸ਼ਰਟ ਬਦਲੀ, ਚਿੱਟੀ ਬੁਸ਼ਰਟ ਬਦਲ ਕੇ ਰੰਗਦਾਰ ਬੁਸ਼ਰਟ ਪਾਈ ਅਤੇ ਮੈਂ ਵੀ ਉਹਨਾਂ ਦੇ ਵਿੱਚ ਰਲ ਗਿਆ। ਮਾਰੋ ਮਾਰੋ ਵੈਸੇ ਹਰਾਮਜ਼ਾਦੇ। ਉਸ ਤੋਂ ਬਾਅਦ ਮੈਂ 30 ਸਾਲ ਚਿੱਟੀ ਕਮੀਜ਼ ਦਾ ਬੁਸ਼ਰਟ ਨਹੀਂ ਪਾਇਆ, 30 ਸਾਲ।
ਇਹੋ ਜਿਹਾ ਹੈ। ਇਸ ਕਿਸਮ ਦੀਆਂ ਗਲਤੀਆਂ ਜਿਹੜੀਆਂ ਹਨ ਉਹ ਹਰ ਕੋਈ ਕਰਦਾ। ਲਾਸਟ ਕੁਐਸਚਨ, ਪਿਆਰ ਕਈਆਂ ਨਾਲ ਹੋਇਆ ਪਰ ਸਾਰੀਆਂ ਹੀ ਚਲਾਕ ਸੀ। ਜਿਸ ਨਾਲ ਮੈਨੂੰ ਪਿਆਰ ਹੋਇਆ, ਪਹਿਲਾ ਪਿਆਰ ਹੋਇਆ, ਉਹ ਕਿਸੇ ਹੋਰ ਨੂੰ ਪਿਆਰ ਕਰਦੀ ਸੀ, ਕਰਦੇ ਨਹੀਂ ਸੀ, ਮਤਲਬ ਕਿ ਉਹ ਫੈਮਿਲੀ ਕੋਈ ਬਹੁਤੀ ਆਮਦਨ ਨਹੀਂ ਸੀ, ਉਹਨਾਂ ਦੇ ਘਰ ਕੋਈ ਆਉਣ ਲੱਗ ਪਿਆ, ਰਹਿਣ ਲੱਗ ਪਿਆ। ਉਹ ਫੌਜ ਦੇ ਵਿੱਚ ਹਵਾਲਦਾਰ ਸੀ, ਵਿਆਹ ਹੋਇਆ ਸੀ। ਉਹ ਉਸ ਲੜਕੀ ਦੇ ਕਾਲਜ ਦੇ ਵਿੱਚ NCC ਦਾ ਇੰਚਾਰਜ ਸੀ। ਉਹ ਉਸਨੂੰ ਸਿਲੈਕਟ ਕਰਕੇ ਦਿੱਲੀ ਲੈ ਗਿਆ ਪਰੇਡ ਦੇ ਵਿੱਚ, ਇੰਡੀਪੈਂਡੈਂਸ ਡੇ ਦੀ, ਰਿਪਬਲਿਕ ਡੇ ਦੀ ਪਰੇਡ ਦੇ ਵਿੱਚ ਲੈ ਗਿਆ, ਵਗੈਰਾ ਵਗੈਰਾ ਵਗੈਰਾ। ਉਦਾਸੀ ਜਿਹੜੀ ਹੈ ਨਾ, ਜੇ ਤੁਹਾਨੂੰ ਉਦਾਸ ਹੋਣਾ ਨਹੀਂ ਆਉਂਦਾ ਤੁਸੀਂ ਲੇਖਕ ਨਹੀਂ ਬਣ ਸਕਦੇ। ਉਦਾਸੀ ਜਿਹੜੀ ਹੈ ਬਹੁਤ ਜ਼ਰੂਰੀ ਹੈ, ਇਹ ਅਨੁਭਵ ਦੇ ਵਿੱਚ ਸ਼ਿੱਦਤ ਪੜਦੀ ਹੈ, ਉਸਨੂੰ ਡੂੰਘਾ ਕਰ ਦਿੰਦੀ ਹੈ, ਤੁਹਾਡੀ ਚੁੱਪ ਵੀ ਡੂੰਘੀ ਹੋ ਜਾਂਦੀ ਹੈ, ਮਤਲਬ ਤੁਸੀਂ ਗਹਿਰੇ ਉਤਰ ਜਾਂਦੇ ਹੋ। ਉਸ ਵੇਲੇ ਫਿਰ ਮੈਂ ਉਸ ਗੱਲ ਨੂੰ ਭੁੱਲਣ ਵਾਸਤੇ MA ਫਿਲੋਸਫੀ ਦੇ ਡੂੰਘੇ ਪਾਣੀਆਂ ਦੇ ਵਿੱਚ ਉਤਰੇ। ਸੰਗਰੂਰ ਦੇ ਕਾਲਜ ਦੇ ਵਿੱਚ ਫਿਲੋਸਫੀ ਦਾ ਸਬਜੈਕਟ ਸੀ, ਹੈ ਤਾਂ ਅੰਡਰ ਗ੍ਰੈਜੂਏਟ ਲੈਵਲ 'ਤੇ ਸੀ, ਪਰੰਤੂ ਕਿਤਾਬਾਂ ਸੀ ਉੱਥੇ। ਸੰਗਰੂਰ ਮੈਂ 4 ਸਾਲ ਰਿਹਾ, ਉਹਨਾਂ 4 ਸਾਲਾਂ ਦੇ ਵਿੱਚ ਇਤਨਾ ਕੁਝ ਪੜ੍ਹਿਆ ਉੱਥੇ, 2 MA ਕੀਤੀਆਂ ਰਹਿੰਦੇ ਹੋਏ ਵਗੈਰਾ ਵਗੈਰਾ, ਉਸ ਨਾਲ ਮੇਰੇ ਲਿਖਣ ਦਾ ਬੇਸ ਜਿਹੜਾ ਸੀ ਉਹ ਬਣ ਗਿਆ। ਲਿਖਣਾ ਵੀ ਕਿਵੇਂ ਸ਼ੁਰੂ ਹੋਇਆ, ਮੈਂ ਤਾਂ 11 ਵਜੇ ਵਿਹਲਾ ਹੋ ਜਾਂਦਾ ਸੀ, 11:30 ਵਜੇ ਤੱਕ ਚਾਹ ਵਗੈਰਾ ਪੀਂਦੇ ਸੀ, ਉਹ 11:30 ਵਜੇ ਮੈਂ ਵਿਹਲਾ ਹੋ ਜਾਂਦਾ ਸੀ। ਮੇਰੀ ਵਾਈਫ ਜਿਹੜੀ ਸੀ ਉਹ ਅੰਗਰੇਜ਼ੀ ਡਿਪਾਰਟਮੈਂਟ ਦੇ ਵਿੱਚ ਪ੍ਰੋਫੈਸਰ ਸੀ, ਉਹ ਅਗਲੇ ਦਿਨ ਦੀ ਤਿਆਰੀ ਆਪਣੇ ਇੱਥੇ ਹੁੰਦਿਆਂ ਹੀ ਕਰ ਲੈਂਦੀ ਸੀ ਅਗਲੇ ਦਿਨ ਦੀ, ਕਿਉਂਕਿ ਘਰ ਬੱਚੇ ਸੀ, ਘਰ ਦੇ ਕੰਮ ਸੀ। ਅਤੇ ਜਾਂਦੇ ਅਸੀਂ 4 ਵਜੇ ਸੀ, 4 ਵਜੇ 5 ਵਜੇ ਉਹ ਟਾਈਮ ਜਿਹੜਾ ਸੀ ਮੇਰੇ ਕੋਲ, ਮੈਂ ਲਾਇਬ੍ਰੇਰੀ ਚਲਾ ਜਾਂਦਾ ਸੀ। ਲਾਇਬ੍ਰੇਰੀ ਸਾਡੀ ਬਹੁਤ ਵਧੀਆ ਹੈਗੀ ਹੈ, ਜੇਕਰ ਫਾਇਦਾ ਉਠਾਉਣਾ ਹੋਵੇ ਤਾਂ। ਉੱਥੇ ਐਨਸਾਈਕਲੋਪੀਡੀਆ ਮਿਲ ਗਿਆ ਮੈਨੂੰ ਸਾਈਕੋਲੋਜੀ ਦਾ, ਜਿਹੜਾ ਕਈ ਵਾਲੀਅਮਸ ਦੇ ਵਿੱਚ ਸੀ, ਹੋਰ ਵੀ ਸੀ। ਲਾਇਬ੍ਰੇਰੀ ਨੂੰ ਵਰਤਣ ਦੀ ਸਾਰਿਆਂ ਨੂੰ ਆਦਤ ਨਹੀਂ ਹੁੰਦੀ ਹੁੰਦੀ ਹੈ, ਜਾਂਚ ਵੀ ਨਹੀਂ ਹੁੰਦੀ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਬਹੁਤ ਸਾਰੇ ਲੋਕ ਕਿਤਾਬ ਦੀ ਇੰਟਰੋਡਕਸ਼ਨ ਨਹੀਂ ਪੜ੍ਹਦੇ, ਕਿਤਾਬ ਪੜ੍ਹ ਲੈਂਦੇ ਆ, ਇੰਟਰੋਡਕਸ਼ਨ ਨਹੀਂ ਪੜ੍ਹਦੇ। ਇੰਟਰੋਡਕਸ਼ਨ ਤੁਸੀਂ ਪੜ੍ਹ ਲਓ, ਤੁਹਾਡਾ ਬਹੁਤ ਸਾਰਾ ਟਾਈਮ ਬਚ ਜਾਂਦਾ, ਕਿਉਂਕਿ ਉਸ ਇੰਟਰੋਡਕਸ਼ਨ ਤੋਂ ਪਤਾ ਲੱਗ ਜਾਏਗਾ ਵੀ ਇਸ ਕਿਤਾਬ ਹੈ ਕੀ, ਤੁਹਾਡੇ ਮਤਲਬ ਦਾ ਕੀ ਹੈ, ਤੁਸੀਂ ਕੀ ਇਹਦੇ ਵਿੱਚੋਂ ਪ੍ਰਾਪਤ ਕਰ ਸਕਦੇ ਹੋ, ਕਿਹੜਾ ਪੋਰਸ਼ਨ ਪੜ੍ਹਨ ਦੀ ਲੋੜ ਹੈ, ਕਿਹੜਾ ਚੈਪਟਰ ਪੜ੍ਹਨ ਦੀ ਲੋੜ ਹੈ, ਵਗੈਰਾ ਵਗੈਰਾ, ਇਹ ਸਾਰਾ ਕੁਝ ਉਹਦੇ 'ਚੋਂ ਪਤਾ ਲੱਗ ਜਾਂਦਾ ਹੈਗਾ।
ਉਸ ਵੇਲੇ ਫਿਰ ਮੈਂ ਲਿਖਣਾ ਸ਼ੁਰੂ ਕੀਤਾ। ਉਹਨਾਂ ਦਿਨਾਂ ਵਿੱਚ ਹੀ ਟ੍ਰਿਬਿਊਨ ਸ਼ੁਰੂ ਹੋਇਆ ਸੀ, ਪੰਜਾਬੀ ਟ੍ਰਿਬਿਊਨ, ਇਹਨਾਂ ਨੂੰ ਭੇਜਦਾ ਸੀ, ਛਾਪ ਦਿੰਦੇ ਸੀ, ਛਪਣ ਲੱਗ ਪਿਆ, ਲੋਕਾਂ ਦਾ ਰਿਸਪੋਂਸ ਚੰਗਾ ਆਇਆ। ਅੱਛਾ, ਫਿਰ ਮੈਂ ਪੰਜ ਏਮ ਰੱਖੇ ਸੀ ਲਿਖਣ ਵੇਲੇ ਆਪਣੇ ਸਾਹਮਣੇ, ਸੁਚੇਤ ਢੰਗ ਦੇ ਨਾਲ ਮੈਂ ਲਿਖਣਾ ਸ਼ੁਰੂ ਕੀਤਾ ਸੀ। ਚੀਨ ਦੇ ਵਿੱਚ 40 ਸਾਲ ਦੀ ਉਮਰ ਤੋਂ ਪਹਿਲਾਂ ਕਿਤਾਬ ਛਾਪਣ ਦੀ ਆਗਿਆ ਨਹੀਂ ਸੀ ਹੁੰਦੀ ਕਿਸੇ ਵੇਲੇ। ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਉਸ ਵੇਲੇ ਮੈਂ ਤਕਰੀਬਨ 38 ਸਾਲਾਂ ਦਾ ਸੀ। 34 ਸਾਲਾਂ ਦੀ ਉਮਰ ਤੱਕ ਮੈਂ ਇਮਤਿਹਾਨ ਹੀ ਦਿੰਦਾ ਰਿਹਾ। ਐਵੇਂ ਇੰਗਲਿਸ਼ ਕੀਤੀ, ਫਿਲੋਸਫੀ ਕੀਤੀ, ਪੰਜਾਬੀ ਕੀਤੀ, ਜਰਨਲਿਜ਼ਮ ਕੀਤੀ, ਫ੍ਰੈਂਚ ਦਾ ਡਿਪਲੋਮਾ ਕੀਤਾ, LLB ਕੀਤੀ, PhD ਕੀਤੀ। ਅਤੇ ਮੇਰੀ ਵਾਈਫ ਨੇ ਰੋਕਿਆ ਮੈਨੂੰ। ਮੈਂ ਫਰਾਂਸ ਜਦੋਂ ਜਾਣਾ ਸੀ ਤਾਂ ਮੈਂ ਐਮਬੈਸੀ ਦੇ ਵਿੱਚ ਗਿਆ ਲੈਣ ਵੀਜ਼ਾ, ਅਤੇ ਜਿਹੜੇ ਫ੍ਰੈਂਚ ਹੈ ਨਾ ਬੜੇ ਆਕੜ ਖਾਣ ਹੈਗੇ, ਹੈਂਕੜਵਾਸ, ਉਹ ਹਾਲੇ ਹੌਲੀ ਹੌਲੀ ਜਲਦੀ ਜਲਦੀ ਕਿਸੇ ਨੂੰ ਵੀਜ਼ਾ ਵੀ ਨਹੀਂ ਦਿੰਦੇ। ਅਤੇ ਉਹਨੇ ਮੈਨੂੰ ਪੁੱਛਿਆ ਵੀ ਵਾਈ ਡੂ ਯੂ ਵਾਂਟ ਟੂ ਗੋ ਦੇਅਰ, ਮੈਂ ਕਿਹਾ ਆਈ ਵਾਂਟ ਟੂ ਸੀ ਫਰਾਂਸ, ਅਤੇ ਆਈ ਲਵ ਫਰਾਂਸ, ਕਹਿੰਦਾ ਵਟ ਦੀ ਪਰੂਫ, ਮੈਂ ਉਹ ਫ੍ਰੈਂਚ ਦਾ ਡਿਪਲੋਮਾ ਵੀ ਲਾ ਕੀਤਾ ਸੀ, ਉਹਦੇ ਅੱਗੇ ਖਰਚ ਤੋਂ ਮੈਂ ਬੋਲਣਾ ਸੀ। ਮਤਲਬ ਕਿਸੇ ਵੇਲੇ ਵੀ ਕੀਤਾ ਹੋਇਆ ਕੁਝ ਜਿਹੜਾ ਨਾ ਕਿਸੇ ਵੇਲੇ ਕੰਮ ਆ ਜਾਂਦਾ ਹੈ, ਕਿਉਂਕਿ ਮੈਂ ਲਾ ਕੀਤੀ ਹੋਈ ਹੈ। ਜਦੋਂ ਕੋਈ ਝਗੜਾ ਹੁੰਦਾ ਉਸ ਵੇਲੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਲਾ ਕੀਤੀ ਹੋਈ ਹੈ, ਫਿਰ ਜਿਹੜੀ ਮੈਂ ਗੱਲ ਕਹਿੰਦਾ ਉਹ ਮੰਨ ਲੈਂਦੀ ਮੰਨ ਲੈਂਦੀ। ਉਹ ਮੈਂ ਲਿਖਣਾ ਸ਼ੁਰੂ ਕੀਤਾ, ਛਪਣ ਲੱਗ ਪਿਆ। ਫਿਰ ਮੈਂ ਪੰਜ ਏਮ ਰੱਖੇ ਸਾਹਮਣੇ। ਇੱਕ ਤਾਂ ਏਮ ਇਹ ਸੀ ਕਿ ਮੈਂ ਉਹਨਾਂ ਵਿਸ਼ਿਆਂ 'ਤੇ ਲਿਖਾਂਗਾ ਜਿਹਨਾਂ ਵਿਸ਼ਿਆਂ 'ਤੇ ਪਹਿਲਾਂ ਲਿਖਿਆ ਹੋਇਆ ਨਹੀਂ ਮਿਲਦਾ। ਦੂਜਾ ਏਮ ਇਹ ਸੀ ਕਿ ਮੈਂ ਪਹਿਲੇ ਹੀ ਵਾਕ ਤੋਂ ਸ਼ੁਰੂ ਕਰਾਂਗਾ। ਬਹੁਤ ਸਾਰੇ ਲੇਖ ਮੈਂ ਇਸ ਕਰਕੇ ਲਿਖੇ ਕਿਉਂਕਿ ਮੈਨੂੰ ਪਹਿਲਾ ਵਾਕ ਮਿਲ ਜਾਂਦਾ ਸੀ। ਹੁਣ ਮਿਸਾਲ ਦੇ ਤੌਰ 'ਤੇ ਮੌਤ ਉੱਤੇ ਜਿਹੜਾ ਲੇਖ ਹੈ ਉਹਦਾ ਪਹਿਲਾ ਵਾਕ ਹੈ, ਅਸੀਂ ਮੌਤ ਤੋਂ ਨਹੀਂ ਡਰਦੇ, ਅਸੀਂ ਮਰਨ ਤੋਂ ਡਰਦੇ ਹਾਂ। ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ, ਮੈਨੂੰ ਜਿਹਨੂੰ ਕਹਿੰਦੇ ਨਾ ਉਹ ਅਧਰੰਗ ਤੋਂ ਡਰ ਲੱਗਦਾ। ਤੁਹਾਡੇ ਮੇਰਾ ਦਿਲ ਕਰਦਾ ਕਿ ਮੈਂ ਅਚਾਨਕ ਮਰ ਜਾਵਾਂ, ਉਹ ਮੈਨੂੰ ਚੰਗਾ ਲੱਗਦਾ। ਪਹਿਲੇ ਵਾਕ ਤੋਂ ਹੀ ਸ਼ੁਰੂ ਕਰਾਂਗਾ। ਦੂਜਾ ਤੀਜੀ ਗੱਲ ਇਹ ਸੀ ਕਿ ਸੌਖੀ ਪੰਜਾਬੀ ਵਿੱਚ ਲਿਖਾਂਗਾ। ਅਸਲੀਅਤ ਇਹ ਹੈ ਕਿ ਮੈਨੂੰ ਪੰਜਾਬੀ ਡਿਪਾਰਟਮੈਂਟ ਵਿੱਚ ਹੋਣ ਦੇ ਬਾਵਜੂਦ ਪੰਜਾਬੀ ਕ੍ਰਿਟਿਸਿਜ਼ਮ ਦਾ ਮੁਹਾਵਰਾ ਸਮਝ ਹੀ ਨਹੀਂ ਆਇਆ, ਮੇਰੀ ਪਕੜ ਵਿੱਚ ਨਹੀਂ ਆਇਆ। ਮੈਂ ਅੰਗਰੇਜ਼ੀ ਵਿੱਚੋਂ ਆਇਆ ਸੀ, ਅੰਗਰੇਜ਼ੀ ਹੁਣ ਵੀ ਮੇਰੀ ਪਹਿਲੀ ਲੈਂਗੁਏਜ ਹੈ, ਆਈ ਫੀਲ ਵੈਰੀ ਕੰਫਰਟੇਬਲ ਇਨ ਰਾਈਟਿੰਗ ਇਨ ਇੰਗਲਿਸ਼, ਪਰ ਸਿੱਖਾਂ ਨਾਲ ਵਾਹ ਪਿਆ ਸੀ। ਭਾਈ ਵੀਰ ਸਿੰਘ ਦਾ ਨਾਵਲ ਜਿਹੜਾ ਹੈ ਬਾਬਾ ਨੌ ਸਿੰਘ, ਉਹ ਮੈਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕੀਤਾ, ਦਿੱਲੀ ਵਾਲਿਆਂ ਨੇ, ਭਾਈ ਵੀਰ ਸਿੰਘ ਸਦਨ ਵਾਲਿਆਂ ਨੇ ਮੇਰੇ ਤੋਂ ਕਰਵਾਇਆ। ਗੁਰਬਚਨ ਸਿੰਘ ਤਾਲਬ ਨੂੰ ਦਿੱਤਾ, ਉਹਨਾਂ ਨੇ ਟਾਈਮ ਨਹੀਂ ਸੀ ਜਾਂ ਕੁਛ ਨਹੀਂ ਸੀ, ਉਹਨਾਂ ਦੀ ਨੂੰਹ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਉਹਨੂੰ ਦੇ ਕੇ ਦੇਖ ਲਓ, ਉਹਦਾ ਕੀਤਾ ਹੋਇਆ ਜੇ ਤੁਹਾਨੂੰ ਪਸੰਦ ਆਵੇ ਤਾਂ ਉਹ ਕਰ ਦੇਗਾ। ਮੈਂ ਕੀਤਾ, 10-20 ਪੇਜ ਉਹਨਾਂ ਨੂੰ ਦਿੱਤੇ, ਉਹਨਾਂ ਨੂੰ ਪਸੰਦ ਆ ਗਿਆ, ਮੈਂ ਕਰ ਦਿੱਤਾ। ਉਹ ਮੈਂ ਜਦੋਂ ਕੀਤਾ, ਜਦੋਂ ਛਪਿਆ ਉਹ ਤਾਂ ਉਹਦੀ ਭੂਮਿਕਾ ਦੇ ਵਿੱਚ ਤਾਂ ਮੇਰਾ ਨਾਂ ਸੀ, ਪਰੰਤੂ ਟ੍ਰਾਂਸਲੇਟ ਕਰਨ ਵਾਲੇ ਦਾ ਨਾਂ ਜਿਹੜਾ ਸੀ, ਉੱਥੇ ਦਾ ਕੋਈ ਕਾਲਜ ਸੀ, ਖਾਲਸਾ ਕਾਲਜ, ਉਸਦੇ ਪ੍ਰਿੰਸੀਪਲ ਨੇ ਆਪਣਾ ਮੈਂ ਇਹ ਸਿੱਖ ਇਵੇਂ ਕਰਦੇ ਆ, ਸਿੱਖ ਜਿਹੜੇ ਹੈ ਇਹ ਇਵੇਂ ਕਰਦੇ ਆ। ਸਿੱਖਾਂ ਬਾਰੇ ਮੇਰੀ ਰਾਏ ਬੜੀ ਮਾੜੀ ਹੈ। ਤੀਜੀ ਗੱਲ, ਜਦੋਂ ਮੈਨੂੰ ਕੋਈ ਗੱਲ ਕਹਿਣੀ
ਔਖੀ ਲੱਗਦੀ ਹੈ ਤਾਂ ਉਸ ਵੇਲੇ ਮੈਂ ਸੋਚਣਾ ਕਿ ਇਹ ਮੇਰਾ ਵਾਕ ਮੇਰੀ ਮਾਂ ਨੂੰ ਸਮਝ ਆ ਜਾਏਗਾ। ਮੇਰੀ ਮਾਂ ਉਸ ਜ਼ਮਾਨੇ ਦੀ ਪੰਜਵੀਂ ਪਾਸ ਸੀ ਜਦੋਂ ਤੀਜੀ ਪਾਸ ਲੜਕੀ ਦਾ ਵਿਆਹ ਤਹਿਸੀਲਦਾਰ ਨਾਲ ਹੋ ਜਾਂਦਾ ਸੀ। ਵੀ ਮੇਰੀ ਮਾਂ ਨੂੰ ਸਮਝ ਆ ਜਾਏਗਾ ਕਿਉਂਕਿ ਮੇਰੀ ਮਾਂ ਮੇਰਾ ਲੇਖ ਪੜ੍ਹਦੀ ਸੀ ਅਤੇ ਮੈਂ ਉਹਦੀ ਰਾਏ ਦੀ ਕਦਰ ਕਰਦਾ ਸੀ। ਅਤੇ ਚੌਥੀ ਗੱਲ ਇਹ ਸੀ ਕਿ ਕੋਈ ਪ੍ਰੋਗਰਾਮ ਨਹੀਂ ਕਰਵਾਵਾਂਗਾ, ਕਿਸੇ ਜਗ੍ਹਾ 'ਤੇ ਕਿਤਾਬ ਦੀ ਕੁੰਡ ਚੁਕਾਈ ਨਹੀਂ ਕਰਵਾਵਾਂਗਾ, ਕਿਸੇ ਜਗ੍ਹਾ 'ਤੇ ਵਿਮੋਚਨ ਨਹੀਂ ਕਰਵਾਵਾਂਗਾ, ਕਿਸੇ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਵਾਂਗਾ ਜਿਹੜਾ ਮੇਰੇ ਆਪ ਨੇ ਬਣਿਆ ਹੋਇਆ। ਅਤੇ ਉਸ ਤੋਂ ਅਗਲੇ ਸੀ ਕਿਸੇ ਕਿਤਾਬ 'ਤੇ ਆਪਣੀ ਫੋਟੋ ਨਹੀਂ ਛਾਪਾਂਗਾ। ਫੋਟੋ ਜਿਹੜੀ ਹੈ ਉਹ ਇੱਕ ਸੈਲਫ ਐਡਵਰਟਾਈਜ਼ਿੰਗ, ਸੈਲਫ ਗਲੋਰੀਫਿਕੇਸ਼ਨ ਜਿਹੜੀ ਹੈ ਉਹ ਹੈਗੀ ਹੈ। ਅਤੇ ਇੱਕ ਇਹ ਵੀ ਸੀ ਕਿ ਕਿਸੇ ਤੋਂ ਭੂਮਿਕਾ ਨਹੀਂ ਲਿਖਵਾਉਂਗਾ, ਆਪ ਲਿਖਾਂਗਾ ਵੀ ਬਈ ਮੈਂ ਇਹਦੇ ਵਿੱਚ ਕੀ ਕਿਹਾ ਹੈ। ਸੋ ਇਹਨਾਂ ਗੱਲਾਂ ਦੇ ਨਾਲ ਜਿਹੜਾ ਸੀ ਪਿਆਰ ਦੇ ਬਹੁਤ ਸਾਰੇ ਤਜਰਬੇ ਹੋਏ ਆ, ਬਹੁਤ ਸਾਰੇ ਅਨੁਭਵ ਹੋਏ। ਪਰ ਮੇਰਾ ਇੱਕ ਅਸੂਲ ਸੀ ਹਮੇਸ਼ਾ ਹੀ ਰਿਹਾ, ਸਾਰਿਆਂ ਦਾ ਹੋਣਾ ਚਾਹੀਦਾ, ਜੇ ਤੁਹਾਡੇ ਕਿਸੇ ਨਾਲ ਨਹੀਂ ਨਿਭੀ ਤਾਂ ਲੜਨਾ ਨਹੀਂ ਹੈ, ਬਿਟਰਨੈਸ ਨਾਲ ਜਿਹੜਾ ਹੈ ਨਾ ਉਹ ਨਹੀਂ ਰਿਸ਼ਤਾ ਖਤਮ ਕਰਨਾ ਹੈਗਾ। ਕੋਈ ਗੱਲ ਨਹੀਂ, ਉਹੀ ਗੱਲ ਹੈ ਥੋੜ੍ਹੀ ਜਿਹੀ ਬੇਇੱਜ਼ਤੀ ਬਰਦਾਸ਼ਤ ਕਰਨੀ ਸ਼ੁਰੂ ਕਰਨਾ, ਸਾਰੇ ਰਿਸ਼ਤੇ ਜਿਹੜੇ ਹਨ ਉਹ ਬੜੇ ਰਹਿਣਗੇ, ਕੋਈ ਰਿਸ਼ਤਾ ਪਰੇਸ਼ਾਨ ਨਹੀਂ ਕਰੇਗਾ। ਬਸ ਕਰੀਏ, ਕੋਈ ਹੋਰ ਗੱਲ ਪੁੱਛਣੀ ਹੈ? ਅੱਗੇ ਤੁਹਾਡੀਆਂ ਗੱਲਾਂ ਤੋਂ ਇਹ ਪ੍ਰਭਾਵ ਆਉਂਦਾ ਕਿ ਤੁਸੀਂ ਥੋੜ੍ਹੇ ਤਜਰਬਿਆਂ ਤੋਂ ਕਿਸੇ ਬਾਰੇ ਇੱਕ ਪੂਰੀ ਧਾਰਨਾ ਬਣਾ ਰਹੇ ਨੇ, ਚਾਹੇ ਸਿੱਖਾਂ ਬਾਰੇ ਆ, ਚਾਹੇ ਪੰਜਾਬੀ ਬਾਰੇ, ਪੰਜਾਬੀਆਂ ਬਾਰੇ ਆ, ਅਤੇ ਇਹ ਗੱਲ ਤੁਹਾਨੂੰ ਕਿਵੇਂ ਲੱਗਦੀ ਹੈ? ਤਜਰਬਿਆਂ ਤੋਂ ਸਾਰਿਆਂ ਬਾਰੇ ਜਿਹੜੀ ਧਾਰਨਾ ਬਣਾ ਰਹੀ ਹੈ। ਇੰਸੀਡੈਂਟਲੀ ਮੈਂ ਜਿੰਨਿਆਂ ਕੋਲ ਕੰਮ ਕੀਤਾ ਨਾ ਉਹ ਸਾਰੇ ਹੀ ਸਿੱਖ ਸੀ ਅਤੇ ਉਹਨਾਂ ਸਾਰਿਆਂ ਨੇ ਪਰੇਸ਼ਾਨ ਕੀਤਾ। ਇੱਕ ਕੱਪੜੇ ਦੀ ਦੁਕਾਨ 'ਤੇ ਮੈਂ ਕੰਮ ਕਰਦਾ ਸੀ ਅਤੇ ਮਹੀਨੇ ਬਾਅਦ ਪੈਸੇ ਦੇਣ ਦੀ ਬਜਾਏ ਉਹਨੇ ਮੈਨੂੰ ਕੁਟਾਪਾ ਚਾੜਿਆ ਕਿ ਤੂੰ ਕੱਪੜਾ ਚੋਰੀ ਕਰਕੇ ਲੈ ਗਿਆ ਸੀ। ਮਤਲਬ ਮੈਨੂੰ ਬੜੀ ਹੈਰਾਨੀ ਹੋਈ ਵੀ ਚੋਰੀ ਕੀ ਹੁੰਦੀ ਹੈ, ਵੀ ਕਿਵੇਂ ਜਿਹੜੀ ਹੈ ਉਹ ਬੜੀ ਹੈ। ਸੋ ਉਸ ਕਰਕੇ ਫਿਰ ਤੁਹਾਡੀ ਧਾਰਨਾ ਬਣ ਜਾਂਦੀ ਹੈਗੀ ਹੈ, ਧਾਰਨਾ ਦੇ ਪਿੱਛੇ ਤੁਹਾਡਾ ਨਿੱਜੀ ਅਨੁਭਵ ਹੁੰਦਾ। ਜੇਕਰ ਤੁਹਾਡਾ ਕਿਸੇ ਮੁਸਲਮਾਨ ਲੜਕੀ ਦੇ ਨਾਲ ਵਿਆਹ ਹੋਵੇ ਨਾ, ਉਹ ਮੁਸਲਮਾਨ ਲੜਕੀ ਨਹੀਂ ਹੋਏਗੀ, ਉਹ ਮੁਸਲਮਾਨ ਜਿਹੜੀ ਲੜਕੀ ਜਿਹੜੀ ਹੈ ਉਹ ਮੁਸਲਿਮ ਸੋਸਾਇਟੀ ਦੀ ਪ੍ਰਤੀਨਿਧ ਹੋਏਗੀ। ਸਰ ਮੈਂ ਇਹੀ ਕਹਿ ਰਿਹਾ ਵੀ ਇਹ ਸਹੀ ਆ ਜਾਂ ਗਲਤ ਆ ਬਣਾਉਣਾ, ਕਿਉਂਕਿ ਇਹ ਤਾਂ ਟੈਰਰਿਸਟ ਵੀ ਆਮ ਤੌਰ ਤੇ ਮੁਸਲਮਾਨ ਹੁੰਦੇ ਨੇ, ਫਿਰ ਅਸੀਂ ਸਾਰੇ ਮੁਸਲਮਾਨਾਂ ਨੂੰ ਟੈਰਰਿਸਟ ਮੰਨ ਲਈਏ? ਨਹੀਂ, ਮੈਂ ਇਸ ਗੱਲ ਦੀ ਮੈਂ ਮੁਆਫੀ ਮੰਗਦਾ ਜੇਕਰ ਤੁਹਾਨੂੰ ਇਵੇਂ ਮਹਿਸੂਸ ਹੋਇਆ ਵੀ ਮੈਂ ਸਾਰੀ ਸਿੱਖ ਕੌਮ ਨੂੰ ਕੰਡਮ ਕਰ ਰਿਹਾ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਸਿੱਖ ਵਪਾਰੀ ਜਿਹੜਾ ਹੈਗਾ ਉਹ ਇਮਾਨਦਾਰ ਨਹੀਂ ਹੈ ਅਤੇ ਸਿੱਖ ਆੜ੍ਹਤੀ, ਸਿੱਖ ਜ਼ਮੀਨਾਂ ਦੇ ਦਲਾਲ ਇਹ ਇਮਾਨਦਾਰ ਨਹੀਂ ਹਨ, ਇਮਾਨਦਾਰ ਨਹੀਂ। ਮੈਂ ਵਿਹਲਾ ਸੀ, ਕੰਮ ਲੱਭ ਰਿਹਾ ਸੀ, ਕੈਪੀਟਲ ਸਿਨੇਮਾ ਬਣ ਰਿਹਾ ਸੀ, ਉਦੋਂ ਮੈਂ ਉਹਦੇ ਕੋਲੋਂ ਲੰਘ ਰਿਹਾ ਸੀ ਅਤੇ ਮੈਂ ਅੰਦਰ ਚਲਾ ਗਿਆ, ਅੰਦਰ ਠੇਕੇਦਾਰ ਬੈਠਾ ਸੀ। ਮੈਂ ਉਸਨੂੰ ਕਿਹਾ ਮੈਂ ਦਸਵੀਂ ਪਾਸ ਹੈ, ਕੋਈ ਕੰਮ ਜਿਹੜਾ ਤੁਸੀਂ ਕਰਾਉਣਾ ਚਾਹੁੰਦੇ ਹੋ ਉਹ
ਉਹਨੇ ਮੈਨੂੰ ਮਖੌਲ ਨਾਲ ਹੀ ਕਿਹਾ, ਕਹਿੰਦਾ ਰੋੜੀ ਹੈ ਕੁੱਟਣੀ ਆ ਕੁੱਟ ਲੈ। ਮੈਂ ਜ਼ਿੰਦਗੀ ਦੇ ਵਿੱਚ ਕੰਮ ਬੜੇ ਕੀਤੇ, ਪਰੇਸ਼ਾਨੀਆਂ ਵੀ ਹੋਈਆਂ, ਪਰੰਤੂ ਭਾਵਨਾ ਹਮੇਸ਼ਾ ਇਹੀ ਰਹੀ ਕਿ ਅੱਗੇ ਦੇਖਦੇ ਹਾਂ ਕੀ ਹੁੰਦਾ। ਕਦੇ ਵੀ ਗਰੀਬੀ ਦਾ ਅਹਿਸਾਸ ਨਹੀਂ ਹੋਇਆ। ਇਹ ਤਾਂ ਅਹਿਸਾਸ ਹੋਇਆ ਕਿ ਮੇਰੇ ਕੋਲ ਪੈਸੇ ਨਹੀਂ ਹਨ, ਪਰ ਗਰੀਬੀ ਦਾ ਅਹਿਸਾਸ ਨਹੀਂ ਹੋਇਆ। ਮੈਂ ਜਿਹਨਾਂ ਥਾਵਾਂ 'ਤੇ ਵੀ ਕੰਮ ਕੀਤਾ, ਮੈਂ ਆਪਣੇ ਆਪ ਨੂੰ ਉਹਨਾਂ ਨਾਲੋਂ ਸੁਪੀਰੀਅਰ ਸਮਝ ਦੱਸ ਕੇ ਮੈਂ ਇਹਨਾਂ ਨਾਲੋਂ ਜਿਹੜਾ ਹੈ। ਮੈਂ ਉਹ ਰੋੜੀ ਕੁੱਟਣ ਲੱਗ ਪਿਆ, ਉਹ ਹਨੇਰਾ ਪਏ ਅਤੇ ਫਿਰ ਕਿਤੇ ਮਾਲਕ ਚਲਾ ਗਿਆ ਅਤੇ ਫਿਰ ਆਇਆ। ਉਹਨੇ ਮੈਨੂੰ ਦੇਖਿਆ ਕਿ ਖੁੱਟ ਰਿਹਾ। ਅਗਲੇ ਦਿਨ ਉਹਨੇ ਮੈਨੂੰ ਮੈਨੇਜਰ ਬਣਾ ਦਿੱਤਾ। ਮੈਂ ਪਹਿਲੇ ਦਿਨ ਤਾਂ ਉਹਨੇ ਕਿਹਾ ਰੋੜੀ ਕੁੱਟ ਲੈ, ਦੂਜੇ ਦਿਨ ਉਹ ਮੈਨੂੰ ਕਾਕਾ ਜੀ ਕਹਿ ਕੇ ਬੁਲਾਉਣ ਲੱਗ ਪਿਆ। ਅੱਛਾ, ਸੋ ਇਸ ਤਰ੍ਹਾਂ ਬੜਾ ਦਲੇਰ ਬੰਦਾ ਸੀ ਉਹ। ਠੇਕੇਦਾਰ ਦਲੇਰ ਹੁੰਦੇ ਹਨ। ਠੇਕੇਦਾਰ ਜਿਹੜਾ ਨਾ, ਉਹ ਘਾਟਾ ਬਰਦਾਸ਼ਤ ਕਰਨ ਦੀ ਉਹਨਾਂ ਦੇ ਵਿੱਚ ਸ਼ਕਤੀ ਹੁੰਦੀ ਹੈ, ਅਤੇ ਪਹਿਲੇ ਹਮੇਸ਼ਾ 3-4 ਘਾਟੇ ਪੈਂਦੇ ਹਨ। ਜਿਹੜਾ ਉਹਨਾਂ ਘਾਟਿਆਂ ਨੂੰ ਬਰਦਾਸ਼ਤ ਕਰ ਲਵੇ, ਉਹ ਫਿਰ ਠੀਕ ਰਸਤੇ 'ਤੇ ਪੈ ਜਾਂਦਾ ਹੈ। ਬਹੁਤੇ ਜਿਹੜੇ ਹਨ, ਉਹ ਪਹਿਲੇ ਦੂਜੇ ਠੇਕੇ ਦੇ ਵਿੱਚ ਸ਼ਰਾਬ ਪੀਣ ਲੱਗ ਪੈਂਦੇ ਹਨ। ਹਮੇਸ਼ਾ ਹੁੰਦਾ ਪਹਿਲੀ ਪੀੜ੍ਹੀ ਮਿਹਨਤ ਕਰਦੀ ਹੈ, ਦੂਜੀ ਪੀੜ੍ਹੀ ਪਿਓ ਦੇ ਨਾਲ ਰਲ ਕੇ ਮਿਹਨਤ ਕਰਦੀ ਹੈ, ਤੀਜੀ ਪੀੜ੍ਹੀ ਜਿਹੜੀ ਹੈ ਮਿਹਨਤ ਵੀ ਕਰਦੀ ਹੈ, ਇੰਜੋਏ ਵੀ ਕਰਦੀ ਹੈ, ਚੌਥੀ ਪੀੜ੍ਹੀ ਮਿਹਨਤ ਨਹੀਂ ਕਰਦੀ, ਇੰਜੋਏ ਹੀ ਕਰਦੀ ਹੈ, ਅਤੇ ਪੰਜਵੀਂ ਪੀੜ੍ਹੀ ਮਜ਼ਦੂਰੀ ਕਰਦੀ ਹੈ, ਉਹ ਮਜ਼ਦੂਰ ਬਣ ਜਾਂਦੀ ਹੈ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਧਾਰਨਾਵਾਂ ਜਿਹੜੀਆਂ ਨਾ, ਉਹ ਬਣਦੀਆਂ ਗਈਆਂ। ਮਿਸਾਲ ਦੇ ਤੌਰ 'ਤੇ ਮੇਰੀ ਸ਼ੁਰੂ ਦੇ ਵਿੱਚ ਧਾਰਨਾ ਜਿਹੜੀ ਸੀਗੀ, ਉਹ ਬੜੀ ਮਸ਼ਹੂਰ ਹੋ ਗਈ। 10 ਸਾਲ ਦਾ ਅਨਪੜ੍ਹ, 20 ਸਾਲ ਦਾ ਬਿਮਾਰ, 30 ਸਾਲ ਦਾ ਵਿਹਲਾ, 40 ਸਾਲ ਦਾ ਕੁਆਰਾ, 50 ਸਾਲ ਦਾ ਬਿਨ ਸੰਤਾਨ ਅਤੇ 60 ਸਾਲ ਦਾ ਬਿਨ ਮਕਾਨ, ਇਹ ਹਮੇਸ਼ਾ ਲੜਦੇ ਝਗੜਦੇ ਜਿਹਨੂੰ ਕਹਿੰਦੇ ਨੇ, ਇਹ ਕਦੇ ਸਹੀ ਨਹੀਂ ਹੁੰਦੇ। ਜਿਹਨੂੰ 10 ਸਾਲ ਦੀ ਉਮਰ ਤੱਕ ਪੜ੍ਹਨ ਦੀ ਆਦਤ ਨਹੀਂ ਪਈ, ਜੇ ਤੁਸੀਂ ਪਾਓਗੇ ਵੀ ਨਕਲਾਂ ਮਾਰੇਗਾ ਵਗੈਰਾ 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 ਕਰੇਗਾ, ਜਿਹੜਾ 20 ਸਾਲ ਦੀ ਉਮਰ ਵਿੱਚ ਬਿਮਾਰ ਆ ਉਹ ਤੰਦਰੁਸਤ ਕਦੋਂ ਹੋਏਗਾ? ਇਹ ਕਦੇ ਤੰਦਰੁਸਤ ਨਹੀਂ ਹੋਏਗਾ। ਜਿਹੜਾ 30 ਸਾਲ ਦੀ ਉਮਰ 'ਚ ਵਿਹਲਾ ਹੈਗਾ, ਉਹ ਕਦੇ ਕੰਮ ਨਹੀਂ ਕਰੇਗਾ, ਹਮੇਸ਼ਾ ਹੇਰਾ ਫੇਰੀਆਂ ਕਰੇਗਾ, ਕਾਰਾਂ ਸਕੂਟਰ ਚੋਰੀ ਕਰੇਗਾ, ਚੇਨੀਆਂ ਲਾਏਗਾ, ਇਹ ਕਰੇਗਾ ਉਹ ਕਰੇਗਾ। ਜਿਹਨੂੰ 30 ਸਾਲ ਦੀ ਉਮਰ ਤੱਕ ਕੰਮ ਕਰਨ ਦੀ ਆਦਤ ਨਹੀਂ ਪਈ, ਨਹੀਂ ਪਏਗੀ। ਜਿਹਦਾ 40 ਸਾਲ ਦੀ ਉਮਰ ਤੱਕ ਵਿਆਹ ਨਹੀਂ ਹੋਇਆ ਹੈ, ਉਹ ਠੀਕ ਤਰ੍ਹਾਂ ਜ਼ਿੰਦਗੀ ਨਹੀਂ ਜੀਵੇਗਾ। ਜਿਹਦੀ 50 ਸਾਲ 'ਚ ਸੰਤਾਨ ਨਹੀਂ ਹੋਈ ਹੈ, ਹੋ ਵੀ ਜਾਵੇ, ਉਹ ਪਿਤਾ ਨੂੰ ਤੰਗ ਕਰੇਗੀ, ਪਿਤਾ ਸੰਤਾਨ ਨੂੰ ਤੰਗ ਕਰੇਗਾ। ਜਿਹਦਾ 60 ਸਾਲ ਦੀ ਉਮਰ ਤੱਕ ਮਕਾਨ ਨਹੀਂ ਪਿਆ, ਉਹ ਜਾਂ ਮਕਾਨ ਦੱਬੇਗਾ ਜਾਂ ਮਾਲਕ ਮਕਾਨ ਦੇ ਨਾਲ ਝਗੜਾ ਕਰੇਗਾ। ਸੋ ਇਹ ਧਾਰਨਾਵਾਂ ਬਣਦੀਆਂ ਗਈਆਂ ਵੀ ਝਗੜੇ 4 ਕਿਸਮ ਦੇ ਹੁੰਦੇ ਆ। ਸਭ ਤੋਂ ਭੈੜਾ ਝਗੜਾ ਜਿਹੜਾ ਹੁੰਦਾ ਬੀਵੀ ਨਾਲ ਹੁੰਦਾ, ਦੂਜਾ ਭੈੜਾ ਝਗੜਾ ਜਿਹੜਾ ਹੈ ਗੁਆਂਢੀ ਨਾਲ ਹੁੰਦਾ, ਤੀਜਾ ਭੈੜਾ ਝਗੜਾ ਜਿਹੜਾ ਹੈ ਬੌਸ ਨਾਲ ਹੁੰਦਾ, ਚੌਥਾ ਭੈੜਾ ਝਗੜਾ ਜਿਹੜਾ ਹੈ ਉਹ ਭਰਾ ਜਾਂ ਭੈਣ ਦੇ ਨਾਲ ਹੁੰਦਾ। ਇਹਨਾਂ ਦੇ ਵਿੱਚ ਮਨ ਦੀ ਸ਼ਾਂਤੀ ਨਹੀਂ ਮਿਲਦੀ ਹੈ, ਇਹਨਾਂ ਦੇ ਵਿੱਚ ਕਦੀ ਵੀ ਸੁੱਖ ਨਹੀਂ ਮਿਲਦਾ। ਸੋ ਇਹ ਇਸ ਕਿਸਮ ਦੇ ਸੂਤਰ ਵਾਕ ਜਿਹੜੇ ਹਨ, ਉਹ ਅਨੁਭਵ ਦੇ ਵਿੱਚੋਂ ਨਿਕਲੇ ਹੋਣ ਕਰਕੇ, ਜੋ ਕੁਝ ਵਾਪਰਿਆ, ਬੀਤਿਆ, ਹੰਡਾਇਆ,
ਵੇਖਿਆ, ਸਮਝਿਆ, ਪੜ੍ਹਿਆ, ਉਹਦੇ ਵਿੱਚੋਂ ਇਹ ਪੈਦਾ ਹੁੰਦੇ ਹਨ। ਸੋ ਹਰ ਚੀਜ਼ ਦੇ ਪਿੱਛੇ ਕਾਰਨ ਹੁੰਦਾ। ਮਤਲਬ ਜੇ ਮੈਂ ਕਾਰਨ ਡਿਟੇਲ ਵਿੱਚ ਨਹੀਂ ਦੱਸ ਰਿਹਾ ਤਾਂ ਮਤਲਬ ਇਹ ਨਹੀਂ ਕਿ ਉਹਦੇ ਪਿੱਛੇ ਕਾਰਨ ਨਹੀਂ ਹਨ, ਕਾਰਨ ਹਨ। ਸੋ ਉਹ ਕਾਰਨ ਜਿਹੜੇ ਹਨ ਉਹ ਬਸ ਕਰੀ ਕੋਈ ਹੋਰ ਵੀ ਪਿਆਰ ਕਰਨ ਦੇ ਤੁਹਾਨੂੰ ਢੰਗ ਦੱਸਾਂ। ਪਿਆਰ ਕਰਨ ਦੇ ਢੰਗ ਹੈ, ਪਿਆਰ ਕਰਨ ਦੇ ਸਾਡੀ ਸੋਸਾਇਟੀ ਦੇ ਵਿੱਚ ਨਾ ਲੜਕੀ ਨੂੰ ਇਹ ਇੱਕ ਪ੍ਰਿਵਿਲੇਜ ਹੈ ਕਿ ਉਹ ਜੇਕਰ ਕਿਸੇ ਨੂੰ ਪਿਆਰ ਕਰਨਾ ਚਾਹੇ ਤਾਂ ਲੜਕਾ ਨਾ ਨਹੀਂ ਕਰਦਾ, ਲੜਕਾ ਆਮ ਤੌਰ 'ਤੇ ਨਾ ਨਹੀਂ ਕਰਦਾ। ਮਤਲਬ ਉਹ ਇਸ ਗੱਲ 'ਤੇ ਫਲੈਟਰਡ ਫੀਲ ਕਰਦਾ ਹੈ ਕਿ ਮੈਨੂੰ ਕਿਸੇ ਲੜਕੀ ਨੇ ਪਸੰਦ ਕੀਤਾ ਹੈ, ਪਸੰਦ ਕੀਤਾ। ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਉਸਦਾ ਕਿਸੇ ਹੋਰ ਨਾਲ ਪਿਆਰ ਹੋਵੇ ਅਤੇ ਉਹ ਉਸ ਤੋਂ ਡਰਦਾ ਹੋਇਆ ਉਸ ਨੂੰ ਹੁੰਗਾਰਾ ਨਾ ਦੇਵੇ, ਪਰੰਤੂ ਨੋਰਮਲੀ ਜਿਹੜਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਸਿਚੁਏਸ਼ਨ ਕੀ ਹੈ। ਪਿਆਰ ਸ਼ੁਰੂ ਤਾਂ ਸਕੂਲ ਦੇ ਵਿੱਚ ਹੀ ਹੋ ਜਾਂਦਾ। ਜਿਹੜੇ ਕੋ ਐਜੂਕੇਸ਼ਨਲ ਸਕੂਲ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਵਰਤਣ ਦਾ ਸੁਭਾਅ ਜਿਹੜਾ ਹੈ ਉਹ ਹੋ ਜਾਂਦਾ, ਪਰੰਤੂ ਪਿਆਰ ਪੈਂਦਾ ਜਿਹੜਾ ਹੈ 14-15 ਸਾਲਾਂ ਦੀ ਉਮਰ ਦੇ ਵਿੱਚ ਹੈ। ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ 7 ਸਾਲ ਦੇ ਬਾਅਦ ਉਹ ਚੇਂਜ ਆਉਣੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਤਾਂ ਆਪਣੇ ਵਿੱਚ ਕੋਈ ਗੁਣ ਪੈਦਾ ਕਰੋ। ਜੇ ਤੁਹਾਡੇ ਵਿੱਚ ਗੁਣ ਹੋਏਗਾ ਮੁੱਲ ਤੁਹਾਡੇ ਗੁਣ ਦਾ ਪਏਗਾ, ਤੁਹਾਡਾ ਨਹੀਂ ਪਏਗਾ। ਇਹ ਬੜੀ ਵੱਡੀ ਗੱਲ ਹੈਗੀ ਆ। ਗੁਣ ਪੈਦਾ ਕਰੋ। ਗੁਣ ਕੀ ਹੈ? ਵਕਤ ਸਿਰ ਆਓਗੇ, ਸਾਫ਼ ਸੁਥਰੇ ਕੱਪੜੇ ਪਾਓਗੇ। ਇੱਕ ਲੜਕੀ ਨੂੰ ਇੱਕ ਲੜਕਾ ਚੰਗਾ ਲੱਗਦਾ ਸੀ, ਉਹ ਲੜਕਾ ਸਾਊ ਹੋਣ ਕਰਕੇ ਉਹਨੂੰ ਚੰਗਾ ਲੱਗਦਾ ਸੀ, ਸਿੰਪਲ ਹੋਣ ਕਰਕੇ ਚੰਗਾ ਲੱਗਦਾ ਸੀ। ਉਸਨੇ ਜਦੋਂ ਉਹਨੂੰ ਪਿਆਰ ਕਰਨਾ ਸ਼ੁਰੂ ਕੀਤਾ ਤਾਂ ਮੁੰਡਾ ਜਿਹੜਾ ਸੀ ਅਗਲੇ ਦਿਨ ਫਟੀਆਂ ਹੋਈਆਂ ਪੈਂਟਾਂ ਪਾ ਕੇ ਆਉਣ ਲੱਗ ਪਿਆ। ਮਤਲਬ ਉਸਨੇ ਉਹਨੂੰ ਕਿਹਾ ਕਿ ਮੈਨੂੰ ਤਾਂ ਤੂੰ ਚੰਗਾ ਹੀ ਇਸ ਕਰਕੇ ਲੱਗਦਾ ਸੀ ਕਿ ਤੂੰ ਸਿੰਪਲ ਸੀ, ਤੂੰ ਇਹ ਸੀ, ਪਰੰਤੂ ਉਸਨੇ ਆਪਣਾ ਇਮੇਜ ਆਪ ਖਰਾਬ ਕੀਤਾ। ਤੀਜੀ ਗੱਲ ਇਹ ਹੈ ਕਿ ਯੂਸਫੁਲ ਹੋਣਾ ਚਾਹੀਦਾ ਹੈ। ਜੇ ਤੁਸੀਂ ਹੋਰਾਂ ਨਾਲ ਯੂਸਫੁਲ ਹੋਵੋਗੇ ਤਾਂ ਉਹ ਲੜਕੀ ਵੀ ਜਿਹੜੀ ਹੈ ਉਹ ਤੁਹਾਨੂੰ ਵੀ ਇਹੋ ਜਿਹੀਆਂ ਗੱਲਾਂ ਮੈਨੂੰ ਇਸ ਉਮਰ ਦੇ ਵਿੱਚ ਕਰਦੇ ਹਾਂ ਆਪ ਹੀ ਨਹੀਂ ਚੰਗੀਆਂ ਲੱਗਦੀਆਂ।